ਇਹ ਤੁਹਾਡੀ ਕੁੜੀ ਹੈ ਨਾ ਇੰਦਾ ਨਹੀਂ ਇੰਦਾ ਇਹ ਆਪਣੇ ਘਰਾਂ ਦੀਆਂ ਕੁੜੀਆਂ ਇੰਦਾ ਕੁਝ ਨਹੀਂ ਕਰਦੀਆਂ ਹੁੰਦੀਆਂ ਬਹੁਤ ਕੁਝ ਸੁਣਿਆ ਹੈ ਨਾ ਪਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਇਨਕਾਰ ਕੇ ਅੱਗੇ ਆਏ ਆ ਤੇ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਐਡਾ ਵੱਡਾ ਨਾਮ ਹੈ ਇਹ ਵਜਾ ਸਟੇਟਸ ਹੈ ਮੈਨੂੰ ਕਈ ਵਾਰੀ ਸਟੇਜ ਤੇ ਮੇਰੀ ਅੱਖਾਂ ਭਰ ਆਉਨੀਆਂ ਨੇ ਜਦੋਂ ਕੋਈ ਲੇਡੀਜ਼ ਮੇਰਾ ਹੱਥ ਫੜ ਕੇ ਕਹਿੰਦੀ ਆ ਵੀ ਸਾਡੇ ਘਰਤੀ ਹੋਵੇ ਤਾਂ ਤੇਰੇ ਵਰਗੇ ਹੋਵੇ। ਬੇ ਮਹਿੰਗੇ ਪੌਣਾ ਐ ਬਰੇਡ ਬੜੇ ਅੱਤ ਜੀ ਕਰੋਨੇ ਐਵੇਂ ਗੱਲੀਬਾਤੀ ਮੁੰਡਾ ਮਾਵਾਂ ਦੇ ਪੁੱਤ ਕਿੰਨੇ ਜਿਹੜੇ ਨੇ ਨਸ਼ਿਆਂ ਚ ਲੱਗੇ ਨੇ ਹਾਂ। ਸੋ ਕਿਉਂ ਲੱਗੇ ਨੇ ਕਿਉਂਕਿ ਉਹਨਾਂ ਕੋਲ ਕੰਮ ਹੈ ਨਹੀਂ। ਜਿਹਨ ਨੂੰ ਕੋਈ ਕੰਮ ਹੋਵੇ ਆਪਣੀ ਲਾਈਫ ਨੂੰ ਬਿਜ਼ੀ ਰੱਖਣਾ ਉਹਨਾਂ ਦਾ ਧਿਆਨ ਇਨਦਰ ਜਾਵੇ ਸੋ ਇਸ ਕਰਕੇ ਸਰਕਾਰਾਂ ਵੀ ਕਿਤੇ ਨਾ ਕਿਤੇ ਇਸ ਕੰਮ ਲਈ ਜ਼ਿੰਮੇਵਾਰ ਨੇ ਕਰੇ ਦੁਨੀਆ ਤੇ ਰਾਜ ਮੇਰਾ ਜੱਟ ਪੰਗੇਬਾਜ਼ ਲੋਕੀ ਆਖਦੇ ਨੇ ਸਾਰੇ ਬਾਦਸ਼ਾਹ ਵੀ ਸ਼ਾਇਦ ਹੁਣ ਟਾਈਮ ਆ ਗਿਆ ਮੇਰਾ ਫਿਰ ਮੈਂ ਘਰ ਡਿਸਕਸ ਕੀਤਾ ਤੇ 2014 ਦੇ ਵਿੱਚ ਫਿਰ ਮੇਰਾ ਪਹਿਲਾ ਗੀਤ ਸੀਟੀਆਂ ਰਿਲੀਜ਼ ਕੀਤਾ ਤੇ ਇੱਕ ਮੈਂ ਸੁਣਿਆ ਕਿ ਰਮਨਦੀਪ ਜਿਹੜੇ ਹੈਗੇ ਨੇ ਉਹਨਾਂ ਦਾ ਨਖਰਾ ਬਹੁਤ ਜ਼ਿਆਦਾ ਹੈ। ਸ਼ਾਇਦ ਇਸੇ ਕਰਕੇ ਮੈਨੂੰ ਕਾਫੀ ਜਣੇ ਇਹ ਕਹਿੰਦੇ ਨੇ ਵੀ ਇਹ ਮਤਲਬ ਥੋੜੀ ਜਿਹੀ ਲੜਾਕੀ ਹੈ। ਤੇ ਤਾਂ ਸੌਂਗ ਵੀ ਆਇਆ ਸੀਗਾ ਨਖਰੀ ਹਾਂ। ਉਹਦੇ ਵੀ ਜੀ ਦੋ ਬੋਲ ਸੁਣਾਓ। ਹੋ ਸ਼ੌਂਕ ਜੱਟੀ ਨੂੰ ਐ ਪੂਰਾ ਖੁੱਲ ਕੇ ਜਿਉਣ ਦਾ। ਨਿੱਤ ਚੜਦੇ ਤੋਂ ਚੜਦਾ ਵੇ ਸੂਟ ਪਾਉਣ ਦਾ। ਹੋ ਸ਼ੌਂਕ ਜੱਟੀ ਨੂੰ ਐ ਪੂਰਾ ਖੁੱਲ ਕੇ ਜਿਉਣ ਦਾ। ਨਿੱਤੇ ਚੜ ਦੇ ਤੋ ਚੜਦਾ ਵੇ ਸੂਟ ਪੌਣ ਦਾ ਹੋ ਕੰਨੀ ਨੱਤੀਆਂ ਸੰਦੂਰੀ ਸਿਰ ਪੱਗਨੀ ਕੜਾ ਮੁੰਡਿਆਂ ਚ ਦਿਖਦਾ ਆ ਲੱਗਨੀ ਕੜਾ ਮੁੰਡਿਆਂ ਚ ਦਿਖਦਾ ਆ ਲੱਗਨੀ ਹੋ ਕਾਲੇ ਰੰਗ ਦੇ ਬੁਲਟ ਤੇ ਫਿਰਦਾਨੀ ਮੁੰਡਾ ਸਰਦਾਰਾਂ ਦਾ ਤੇ ਜਦੋਂ ਪ੍ਰੋਗਰਾਮ ਲਿਸ਼ਕਾਰਾ ਦੇ ਦੌਰਾਨ ਵੱਡੇ ਵੱਡੇ ਕਲਾਕਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਵੱਡੀਆਂ ਸਟੇਜਾਂ ਅਮਰੀਕਾ ਕੈਨੇਡਾ ਕੋਈ ਕੰਟਰੀ ਨਹੀਂ ਛੱਡੀ ਜਿੱਥੇ ਪ੍ਰੋਗਰਾਮ ਨਹੀਂ ਕੀਤੇ ਕਰਦੇ ਸੀ ਕਮ ਸਤਵਿੰਦਰ ਸੱਤੀ ਸੀ ਇਹਦੇ ਤੁਸੀਂ ਦੋਨੋਂ ਮੋਸਟ ਜਿਹੜਾ ਹੈਗਾ ਆਪਾਂ ਚਾਹੀਏ ਕਿ ਰਿਸਪੈਕਟੇਬਲ ਪੋਜੀਸ਼ਨ ਜੀ ਤੁਹਾਡੀ ਲਿਸਟ ਕਰਾ ਪ੍ਰੋਗਰਾਮ ਦੇ ਵਿੱਚ ਜੀ ਤੇ ਫਿਰ ਤੁਸੀਂ ਐਜ਼ ਐਂਕਰ ਸੀਗੇ ਤੇ ਫਿਰ ਇੱਧਰ ਗਾਇਕੀ ਵੱਲੋਂ ਕਿਦਾਂ ਤੁਹਾਡਾ ਬੁਪਾਉਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਪਣੇ Facebook ਪੇਜ ਤੇ ਥੱਦੇ ਵਲੌਗਸ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਿਲਾਵਾਂਗੇ ਇੱਕ ਆਪਣੇ ਨਵੇਂ ਮਹਿਮਾਨ ਦੇ ਨਾਲ ਅੰਤੇ ਉਹ ਮਹਿਮਾਨ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਵਿਸ਼ੇਸ਼ ਥਾਂ ਰੱਖਣ ਵਾਲੇ ਨੇ ਆਰਦੀਪ ਰਮਨ ਸਤਸ਼ੀਰ ਕਰਮਣ ਸਤਸ਼ੀਰ ਕਾਲ ਜੀ ਟੱਡੇ ਵਲੌਗਸ ਦੇ ਸਾਰੇ ਦਰਸ਼ਕਾਂ ਨੂੰ ਤੁਹਾਡੀ ਆਪਣੀ ਆਰਦੀਪ ਰਮਨ ਵੱਲੋਂ ਪਿਆਰ ਭਰੀ ਸਤਸ਼ੀਰ ਕਾਲ ਜੀ ਜੀ ਤੇ ਅੱਜ ਤੁਹਾਡੇ ਨਾਲ ਆਪਾਂ ਤੁਹਾਡੀ ਗਾਇਕੀ ਦੇ ਸਫ਼ਰ ਬਾਰੇ ਤੁਸੀਂ ਪਹਿਲਾਂ ਇਹ ਜੇ ਐਂਕਰ ਵੀ ਕਰਦੇ ਸੀ ਕੰਮ ਉਹਦੇ ਬਾਰੇ ਤੇ ਤੁਹਾਡੇ ਸਾਰਾ ਆਪਾਂ ਬਾਇਓਗ੍ਰਾਫੀ ਤੁਹਾਡੇ ਨਾਲ ਡਿਸਕਸ ਕਰਾਂਗੇ ਬਿਲਕੁਲ ਜੀ ਜੀ ਤੇ ਸਭ ਤੋਂ ਪਹਿਲਾਂ ਮੈਂ ਤੁਹਾਡੀ ਜੀ ਐਜੂਕੇਸ਼ਨ ਦੀ ਗੱਲ ਕਰਾਂ ਤੇ ਤੁਹਾਡੀ ਪਰ ਇਹ ਕਿ ਕਿਹੜੇ ਤੁਸੀਂ ਕੀਤਾ ਤੇ ਕਿੱਥੋਂ ਕਾਲਜ ਉਹ ਦੱਸੋ ਸਾਰਾ ਕੁਝ ਸ਼ੁਰੂ ਤੋਂ ਮੈਂ ਬੇਸਿਕਲੀ ਇੰਜੀਨੀਅਰਾਂ ਬਹੁਤ ਲੋਕਾਂ ਨੂੰ ਲੋਕਾਂ ਨੂੰ ਪਤਾ ਹੈ ਕਿ ਮੈਂ ਇੰਜੀਨੀਅਰਿੰਗ ਦੀ ਸਟੱਡੀ ਕੀਤੀ ਹੈ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ ਜੋ ਕਿ ਗਵਰਨਮੈਂਟ ਪੋਲ ਟੈਕਨਿਕ ਫॉर ਔਮਨ ਪਟਿਆਲਾ ਤੋਂ ਮੈਂ ਕੰਪਲੀਟ ਕਰਕੇ ਆਪਣਾ ਡਿਪਲੋਮਾ ਆਫਟਰ ਦੈਟ ਮੈਂ ਡਿਗਰੀ ਕੀਤੀ ਹੈ ਕੋਰਸਪੋਂਡੈਂਸ ਹੈ ਨਾ ਤੇ ਮਤਲਬ ਐਜ਼ ਅ ਇੰਜੀਨੀਅਰ ਮੈਂ ਆਪਣੀ ਐਜੂਕੇਸ਼ਨ ਜਿਹੜੀ ਕੰਪਲੀਟ ਕੀਤੀ ਹੈ ਡਿਊਰਿੰਗ ਮਤਲਬ ਸਟੱਡੀ ਹੀ ਮੇਰਾ ਦੂਰ ਦਰਸ਼ਨ ਜਲੰਧਰ ਦੇ ਪ੍ਰੋਗਰਾਮ ਲਈ ਸ਼ਕਾਰਾ ਦੇ ਵਿੱਚ ਮੇਰੀ ਸਿਲੈਕਸ਼ਨ ਹੋ ਗਈ ਸੀ ਤੇ ਫਿਰ ਇਸ ਕਰਕੇ ਮੈਂ ਆਪਣੀ ਸਟੱਡੀ ਅੱਗੇ ਕੰਟੀਨਿਊ ਨਹੀਂ ਕਰ ਪਾਈ ਕਿਉਂਕਿ ਮੈਨੂੰ ਲੋਕਾਂ ਨੇ ਇੱਕ ਕਲਾਕਾਰ ਦੇ ਤੌਰ ਤੇ ਸਵੀਕਾਰ ਕਰ ਲਿਆ ਸੀ ਕਿ ਮੇਰੇ ਕੋਲ ਨਾ ਟਾਈਮ ਨਹੀਂ ਸੀ ਕਿ ਵੀ ਮੈਂ ਆਪਣੀ ਅੱਗੇ ਮੈਂ ਮਾਸਟਰਸ ਵੀ ਕਰਨਾ ਚਾਹੁੰਦੀ ਸੀ ਬਟ ਹੁਣ ਮੈਨੂੰ ਲੱਗਦਾ ਵੀ ਹੁਣ ਮੇਰੇ ਕੋਲ ਥੋੜਾ ਜਿਹਾ ਟਾਈਮ ਹੈਗਾ ਤੇ ਹੁਣ ਮੈਂ ਕਰੂੰਗੀ ਜੀ हां हां ਤੁਸੀਂ ਹਾਂਜੀ ਲਿਸਕਾਰਾ ਦੇ ਵਿੱਚ ਐਜ਼ ਅ ਐਂਕਰ ਜਿਹੜਾ ਹੈ ਕਰਦੇ ਸੀ ਕੰਮ ਸਤਵਿੰਦਰ ਸੱਤੀ ਸੀ ਤੇ ਤੁਸੀਂ ਦੋਨੋਂ ਮੋਸਟ ਜਿਹੜਾ ਹੈਗਾ ਆਪਾਂ ਕਹੀਏ ਕਿ ਰਿਸਪੈਕਟੇਬਲ ਪੋਜੀਸ਼ਨ ਜੀ ਤੁਹਾਡੀ ਲਿਸਕਾਰਾ ਪ੍ਰੋਗਰਾਮ ਦੇ ਵਿੱਚ ਜੀ ਤੇ ਫਿਰ ਤੁਸੀਂ ਐਜ਼ ਅ ਐਂਕਰ ਸੀਗੇ ਤੇ ਫਿਰ ਇੱਧਰ ਗਾਇਕੀ ਵੱਲੋਂ ਕਿਦਾਂ ਤੁਹਾਡਾ ਬੂ ਬਣ ਆ ਦੇਖੋ ਜਿਵੇਂ ਇੱਕ ਐਂਕਰ ਦੀ ਗੱਲ ਕਰੀਏ ਤੇ ਸਾਡਾ ਵਾਹ ਵਾਸਤਾ ਰੋਜ਼ਾਨਾ ਕਲਾਕਾਰਾਂ ਦੇ ਨਾਲ ਹੀ ਪੈਂਦਾ ਸੀ ਗਾਇਕਾਂ ਦੇ ਨਾਲ ਪੈਂਦਾ ਸੀ ਬਿਲਕੁਲ ਜੀ ਤੇ ਉਹਨਾਂ ਨੂੰ ਕਿਉਂਕਿ ਮੈਨੂੰ ਗਾਉਣ ਦਾ ਸ਼ੌਂਕ ਬਚਪਨ ਤੋਂ ਸੀ ਮੈਂ ਸਕੂਲ ਟਾਈਮ ਦੇ ਵਿੱਚ ਆਪਣੇ ਸਕੂਲਿੰਗ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਟਾਈਟਲ ਬਣੇ ਕੀਤੇ ਨੇ ਐਜ਼ ਅ ਸਿੰਗਰ ਜੀ ਜੀ ਬਣਨਾ ਮੈਂ ਇੱਕ ਸਿੰਗਰ ਹੀ ਚਾਹੁੰਦੀ ਸੀ ਪਰ ਘਰ ਦੇ ਹਾਲਾਤ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਗਾਇਕੀ ਨੂੰ ਬਹੁਤਾ ਜ਼ਿਆਦਾ ਚੰਗਾ ਨਹੀਂ ਸੀ ਸਮਝ ਜਾਂਦਾ ਪਰਵਾਰਾਂ ਦੇ ਵਿੱਚ ਚੰਗੇ ਪਰਵਾਰਾਂ ਦੇ ਵਿੱਚ ਤਰਜੀਹ ਨਹੀਂ ਸੀ ਦਿੱਤੀ ਜਾਂਦੀ ਸਕੂਲ ਸਕੂਲ ਵਗੈਰਾ ਕੰਪੀਟੀਸ਼ਨਾਂ 'ਚ ਗਾਉਗੂ ਕਿ ਆਪਦਾ ਜਿਹੜਾ ਸ਼ੌਂਕ ਪੂਰਾ ਕਰ ਲੀਦਾ ਸੀ ਪਰ ਕਹਿੰਦੇ ਹੁੰਦੇ ਨੇ ਵੀ ਜੋ ਤੁਹਾਡੇ ਅੰਦਰ ਹੁੰਦਾ ਨਾ ਉਹ ਇੱਕ ਨਾ ਇੱਕ ਦਿਨ ਪਰਮਾਤਮਾ ਤੁਹਾਡਾ ਜ਼ਰੂਰ ਪੂਰਾ ਕਰਦਾ ਤੇ ਜਦੋਂ ਮਤਲਬ ਸ਼ੌਂਕ ਤਾਂ ਸੀ ਮੇਰਾ ਵੀ ਇੱਕ ਗਾਇਕਾ ਦੇ ਤੌਰ ਤੇ ਆਪਣੇ ਆਪ ਨੂੰ ਦੁਨੀਆ ਦੇ ਵਿੱਚ ਲੈ ਕੇ ਆਵਾ ਪਰ ਮਾਹੌਲ ਨਹੀਂ ਸੀ ਸੋ ਇਸ ਕਰਕੇ ਇਹ ਚੁਣਿਆ ਵੀ ਚਲੋ ਉਧਰ ਨੂੰ ਨਹੀਂ ਕਲਾਕਾਰ ਤਾਂ ਹੈਗੀਆਂ ਕਿਉਂਕਿ ਮੈਨੂੰ ਡਿਬੇਟਸ ਦਾ ਵੀ ਬਹੁਤ ਸ਼ੌਂਕ ਸੀ ਮੈਂ 3 ਸਾਲ ਲਗਾਤਾਰ ਸਟੇਟ ਲੈਵਲ ਦੀ Winner ਰਹੀ ਹਾਂ ਡਿਬੇਟ ਕੰਪੀਟੀਸ਼ਨ ਵਿੱਚ ਐਜ਼ ਅ ਸਕੂਲਿੰਗ ਟਾਈਮ ਤੇ ਉਦੋਂ ਬੋਲਣ ਦਾ ਮੇਰਾ ਫਲੋ ਐਨਾ ਜ਼ਿਆਦਾ ਹੋ ਗਿਆ ਸੀ ਫਿਰ ਮੈਂ ਆਪਣੇ ਕਾਲਜ ਜਾਂ ਸਟੇਜੀਜ਼ ਕੰਡਕਟ ਕਰਨੀਆਂ ਤੇ ਮੈਨੂੰ ਐਦਾਂ ਲੱਗਦਾ ਹੁੰਦਾ ਸੀ ਕਿ ਹਾਂ ਵੀ ਮੈਂ ਕੁਝ ਕਰ ਸਕਦੀ ਹਾਂ ਤੇ ਜਦੋਂ ਲਿਸ਼ਕਾਰਾ ਪ੍ਰੋਗਰਾਮ ਦੇਖਦੇ ਹੁੰਦੇ ਸੀ ਨਾ ਪਿੰਡਾਂ ਦੇ ਵਿੱਚ ਬਹੁਤ ਕ੍ਰੇਜ਼ ਸੀ ਹੁਣ ਡੀਡੀ ਪੰਜਾਬੀ ਦਾ ਹੁਣ ਤਾਂ ਸਮਾਂ ਬਹੁਤ ਬਦਲ ਗਿਆ ਤੇ ਉਦੋਂ ਜਦੋਂ ਪ੍ਰੋਗਰਾਮ ਆਉਣਾ ਲਿਸ਼ਕਾਰਾ ਤੇ ਲੋਕਾਂ ਨੇ ਬੜੇ ਪਿਆਰ ਮਤਲਬ ਮੇਰੇ ਮਨ ਦੇ ਵਿੱਚ ਇਹ ਹੁੰਦਾ ਸੀ ਮੈਂ ਆਪਦੇ ਮਦਰ ਨੂੰ ਕਿਹਾ ਕਿ ਇੱਕ ਦਿਨ ਮੈਂ ਏਸ ਸਟੇਜ ਤੇ ਖੜੂੰਗੀ ਜੀ ਮੈਂ ਇੱਕ ਵੈਸੇ ਹੀ ਕਿਹਾ ਵੈਸੇ ਹੀ ਕਿਉਂਕਿ ਜਦੋਂ ਆਉਂਦਾ ਸੀ ਬੜੇ ਲੁਕਤ ਲਈ ਕਿੰਨਾ ਸੋਹਣਾ ਸਤੀ ਜੀ ਬੋਲਦੇ ਨੇ ਕਿੰਨਾ ਵਧੀਆ ਕਰਦੇ ਨੇ ਹਨਾ ਬੜਾ ਐਪਰੀਸ਼ੀਏਟ ਕਰਦੇ ਸੀ ਉਹਨਾਂ ਨੂੰ ਸਾਰੇ ਤੇ ਮੈਂ ਆਪਦੇ ਮਨ 'ਚ ਮੈਂ ਆਪਦੇ ਮਦਰ ਨੂੰ ਕਿਹਾ ਵੀ ਇੱਕ ਦਿਨ ਇਸ ਸਟੇਜ ਤੇ ਮੈਂ ਹੋऊंगी ਤੇ ਮੈਂ ਬਹੁਤ ਲੱਕੀ ਹਾਂ ਕਿ ਮੇਰੇ ਕੈਰੀਅਰ ਦੀ ਸ਼ੁਰੂਆਤ ਉਸੇ ਪ੍ਰੋਗਰਾਮ ਤੋਂ ਹੋਈ ਹੈ ਜੀ ਤੇ ਜੋ ਮੈਂ ਦਿਲ ਚ ਥਾਣਿਆ ਉਹ ਮੈਂ ਗਈ ਠੀਕ ਹੈ ਤੇ ਉਸ ਤੋਂ ਬਾਅਦ ਉਹੀ ਗੱਲ ਆ ਗਈ ਵੀ ਸ਼ੌਂਕ ਸੀ ਵੀ ਗਾਇਕਾ ਦੇ ਤੌਰ ਤੇ ਆਪਣੇ ਆਪ ਨੂੰ ਪੇਸ਼ ਕਰਾਂ ਤੇ ਜਦੋਂ ਪ੍ਰੋਗਰਾਮ ਲਈ ਸ਼ਕਾਰਾ ਦੇ ਦੌਰਾਨ ਵੱਡੇ ਵੱਡੇ ਕਲਾਕਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ ਵੱਡੀਆਂ ਸਟੇਜਾਂ ਅਮਰੀਕਾ ਕੈਨੇਡਾ ਕੋਈ ਕੰਟਰੀ ਨਹੀਂ ਛੱਡੀ ਜਿੱਥੇ ਪ੍ਰੋਗਰਾਮ ਨਹੀਂ ਕੀਤੇ ਤੇ ਉਦੋਂ ਜਦੋਂ ਇਹਨਾਂ ਸਾਰਿਆਂ ਦੇ ਨਾਲ ਮਿਲਦੀ ਸੀ ਸਾਰੇ ਮੈਨੂੰ ਕਹਿੰਦੇ ਸੀ ਤੇਰੀ ਆਵਾਜ਼ ਬਹੁਤ ਸੋਹਣੀ ਹੈ ਪਰ ਕਿਸੇ ਨੂੰ ਇਹ ਪਤਾ ਨਹੀਂ ਸੀ ਵੀ ਮੈਂ ਗਾਉਂਦੀ ਵੀ ਬਹੁਤ ਸੁਣਾਂ ਫਿਰ ਉਹ ਚੀਜ਼ ਮੈਨੂੰ ਲੱਗਿਆ ਵੀ ਸ਼ਾਇਦ ਹੁਣ ਟਾਈਮ ਆ ਗਿਆ ਮੇਰਾ ਫਿਰ ਮੈਂ ਘਰ ਡਿਸਕਸ ਕੀਤਾ ਤੇ 2014 ਦੇ ਵਿੱਚ ਫਿਰ ਮੇਰਾ ਪਹਿਲਾ ਗੀਤ ਸੀਟੀਆਂ ਰਿਲੀਜ਼ ਕੀਤਾ ਤੇ ਉਦੋਂ ਤੋਂ ਹੁਣ ਮੇਰਾ ਸਫ਼ਰ ਜਿਹੜਾ ਗਾਇਕੀ ਵੱਲ ਚੱਲ ਰਿਹਾ ਲਗਾਤਾਰ ਚੱਲ ਰਿਹਾ ਹੈ ਜੀ ਤੇ 2016 ਦੀ ਜੇ ਮੈਂ ਜੇ ਗੱਲ ਕਰਾਂ ਤੁਹਾਡਾ ਇੱਕ Song ਆਇਆ ਸੀਗਾ ਮੁੰਡਾ ਸਰਦਾਰਾਂ ਦਾ ਬੜਾ ਚੱਲਿਆ ਸੀਗਾ ਜੀ Song ਬਹੁਤ ਸੋਹਣਾ ਬਹੁਤ ਰਿਸਪੌਂਸ ਸੀਗਾ ਉਸ ਦਾ ਤੇ ਉਹਦੀ ਵੀ ਦੋ ਤੋ ਸੁਣਾ ਚਾਹੁੰਦਾ ਤੇ ਆਪਣੀ ਸਰੋਤਿਆਂ ਵੀ ਸੁਣਨੇ ਚਾਹੁੰਦੀ ਜਰੂਰ ਸੁਣਾ ਜਗਮੋਡ ਮੇਰੀ ਜਿਹੜੀ ਗਾਇਕੀ ਹੈ ਮੈਂ ਆਪਣੇ ਦਰਸ਼ਕਾਂ ਨੂੰ ਸਰੋਤਿਆਂ ਦੱਸ ਦੇਣਾ ਚਾਹੁੰਦੀ ਆ ਵੈਸੇ ਲੋੜ ਨਹੀਂ ਸਭ ਜਾਣਦੇ ਐ ਕਿ ਜੇ ਮੈਂ ਐਂਕਰਿੰਗ ਦੇ ਵਿੱਚ ਵੀ ਨਾਮ ਖਟਿਆ ਤਾਂ ਸਿਰਫ ਆਪਣੀ ਸ਼ਬਦਾਵਲੀ ਕਰਕੇ ਕਿ ਕੰਮ ਇੰਨਾ ਵਧੀਆ ਨੀਟ ਐਂਡ ਕਲੀਨ ਕੀਤਾ ਹਨਾ ਇੱਕ ਰਿਸਪੈਕਟ ਹਾਸਲ ਕੀਤੀ ਐ ਤੇ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਜੇ ਮੈਂ ਗਾਇਕੀ ਦੇ ਖੇਤਰ 'ਚ ਵੀ ਆਈਆਂ ਤਾਂ ਮਤਲਬ ਮੇਰੀ ਉਹੀ ਰਿਸਪੈਕਟ ਬਰਕਰਾਰ ਰਹੇ ਵਧੇ ਘਟੇ ਨਾ ਜੀ ਜੀ ਲੱਚਰ ਗਾਇਕੀ ਨੂੰ ਪ੍ਰੇਫਰੈਂਸ ਨਹੀਂ ਦਿੱਤੀ ਹੈਗੀ ਚੰਗੇ ਬੋਲ ਚੰਗੀਆਂ ਸੋ ਇਹ ਗੀਤ ਬਾਪੂ ਦੇਵਤਰੀਆਂ ਵਾਲੇ ਜੀ ਨੇ ਲਿਖਿਆ ਸੀ ਵੱਡੀ ਕਲਮ ਤੇ ਮੈਂ ਬੜੀ ਭਾਗਾ ਵਾਲੀ ਸੀ ਕਿ ਉਹਨਾਂ ਨੇ ਮੈਨੂੰ ਗੀਤ ਦਿੱਤਾ ਤੇ ਮੈਂ ਗਾਇਆ ਔਰ ਬਹੁਤ ਰਿਸਪੌਂਸ ਇਸ ਗੀਤ ਦਾ ਆਇਆ गोयल 뮤직 ਨੇ ਇਹਨੂੰ ਕੀਤਾ ਸੀ ਰੀਲੀਸ ਹਾਂਜੀ ਹਾਂਜੀ गोयल 뮤직 ਹਾਂਜੀ ਹੋ ਕੰਨੀ ਨੱਤੀਆਂ ਸੰਦੂਰੀ ਸਿਰ ਪੱਗਨੀ ਕੜਾ ਮੁੰਡਿਆਂ ਚ ਦਿਖਦਾ ਆ ਲੱਗਨੀ ਖੜਾ ਮੁੰਡਿਆਂ ਚ ਦਿਖਦਾ ਆ ਲਗਨੀ ਹੋ ਕਾਲੇ ਰੰਗ ਦੇ ਬੁਲਟ ਤੇ ਫਿਰ ਨਾਨੀ ਮੁੰਡਾ ਸਰਦਾਰਾਂ ਦਾ ਹੱਥ ਮੁੱਚ ਤੇ ਮੁੱਚ ਤੇ ਬੁੱਲਾਂ ਚੋਂ ਅਸਾ ਕਿਰਦਾਨੀ ਮੁੰਡਾ ਸਰਦਾਰਾਂ ਦਾ ਨੇ ਮੁੰਡਾ ਸਰਦਾਰਾਂ ਦਾ ਹੋ ਮੁੰਡਾ ਸਰਦਾਰਾਂ ਦਾ ਵਿੱਚ ਤੁਹਾਡਾ ਕੌਣ ਤੁਹਾਨੂੰ ਸਭ ਤੋਂ ਵੱਧ ਸਪੋਰਟ ਕਿਹੜੇ ਕੌਣ ਕਰਦਾ ਹੈ ਦੇਖੋ ਮੇਰੀ ਮੈਰਿਜ ਤੋਂ ਪਹਿਲਾਂ ਮੇਰੇ ਪਿਕੇ ਪਰਿਵਾਰ ਨੇ ਮੈਨੂੰ ਪੂਰੀ ਸਪੋਰਟ ਕੀਤੀ ਹੈ ਸਭ ਤੋਂ ਜ਼ਿਆਦਾ ਸਪੋਰਟ ਜਿਹੜੀ ਮੇਰੀ ਲਾਈਫ ਦੇ ਵਿੱਚ ਰਹੀ ਹੈ ਮੇਰੇ ਮਦਰ ਦੀ ਰਹੀ ਹੈ ਮਾਵਾ ਦੀ ਅਟੈਚਮੈਂਟ ਵੈਸੀ ਨਹੀਂ ਆ ਨਾਲ ਬਹੁਤ ਜ਼ਿਆਦਾ ਹੁੰਦੀ ਹੈ ਕਿ ਆਪਣੇ ਬੱਚੇ ਨੂੰ ਬਹੁਤ ਮਤਲਬ ਦਿਲੋਂ ਮਾ ਵੈਸੇ ਹਰੇਕ ਬੱਚੇ ਨੂੰ ਦਿਲੋਂ ਸਮਝਦੀ ਹੁੰਦੀ ਆ ਪਰ ਮੇਰੀ ਮਾਂ ਨੇ ਮੈਨੂੰ ਬਹੁਤ ਸਮਝਿਆ ਦਿਲੋਂ ਕਿਉਂਕਿ ਸਾਡੇ ਘਰ ਦਾ ਮਾਹੌਲ ਐਦਾਂ ਸੀ ਕਿ ਵੀ ਮੇਰੇ ਫਾਦਰ ਸਾਹਿਬ ਪੁਲਿਸ 'ਚ ਹੋਣ ਕਰਕੇ ਘਰ ਦਾ ਮਾਹੌਲ ਤਾਂ ਸੀ ਵੀ ਨਹੀਂ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਬੜੀਆਂ ਰੈਸਟ੍ਰਿਕਸ਼ਨ ਸੀਗੀਆਂ ਨਾ ਤੇ ਸੋਚਿਆ ਵੀ ਨਹੀਂ ਸੀਗਾ ਵੀ ਕਦੇ ਐਦਾਂ ਜਾਉਂਗੀ ਬਟ ਰੰਮੀ ਗੋਵਾਲਾ ਤੁਸੀਂ ਸੁਣਿਆ ਹੋਣਾ ਬਹੁਤ ਵੱਡੀ ਕਲਮ ਰਹੀ ਆ ਹੁਣ ਇਸ ਦੁਨੀਆ 'ਚ ਨਹੀਂ ਸਾਹਮਣੇ ਸਬਾਰਾ ਸੁਣਿਆ ਯਾਰ ਦਾ ਸਰਦੂਲ ਜੀ ਨੇ ਗੀਤਾਂ ਹੰਦਕਾਇਆ ਸੀ ਉਹ ਸਾਡੇ ਘਰ ਬਹੁਤ ਆਉਂਦੇ ਹੁੰਦੇ ਸੀਗੇ ਤੇ ਉਹਨਾਂ ਨੇ ਮਤਲਬ ਮੈਨੂੰ ਕਹਿਣਾ ਵੀ ਰਮਨ ਵੀ ਮੇਰਾ ਛੋਟਾ ਨਾਮ ਰਿੰਪੀ ਆ ਘਰ ਦਾ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਰਿੰਪੀ ਪੁੱਤ ਮੈਂ ਖਣਾ ਹਾਂਜੀ ਚਾਚਾ ਜੀ ਮੈਂ ਉਹਨਾਂ ਨੂੰ ਚਾਚਾ ਜੀ ਕਹਿੰਦੀ ਸੀ ਬੇ ਤੁਸੀਂ ਤੂੰ ਮੇਰੀ ਡੈਰੀ ਲਿਖ ਦੇ ਜਿਵੇਂ ਉਹਨਾਂ ਨੇ ਡਰਾਫਟ ਲਿਖ ਲੈਣੇ ਵੀ ਮੇਰੀ ਡੈਰੀ ਲਿਖ ਦੇ ਮੈਂ ਤੁਹਾਨੂੰ ਐਨੇ ਪੈਸੇ ਦਊਂਗਾ ਤੇ ਮੈਂ ਉਹਨਾਂ ਦੇ ਗਾਣੇ ਲਿਖੀ ਜਾਣੇ ਲਿਖੀ ਜਾਣੇ ਪਤਾ ਨਹੀਂ ਕਿੰਨੇ ਕ ਗਾਣੇ ਮੈਂ ਖੁਦ ਲਿਖ ਕੇ ਦਿੰਦੀ ਸੀ ਤੇ ਜਦੋਂ ਉਹ ਜਦੋਂ ਉਹਨਾਂ ਨੇ ਦੇਖਿਆ ਤੇ ਮੇਰਾ ਇੱਕ ਗੀਤ ਸਕੂਲ ਟਾਈਮ ਮੈਂ ਗਾਇਆ ਸੀ ਹੋਇਆ ਕਿ ਜੇ ਤੇ ਜੰਪੀ ਮਾਨਕ ਸਾਹਿਬ ਦਾ ਤੇ ਜਦੋਂ ਉਹਨਾਂ ਨੇ ਸੁਣਿਆ ਉਹ ਕਿਤੇ ਉਹਨਾਂ ਨੇ ਸੁਣ ਲਿਆ ਮੈਨੂੰ ਗੌਂਦੀ ਨੂੰ ਤੇ ਉਹਨਾਂ ਨੇ ਮੇਰੀ ਮੰਮੀ ਨੂੰ ਕਿਹਾ ਕਹਿੰਦੇ ਭਾਬੀ ਇੱਕ ਦਿਨ ਤੇਰੀ ਕੁੜੀ ਬਹੁਤ ਵੱਡੀ ਕਲਾਕਾਰ ਬਣੂਗੀ ਜੀ ਤੇ ਮਤਲਬ ਤੁਸੀਂ ਦੇਖੋਗੇ ਬਾਕੀ ਉਹਨਾਂ ਦੇ ਬੋਲ ਜਿਹੜੇ ਨੇ ਉਹ ਪੂਰੇ ਹੋਏ ਨੇ ਸੋ ਇਸ ਕਰਕੇ ਜੇ ਕਿਉਂਕਿ ਉਹਨਾਂ ਨੇ ਮੇਰੀ ਮਾਂ ਨੂੰ ਵਰਡ ਕਹੇ ਸੀ ਸੋ ਇਸ ਕਰਕੇ ਮੇਰੀ ਮਾਂ ਨੇ ਉਹ ਚੀਜ਼ ਮਹਿਸੂਸ ਕੀਤੀ ਕੀਤੀ ਮਹਿਸੂਸ ਰਣਾ ਉਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਫਿਰ ਜਦੋਂ ਮੈਂ ਸਟੈਬਲਿਸ਼ ਕਲਾਕਾਰ ਬਣ ਗਈ ਫਿਰ ਤਾਂ ਸਾਰਿਆਂ ਨੇ ਸਾਥ ਦਿੱਤਾ ਹੁਣ ਤਾਂ ਜਿਹੜਾ ਨਹੀਂ ਵੀ ਜਾਣਦਾ ਉਹ ਵੀ ਕਹਿੰਦਾ ਵੀ ਇਹ ਸਾਡੀ ਰਿਸ਼ਤੇਦਾਰ ਹੈ ਹਾਂਜੀ ਫਿਰ ਤਾਂ ਰਿਸ਼ਤੇਦਾਰ ਬਹੁਤ ਨਿਕਲੇ ਆਣਗੇ ਜਦੋਂ ਕਿਸੇ ਲਾਉਂ ਤੋਂ ਪਹੁੰਚਦੇ ਨੇ ਨਾ ਪਹਿਲਾਂ ਬਹੁਤ ਦੇਖੋ ਸਟਰਗਲ ਕਰਨਾ ਪੈਂਦਾ ਹੈ ਜਗਮੋਣ ਕੋਈ ਵੀ ਫੀਲਡ ਹੈ ਨਾ ਹਰ ਫੀਲਡ ਦੇ ਵਿੱਚ ਤੁਹਾਨੂੰ ਪਹਿਲਾਂ ਮਿਹਨਤ ਵੀ ਕਰਨੀ ਪੈਂਦੀ ਹੈ ਬਿਲਕੁਲ ਮਿਹਨਤ ਤੋਂ ਜ਼ਿਆਦਾ ਸਟਰਗਲ ਕਰਨਾ ਪੈਂਦਾ ਹੈ ਨਾ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਕਿਉਂਕਿ ਜਦੋਂ ਤੁਸੀਂ ਆਪਣੇ ਆਪ ਨੂੰ ਸਾਬਤ ਕਰਨਾ ਹੁੰਦਾ ਛੋਟਾ ਮੋਟਿਵ ਹੁੰਦਾ ਕਿ ਆ ਸਾਡਾ ਟਾਰਗੇਟ ਹੈ ਫਿਰ ਤੁਸੀਂ ਕਿਸੇ ਦੀ ਗੱਲ ਨਹੀਂ ਸੁਣਦੇ ਮੈਨੂੰ ਵੀ ਬਹੁਤ ਕੁਝ ਸੁਣਨਾ ਪਿਆ ਲੋਕਾਂ ਦਾ ਇਹ ਕੀ ਕਰ ਰਹੀ ਆ ਤੁਹਾਡੀ ਕੁੜੀ ਹਨਾ ਐਦਾਂ ਨਹੀਂ ਐਦਾਂ ਇਹ ਆਪਣੇ ਘਰਾਂ ਦੀਆਂ ਕੁੜੀਆਂ ਐਦਾਂ ਕੁਝ ਨਹੀਂ ਕਰਦੀਆਂ ਹੁੰਦੀਆਂ ਬਹੁਤ ਕੁਝ ਸੁਣਿਆ ਹਨਾ ਪਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਇਨਕਾਰ ਕੇ ਅੱਗੇ ਆਏ ਆ ਤੇ ਅੱਜ ਵਾਹਿਗੁਰੂ ਦੀ ਕਿਰਪਾ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਐਡਾ ਵੱਡਾ ਨਾਮ ਹੈ ਇਹੋ ਜਿਹਾ ਸਟੇਟਸ ਹੈ ਮੈਨੂੰ ਕਈ ਵਾਰੀ ਸਟੇਜ ਤੇ ਮੇਰੀ ਅੱਖਾਂ ਭਰ ਆਉਨੀਆਂ ਨੇ ਜਦੋਂ ਕੋਈ ਲੇਡੀਜ਼ ਮੇਰਾ ਹੱਥ ਫੜ ਕੇ ਕਹਿੰਦੀ ਆ ਵੀ ਸਾਡੇ ਘਰ ਤੀ ਹੋਵੇ ਤਾਂ ਤੇਰੇ ਵਰਗੀ ਹੋਵੇ ਬਹੁਤ ਵੱਡਾ ਕੰਪਲੀਮੈਂਟ ਆ ਮੇਰੇ ਲਈ ਅ ਤੇ ਹੁਣ ਜਦੋਂ ਤੁਸੀਂ ਮੈਰਿਡ ਹੋ ਜਾਂਦੇ ਤੇ ਹਸਬੰਡ ਵੀ ਸਪੋਰਟ ਕਰਦੇ ਨੇ ਫੁੱਲ ਸਪੋਰਟਿਵ ਨੇ ਦੇਖੋ ਇੱਕ ਔਰਤ ਜਿਹੜੀ ਆ ਨਾ ਜੇ ਉਹ ਆਪਣੇ ਪੇਕੇ ਘਰ ਆ ਤਾਂ ਉਹ ਆਪਣੇ ਪੇਕੇਆਂ ਦੇ ਸਿਰ ਤੇ ਰਾਜ ਕਰਦੀ ਹੈ ਜੇ ਉਹਨਾਂ ਦੀ ਸਪੋਰਟ ਹੈ ਤੇ ਜਦੋਂ ਵਿਆਹ ਤੋਂ ਬਾਅਦ ਜੇ ਉਹਦੀ ਇਨ-ਲਾਜ਼ ਫੈਮਿਲੀ ਜਿਹੜਾ ਸਾਰਾ ਪਰਿਵਾਰ ਹੈ ਜੇ ਉਹਦੇ ਨਾਲ ਖੜਦਾ ਤਾਂ ਉਹ ਹੋਰ ਦੁੱਗਣੀ ਤਾਕਤ ਨਾਲ ਕੰਮ ਕਰਦੀ ਹੈ ਜਿਵੇਂ ਵਿਆਹ ਤੋਂ ਬਾਅਦ ਇਸ ਫੀਲਡ ਦੇ ਵਿੱਚ ਕਾਮਯਾਬ ਹੋਈਆਂ ਜਾਂ ਕੰਮ ਕਰ ਰਹੀਆਂ ਹੁਣ ਤੱਕ ਜਾਂ ਅੱਗੇ ਹੋਰ ਕਰੂੰਗੀ ਤਾਂ ਸਿਰਫ ਸਿਰਫ ਮੇਰੇ ਸੋਹਰਾ ਪਰਿਵਾਰ ਕਰਕੇ ਕਿਉਂਕਿ ਉਹ ਮੇਰੀ ਪੂਰੀ ਫੈਮਿਲੀ ਮੇਰੀ ਬਹੁਤ سپورਟਿਵ ਹੈ ਸਭ ਤੋਂ ਜ਼ਿਆਦਾ ਮੇਰੇ ਹਸਬੰਦ ਮੇਰੇ ਬਹੁਤ سپورਟ ਕਰਦੇ ਨੇ ਮੇਰਾ ਬੇਟਾ ਮੇਰੀ ਬਹੁਤ سپورਟ ਕਰਦਾ ਹੈ ਮਤਲਬ ਸਾਰੀ ਫੈਮਿਲੀ ਮੇਰੀ ਬਹੁਤ سپورਟਿਵ ਹੈ ਤੇ ਕਦੇ ਉਹਨਾਂ ਨੇ ਮੈਨੂੰ ਰੋਕਿਆ ਨਹੀਂ ਕਿ ਇਦਾਂ ਨਹੀਂ ਕਰਨਾ ਬਸ ਇਹਨਾ ਜ਼ਰੂਰ ਹੁੰਦਾ ਹੈ ਕਿ ਹਮੇਸ਼ਾ ਸਾਡੇ ਇਹੀ ਡਿਸਕਸ਼ਨ ਹੁੰਦੀ ਹੈ ਵੀ ਉਹ ਚੀਜ਼ ਗਾਈਏ ਉਹ ਚੀਜ਼ ਕਰੀਏ ਜਿਹੜੀ ਪਰਿਵਾਰ ਚ ਬੈਠ ਕੇ ਸੁਣੀ ਜਾਵੇ ਸੋ ਇਸ ਕਰਕੇ ਬੜਾ ਵਧੀਆ ਮਾਹੌਲ ਹੈ ਤੇ ਮੈਨੂੰ ਲੱਗਦਾ ਵੀ ਜਿਹੜਾ ਹੁਣ ਦੌਰ ਹੈ ਚੰਗੀ ਗਾਇਕੀ ਦਾ ਆ ਗਿਆ ਹੈ ਜੀ ਜੀ ਤੇ ਹੁਣ ਚੰਗੇ ਗੀਤਾਂ ਨੂੰ ਲੋਕ ਸੁਣਨ ਲੱਗੇ ਤੇ ਚੰਗੀਆਂ ਚੀਜ਼ਾਂ ਅਸੀਂ ਜਿਹੜੀਆਂ गा ਰਹੇ ਹਾਂ ਹੁਣ ਉਹ ਮੈਨੂੰ ਲੱਗਦਾ ਵੀ ਚੱਲਣਗੀਆਂ ਲੋਕ ਪਸੰਦ ਕਰਨਗੇ ਸੋ ਮੇਰੀ ਫੈਮਿਲੀ ਵਿਆਹ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਪੇਕਾ ਪਰਿਵਾਰ ਨੇ ਪੂਰਾ ਸਾਥ ਦਿੱਤਾ ਤੇ ਹੁਣ ਮੇਰੇ ਹਸਬੰਦ ਵੀ ਮੇਰਾ ਪੂਰਾ ਮਤਲਬ ਪੂਰੀ ਸਪੋਰਟ ਹੈ ਮੈਨੂੰ ਕਿੱਦਾਂ ਗਿੱਦਾ ਹਾਂ ਕੋਲੈਸਟਾਇਮ ਬਗ ਕਿੱਦਾਂ ਪਾਇਆ ਮੇਰੇ ਹੁਣ ਵੀ ਤੁਸੀਂ ਮੋਸਟਲੀ ਵੀਡੀਓਜ਼ ਦੇਖੋ ਮੈਂ ਖੁਦ ਹੀ ਪਰਫਾਰਮ ਕਰਦੀ ਆ ਹਾਂ ਨਾ ਸਟੇਜਸ ਤੇ ਵੀ ਖੁਦ ਪਰਫਾਰਮ ਕਰਦੀ ਬਹੁਤ ਸ਼ੌਂਕ ਹੈ ਕਿਦਾਂ ਹਾਂ ਮੈਂ ਦੇਖਦਾ ਤੁਹਾਡੀ ਵੀਡੀਓ ਸਾਰੀਆਂ ਬਹੁਤ ਸੋਹਣਾ ਕਿਦਾਂ ਬਹਨੇ ਤੁਸੀਂ ਕਿਉਂਕਿ ਬਹੁਤ ਪਹਿਲਾਂ ਸ਼ੁਰੂ ਤੋਂ ਹੀ ਸ਼ੌਂਕ ਸੀ ਕਦੇ ਗਾਉਣ ਦਾ ਕਦੇ ਨੱਚਣ ਦਾ ਕਦੇ ਬੋਲਣ ਦਾ ਸੋ ਵਾਈਗਰੂ ਨੇ ਮਤਲਬ ਦੇਖੋ ਐਜੂਕੇਸ਼ਨ ਮੇਰੀ ਕੀ ਹੈ ਤੇ ਮੈਂ ਆਈ ਕਿਹੜੇ ਪਾਸੇ ਹਾਂ ਕਿੱਧਰੋਂ ਹਾਂ ਜਿਵੇਂ ਗੱਲ ਕਰਾਂ ਕਿ ਇਸ ਤੱਕ ਸਮੇਂ ਤੱਕ ਤਾਂ ਤੁਸੀਂ ਕਿਸੇ ਨਾਲ ਜਿੱਦਾਂ ਕਈ ਡਿਊਟ ਸੌਂਗ ਕਰਦੇ ਨੇ ਜੋੜੀ ਬਣਾ ਕੇ ਕਰਦੇ ਨੇ ਹੈਨਾ ਤੇ ਤੁਸੀਂ ਹੁਣ ਤੱਕ ਮੈਂ ਦੇਖ ਰਿਹਾ ਕਿ ਸਿੰਗਲ ਟਰੈਕ ਹੀ ਉਹ ਕਰਦੇ ਹਾਂ ਕਿ ਜੋੜੀ ਵਗੈਰਾ ਹਜੇ ਤੱਕ ਕੋਈ ਖਿਆਲ ਨਹੀਂ ਆ ਜਗਮੋਣ ਇਦਾਂ ਆ ਵੀ ਜਿਵੇਂ ਜੇ ਮੈਂ ਆਪਣੀ ਐਂਕਰਿੰਗ ਦੀ ਵੀ ਗੱਲ ਕਰਾਂ ਹਨਾ ਤੇ ਜਦੋਂ ਮੈਂ ਸਟਾਰਟ ਕੀਤਾ ਸੀ ਤੇ ਉਦੋਂ ਮਤਲਬ ਕੱਲੀ ਕੁੜੀ ਲਈ ਸਟੈਬਲਿਸ਼ ਹੋਣਾ ਬਹੁਤ ਔਖਾ ਸੀ ਹਨਾ ਹੁਣ ਤਾਂ ਬਹੁਤ ਔਖਾ ਹੋ ਗਿਆ ਕਿਉਂਕਿ ਹੁਣ ਤਾਂ ਥੋੜੀ ਥੋੜੀ ਮੁੱਠੀ ਚ ਹੈ ਸਭ ਕੁਝ ਬਿਲਕੁਲ ਉਦੋਂ ਬਹੁਤ ਔਖਾ ਸੀ ਉਦੋਂ ਨਾ ਕੋਈ মিডিਆ ਸੀ ਨਾ ਕੋਈ ਫੇਸਬੁੱਕ ਸੀ ਇਨਸਟਾ ਕੁਝ ਨਹੀਂ ਸੀ ਲਾਈਵ ਸੀ ਤੁਸੀਂ ਅਸੀਂ ਲਾਈਵ ਬਣੇ ਆ ਉਦੋਂ ਮੈਂ ਇੰਨੇ ਕ ਅਖਾੜੇ ਕੀਤੇ ਮੇਰਾ ਕੌਨਫੀਡੈਂਸ ਕੋਨਾ-ਕੋਨਾ ਕਮਾਇਆ ਠੀਕ ਹੈ ਜੀ ਉਹਨਾਂ ਨੇ ਮੇਰਾ ਕੰਫੀਡੈਂਸ ਇੰਨਾ ਬਿਲਟ ਅਪ ਕਰਤਾ ਕਿ ਇਕੱਲੀ ਕੁੜੀ ਬਹੁਤ ਕੁਝ ਕਰ ਸਕਦੀ ਹੈ ਮੈਨੂੰ ਲੋੜ ਨਹੀਂ ਹੈਗੀ ਜੇ ਮੈਂ ਐਡਾ ਵੱਡਾ ਨਾਮ ਆਪਣਾ ਐਂਕਰਿੰਗ 'ਚ ਬਣਾਇਆ ਤੇ ਗਾਇਕੀ 'ਚ ਵੀ ਹੁਣ ਮੈਂ ਕਾਮਯਾਬ ਕੱਲੀ ਹੋ ਰਹੀ ਆ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਕਿਸੇ ਦੀ ਜ਼ਰੂਰਤ ਹੈਗੀ ਐ ਪਰ ਫਿਰ ਵੀ ਜਿਦਾਂ ਗੁਰਵਿੰਦਰ ਬਰਾੜ ਜੀ ਨਾਲ ਇੱਕ ਮੇਰਾ ਡਿਊਟ ਆਇਆ ਸੀ Song ਉਹ ਮੈਂ ਵੋਕਲ ਦਿੱਤੀ ਸੀ ਫਿਰ ਵੀ ਅਗਰ ਮਤਲਬ ਜਿਦਾਂ ਮੇਰੀ ਵੋਕਲ ਜੇ ਡਿਊਟ ਗੀਤਾਂ ਦੇ ਵਿੱਚ ਕਿਸੇ ਨੂੰ ਚੰਗੀ ਲੱਗੂਗੀ ਉਹ ਮੈਂ ਜ਼ਰੂਰ ਕਰਾਂਗੀ ਪਰ ਇੱਕ ਜੋੜੀ ਬਣਾਉਣ ਦਾ ਹਲੇ ਮੈਂ ਨਹੀਂ ਸੋਚਿਆ ਕਿਉਂਕਿ ਮੈਂ ਪਰਫੈਕਟ ਆ ਆਪਣੇ ਆਪ ਦੇ ਵਿੱਚ ਹਨਾ ਤੇ ਸਟੈਬਲਿਸ਼ ਆ ਕੋਸ਼ਿਸ਼ ਕਰੂੰਗੀ ਪਰ ਜੇ ਕਦੇ ਪਰਮਾਤਮਾ ਨੇ ਚਾਇਆ ਜੋ ਵਾਇਗਰੂ ਨੇ ਚਾਇਆ ਪੌਸਿਬਿਲਿਟੀ ਹੋ ਵੀ ਸਕਦੀ ਹੈ ਇਨ ਫਿਊਚਰ ਹਨਾ ਜੇ ਕਿ ਕਿਸਮਤ ਦੇ ਵਿੱਚ ਹੋਇਆ ਪਰ ਫਿਲਹਾਲ ਐਸਾ ਕੁਝ ਨਹੀਂ ਹੈ ਜੀ 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 ਅਤੇ ਇੱਕ ਮੈਂ ਸੁਣਿਆ ਕਿ ਰਮਨਦੀਪ ਜਿਹੜੇ ਹੈਗੇ ਨੇ ਉਹਨਾਂ ਦਾ ਨਖਰਾ ਬਹੁਤ ਜ਼ਿਆਦਾ ਹੈ ਸ਼ਾਇਦ ਇਸੇ ਕਰਕੇ ਮੈਨੂੰ ਕਾਫੀ ਜਣੇ ਇਹ ਕਹਿੰਦੇ ਨੇ ਵੀ ਇਹ ਮਤਲਬ ਥੋੜੀ ਜਿਹੀ ਲੜਾਕੀ ਹੈ ਦਾ ਸੰਗ ਵੀ ਆ ਸੀਗਾ ਨੱਕਰੀ ਹਾਂ ਉਹਦੇ ਵੀ ਜੀ ਦੋ ਬੋਲ ਸੁਣਾਓ ਨੱਕਰੀ ਵੇ ਮਹੰਗੇ ਪੌਣਾਏ ਬਰੇੜ ਬੜੀ ਅੱਤੇ ਜੀ ਕਰੋਨੇ ਐਵੇਂ ਗੱਲੀਬਾਤੀ ਮੁੰਡੇ ਅਗਰਾਰੀ ਤੂੰ ਫਸੌਰੇ ਆ ਬਟੂ ਆਏ ਫੁੱਲ ਕੋਲ ਕੋਲ ਕੇ ਦਿਖਾਉਣਾ ਮੇਰੇ ਅੱਗੇ ਪਿੱਛੇ ਅੱਗੇ ਪਿੱਛੇ ਗੇੜੀਆਂ ਤੂੰ ਲਾਉਣੇ ਵਿਰੋਭ ਜਨ ਮਾਰੀ ਜੱਟੀ ਨਹੀਂ ਓ ਚੱਲਦੀ ਪ੍ਰੋਬ ਜਨ ਮਰੀ ਜੱਟੀ ਨਈਓ ਚੱਲਦੀ ਬਿਨਾ ਗੱਲ ਤੋਂ ਨੀ ਦਿਲ ਚ ਪੁਲੇਖੇ ਪਾਲੀ ਦੇ ਵੇ ਤੇਰੇ ਕਿੱਲਿਆਂ ਦੇ ਕਿੱਲੇ ਸਾਰੇ ਵਿੱਕ ਜਾਣਗੇ ਮਹਿੰਗੇ ਨਗਰੇ ਨੇ ਚੱਕਵੇਂ ਸੁਆਵਾਲੀ ਦੇ ਕਿੱਲਿਆਂ ਦੇ ਕਿੱਲੇ ਸਾਰੇ ਵਿੱਕ ਜਾਣਗੇ ਮਹਿੰਗੇ ਨਕਰੇ ਨੇ ਚੱਕਵੇਂ ਸੁਆਵਾਲੀ ਦੇ ਸੁਆਵਾਲੀ ਦੇ ਸੁਆਵਾਲੀ ਦੇ ਹਈ ਸੁਆਵਾਲੀ ਦੇ ਬਾਜੀ ਆ ਕੀ ਬਾਤ ਤੇ ਜੇ ਆਪਾਂ ਇੰਡਸਟਰੀ ਦੇ ਵਿੱਚ ਗੱਲ ਕਰੀਏ ਕਿ ਤੁਸੀਂ ਆਈਡਲ ਜੇ ਮੈਂ ਕਹਾ ਕਿਸੇ ਨੂੰ ਮੰਨਦੇ ਹਾਂ ਕਿਸੇ ਨੂੰ ਅ ਜੈਂਕਰਿੰਗ ਦੇ ਵਿੱਚ ਮੈਂ ਗੱਲ ਕਰਾਂ ਮੈਂ ਆਸ਼ਾ ਸ਼ਰਮਾ ਜੀ ਨੂੰ ਬਹੁਤ ਜ਼ਿਆਦਾ ਮਤਲਬ ਸੁਣਿਆ ਹੈ ਹਨਾ ਤੇ ਮੈਂ ਉਹਨਾਂ ਨੂੰ ਆਪਣਾ ਗੁਰੂ ਵੀ ਧਾਰਿਆ ਸੀ ਅਮਰੀਕਾ ਦੇ ਵਿੱਚ 2008 ਦੇ ਵਿੱਚ ਬੈਕਸਫੀਲਡ ਸਾਡਾ ਸ਼ੋਅ ਸੀ ਤੇ ਜੇ ਗਾਇਕੀ ਦੀ ਗੱਲ ਕਰਾਂ ਮੈਂ ਪਰਮਿੰਦਰ ਸੰਧੂ ਜੀ ਨੂੰ ਬਹੁਤ ਪਿਆਰ ਕਰਦੀ ਸੀ ਮਤਲਬ ਦਿਲੋਂ ਹਨਾ ਮੈਨੂੰ ਉਹਨਾਂ ਦੀ ਗਾਇਕੀ ਬਹੁਤ ਪਸੰਦ ਸੀ ਮੈਂ ਕਾਫੀ ਗੀਤ ਉਹਨਾਂ ਦੇ ਗੋਨੀ ਵੀਆ ਸੇਜਾਂ ਤੇ ਸੁਣਦੀ ਵੀ ਆਂ ਤੇ ਕੋਸ਼ਿਸ਼ ਇਹ ਹੁੰਦੀ ਹੈ ਵੀ ਦੇਖੋ ਹਰ ਇਨਸਾਨ ਦੀ ਆਪਣੀ ਵੱਖਰੀ ਪਛਾਣ ਹੁੰਦੀ ਹੈ ਕਿਸੇ ਦੀ ਗਾਇਕੀ ਕਿਵੇਂ ਆ ਕਿਸੇ ਦੀ ਕਿਵੇਂ ਤੁਸੀਂ ਕਿਸੇ ਕਿਸੇ ਨੂੰ ਸੁਣ ਸਕਦੇ ਹੋ ਪਰ ਕਿਸੇ ਵਰਗਾ ਬਣ ਨਹੀਂ ਸਕਦੇ ਔਰ ਮੈਨੂੰ ਇਹ ਲੱਗਦਾ ਹੁੰਦਾ ਵੀ ਆਪਣੀ ਪਛਾਣ ਤੁਹਾਨੂੰ ਵੱਖਰੀ ਰੱਖਣੀ ਚਾਹੀਦੀ ਹੈ ਨਾ ਕਿਸੇ ਵਰਗੇ ਨਹੀਂ ਬਣਨਾ ਚਾਹੀਦਾ ਹਾਂ ਉਹਨਾਂ ਦੀ ਗਾਇਕੀ ਤੋਂ ਸਿੱਖੋ ਜ਼ਰੂਰ ਪਰ ਆਪਣੀ ਪਛਾਣ ਵੱਖਰੀ ਰੱਖੋ ਮੈਂ ਪਰਮਿੰਦਰ ਸੰਧੂ ਜੀ ਨੂੰ ਅੱਜ ਜਿੱਥੇ ਵੀ ਨੇ ਉਹ ਵਿਛੜੀ ਰੂਹ ਸਾਡੇ ਵਿੱਚ ਨਹੀਂ ਹੈਗੀ ਪਰ ਮੈਂ ਉਹਨਾਂ ਦੀ ਗਾਇਕੀ ਨੂੰ ਸਲੂਟ ਕਰਦੀ ਹਾਂ ਜੀ ਜੀ ਤੇ ਜਿੱਦਾਂ ਤੁਸੀਂ ਪਹਿਲਾਂ ਐਜ਼ ਅੈਂਕਰ ਵੀ ਇਕੱਲੇ ਜੋ ਕਰਦੇ ਸੀ ਕੰਮ ਤੇ ਹੁਣ ਸਿੰਗਿੰਗ ਦੇ ਵਿੱਚ ਵੀ ਇਕੱਲੇ ਹੋ ਤੇ ਜਦੋਂ ਕਿਤੇ ਲਾਈਵ ਸ਼ੋਅ ਵਗੈਰਾ ਜੋ ਤੁਸੀਂ ਕਰਦੇ ਹੋ ਤਾਂ ਇਕੱਲੇ ਤਾਂ ਤੁਹਾਨੂੰ ਲਾਈਵ ਸ਼ੋਅ ਦੇ ਵਿੱਚ ਡਰ ਨਹੀਂ ਲੱਗਦਾ ਨਹੀਂ ਨਹੀਂ ਅੰਨਿਆ ਬਿਲਕੁਲ ਨਹੀਂ ਅੰਨਿਆ ਸਟੇਜਾਂ ਕਰ ਲੀਆਂ ਜਗਮਾਉਣ ਪਤਾ ਹੀ ਨਹੀਂ ਗਿਣਤੀ ਨਹੀਂ ਹੁਣ ਕਈ ਵਾਰੀ ਕੋਈ ਮਿਲਦਾ ਕੋਈ ਕਹਿੰਦਾ ਮੈਡਮ ਅਸੀਂ ਆਪਾਂ ਇਹ ਪ੍ਰੋਗਰਾਮ ਤੇ ਮਿਲੇ ਸੀ ਮੈਨੂੰ ਯਾਦ ਵੀ ਨਹੀਂ ਰੰਦਾ ਜੀ ਕਿਉਂਕਿ ਅਸੀਂ ਜਿਹੜੇ ਕਲਾਕਾਰ ਬਣੇ ਆ ਅਸੀਂ ਲਾਈਵ ਬਣੇ ਆ ਜਦੋਂ ਮੇਲਿਆਂ ਦਾ ਦੌਰ ਸੀ ਹਨਾ ਉਸ ਟਾਈਮ ਦੇ ਵਿੱਚ ਬਾਪੂ ਜਸੋਵਾਲ ਜੀ ਨੂੰ ਬਾਬਾ ਬੋੜ ਕਿਹਾ ਜਾਂਦਾ ਸੀ ਮੇਲੇ ਕਰਾਉਣ ਦੇ ਵਿੱਚ ਉਹਨਾਂ ਤੋਂ ਵੱਡਾ ਨਾਮ ਕਿਸੇ ਦਾ ਨਹੀਂ ਸੀ ਸੋ ਮੈਂ ਬਾਬਾ ਬੋੜ ਬਾਪੂ ਜਸੋਵਾਲ ਜੀ ਦੀ ਪੈਦਾਇਸ਼ ਆ ਜੀ ਸ਼ੁਰੂਆਤ ਮਤਲਬ ਉਹਨਾਂ ਨੇ ਕਰਾਈ ਸੀ ਮੇਰੇ ਉਸ ਤੋਂ ਬਾਅਦ ਮੈਨੂੰ ਦੂਰਦਰਸ਼ਨ ਨੇ ਸਿਲੈਕਸ਼ਨ ਮੇਰੀ ਕੀਤੀ ਸੀ ਉਹਨਾਂ ਨੇ ਇੰਨੇ ਕ ਪ੍ਰੋਗਰਾਮ ਕਿਹੜਾ ਪਿੰਡ ਨਹੀਂ ਸਾਨੂੰ ਜਿਹੜਾ ਉਹਨਾਂ ਨੇ ਨਹੀਂ ਦਿਖਾਇਆ ਹੂੰ ਔਰ ਤੁਸੀਂ ਬਲੀਵ ਕਰੋਗੇ ਸਵੇਰੇ ਪ੍ਰੋਗਰਾਮ ਸਟਾਰਟ ਹੋ ਜਾਂਦਾ ਸੀ ਮੰਨ ਲਓ 10 ਵਜੇ ਪ੍ਰੋਗਰਾਮ ਸਟਾਰਟ ਹੋ ਜਾਂਦਾ ਪਿੰਡਾਂ ਚ ਨਾ ਤੇ ਰਾਤ ਦੇ 8-8 ਵਜੇ ਜਾਂਦੇ ਸੀ ਇੰਨਾ ਪਕਾਇਆ ਸਾਨੂੰ ਉਹਨਾਂ ਨੇ ਮਤਲਬ ਸਾਡਾ ਸਾਰਾ ਡਰ ਬਾਪੂ ਜੀ ਨੇ ਕੱਢਤਾ ਮੈਂ ਕਦੇ ਕਿਸੇ ਤੋਂ ਨਹੀਂ ਡਰੀ ਸਟੇਜ ਤੇ 22 ਸੇਖੋਂ ਕਲਵੰਤ ਸੇਖੋਂ ਬਹੁਤ ਵੱਡਾ ਨਾਮ ਹੈਗਾ ਬਾਈ ਜੀ ਕਈ ਵਾਰੀ ਸਟੇਜਾਂ ਤੋਂ ਕਹਿੰਦੇ ਹੁੰਦੇ ਸੀ ਇੱਕ ਵਾਰੀ ਅਸੀਂ ਪ੍ਰੋਗਰਾਮ ਤੇ ਸੀ ਉਹ ਵੀ ਸ਼ੇਰੋ ਸ਼ਾਹੀ ਕਰ ਰਹੇ ਸੀ ਮੈਂ ਵੀ ਕਰ ਰਹੀ ਸੀ ਤੇ ਪਰ ਮੇਰੇ ਚ ਕੰਫੀਡੈਂਸ ਇੰਨਾ ਸੀਗਾ ਵੀ ਮੈਂ ਉਹ ਇੱਕ ਸ਼ੇਰ ਬੋਲਦੇ ਸੀ ਮੈਂ ਵੀ ਜਵਾਬ ਚ ਤੁਰਜਾ ਬੋਲ ਦਿੰਦੇ ਸੀ ਉਹਨਾਂ ਨੇ ਫੇਰ ਬੋਲਣਾ ਮੈਂ ਫੇਰ ਦੇ ਦੇਣਾ ਜਵਾਬ ਉਸ ਇਵਨ ਦੈਨ YouTube ਤੇ ਵੀ ਪਈ ਆ ਵੀਡੀਓ ਹੋ ਹਨਾ ਤੇ ਉਹਨਾਂ ਨੇ ਸਟੇਜ ਤੇ ਗੱਲ ਕਹੀ ਸੀ ਕਹਿੰਦੇ ਵੀ ਇਹ ਕੁੜੀ ਨਹੀਂ ਇਹ ਤਾਂ ਮੁੰਡਾ ਹੈ ਵੀ ਤਾਂ ਦਬਦੇ ਹੀ ਨਹੀਂ ਮਤਲਬ ਹਟਦੀ ਨਹੀਂ ਹੈ ਕੁੜੀ ਵੀ ਡਰਦੀ ਨਹੀਂ ਹੈ ਵੀ ਹਾਂ ਵੀ ਇਦਾਂ ਕਰਕੇ ਵੀ ਜਿੱਦਾਂ ਮੈਂ ਚੱਲਦਾ ਵੱਧ ਵੱਧ ਕੇ ਆਉਂਦੀ ਅੱਗੇ ਵੀ ਇਹ ਕੁੜੀ ਇੱਕ ਦਿਨ ਜ਼ਿੰਦਗੀ ਦੇ ਵਿੱਚ ਬਹੁਤ ਕਾਮਯਾਬ ਹੋਊਗੀ ਸੋ ਮਤਲਬ ਡਰ ਜਿਹੜਾ ਨਾ ਜਾ ਪਰਿਵਾਰ ਦੇ ਵਿੱਚੋਂ ਕਹਿ ਲਓ ਵੀ ਪਰਿਵਾਰਕ ਪ੍ਰਚੋਕਕੜਾ ਹੋ ਜਾ ਸੀਗਾ ਵੀ ਜਦੋਂ ਡੈਡੀ ਮੇਰੇ ਪੁਲਿਸ ਚੋਂ ਕਰਕੇ ਵੀ ਸਾਡੇ ਘਰ ਦਾ ਮੌਲੀਆਂ ਹੋ ਜਾ ਸੀ ਡਰੀ ਤਾਂ ਮੈਂ ਅੱਜ ਤੱਕ ਨਹੀਂ ਕਦੇ ਵੀ ਨਹੀਂ ਕਦੇ ਕਿਸੇ ਸਟੇਜ ਤੇ ਨਹੀਂ ਡਰੀ ਚਾਹੇ ਗਾਇਕੀ ਦੀ ਸਟੇਜ ਸੀ ਚਾਹੇ ਐਂਕਰਿੰਗ ਦੀ ਸਟੇਜ ਸੀ ਤੇ ਪਰ ਉਸ ਪਰਮਾਤਮਾ ਤੋਂ ਹਮੇਸ਼ਾ ਡਰਦੀ ਸੀ ਵੀ ਮਾਲਕਾ ਵੀ ਮੇਰਾ ਸੁਰ ਜਾਂ ਮੇਰੇ ਬੋਲ ਹਮੇਸ਼ਾ ਸਹੀ ਰੱਖੀ ਪਰ ਮੈਂ ਬੰਦਿਆਂ ਤੋਂ ਕਿਸੇ ਤੋਂ ਡਰੀ ਹੈਗੀ ਅੱਜ ਤੱਕ ਬਿਲਕੁਲ ਜੀ ਇਹ ਡਰ ਤੋਂ ਹੀ ਮੈਂ ਗੱਡ ਉਹ ਜਿਆਦਾ ਗਿਆ ਇੱਕ ਤੁਸੀਂ ਸੌਂਗ ਸੀਗਾ ਕਿ ਖੁੱਲ ਕੇ ਜਿਉਣ ਦਾ ਸੌਂਗ ਤੁਸੀਂ ਰੱਖਦੇ ਹੋ ਬਹੁਤ ਹਨਾ ਉਹਦਾ ਵੀ ਦੋ ਬੋਲ ਖੁੱਲ ਕੇ ਜਿਉਣ ਦਾ ਉਹ ਇਹੀ ਗੀਤ ਜਿਹੜਾ ਮੈਂ ਹੁਣ ਸੁਣਾ ਕੇ ਹਟੀਆਂ ਮਹਿੰਗੇ ਨਖਰੇ ਇਹਦੇ ਵਿੱਚ ਹੀ ਉਹ ਲਾਈਨ ਆ ਉਹ ਸੁਣਾ ਦੇਣੀ ਆ ਹੋ ਸ਼ੌਂਕ ਜੱਟੀ ਨੂੰ ਐ ਪੂਰਾ ਖੁੱਲ ਕੇ ਜਿਉਣ ਦਾ ਨਿੱਤ ਚੜਦੇ ਤੋਂ ਚੜਦਾ ਵੇ ਸੂਟ ਪਾਉਣ ਦਾ ਹੋ ਸ਼ੌਂਕ ਜੱਟੀ ਨੂੰ ਐ ਪੂਰਾ ਖੁੱਲ ਕੇ ਜਿਉਣ ਦਾ ਨਿੱਤ ਚੜਦੇ ਤੋਂ ਚੜਦਾ ਵੇ ਸੂਟ ਪਾਉਣ ਦਾ ਉਹ ਜਿੰਨਾ ਮੁੰਡਿਆਂ ਵੇ ਤੇਰਾ ਮੰਤ ਲੀਏ ਖਰਚਾ ਉਹਨਾ ਖਰਚਾ ਏ ਮੇਰੇ ਸੁਟਾ ਨੂੰ ਸੋਂਦਾ ਵੇ ਤੇਰੀ ਰੇਂਜ ਤੋਂ ਬਾਹਰ ਤੂੰ ਖਿਆਲ ਛੱਡ ਦੇ ਤੇਰੀ ਰੇਂਜ ਤੋਂ ਆ ਬਾਹਰ ਤੂੰ ਖਿਆਲ ਛੱਡ ਦੇ ਵੇ ਤੇਰੇ ਜਿਹੇ ਸਾਡੇ ਘਰੇ ਰੱਖੇ ਹਾਲੀ ਵੇ ਵੇ ਤੇਰੇ ਕਿਲਿਆਂ ਦੇ ਕਿल्ले ਸਾਰੇ ਵਿੱਕ ਜਾਣਗੇ ਮੈਂ ਗਿਨਕਰੇ ਨੇ ਚੱਕਵੇਂ ਸੁਬਾਵਾਲੀ ਦੇ ਕਿਲਿਆਂ ਦੇ ਕਿल्ले ਸਾਰੇ ਵਿੱਕ ਜਾਣਗੇ ਮੈਂ ਗਿਨਕਰੇ ਨੇ ਚੱਕਵੇਂ ਸੁਬਾਵਾਲੀ ਦੇ ਸੁਬਾਵਾਲੀ ਦੇ ਹਈ ਸੁਬਾਵਾਲੀ ਦੇ ਵਾਸਿਵਾ ਕਾਫੀ ਰੱਜ ਕੇ ਮਨ ਇੱਜਤ ਹੋ ਗਈ ਮੇਰੀ ਚਾਹੀਏ ਐਕਚੁਅਲੀ ਐਦਾਂ ਨਾ ਵੀ ਕਈ ਵਾਰ ਜਗਮੋਨ ਕਰਨਾ ਪੈਂਦਾ ਹੈ ਨਾ ਵੀ ਕਿਉਂਕਿ ਕਾਫੀ ਕੁੜੀਆਂ ਦੀ ਡਿਮਾਂਡ ਸੀ ਵੀ ਮੈਡਮ ਐਦਾਂ ਹਾਂਜੀ ਹਾਂਜੀ ਉਹ ਚੀਜ਼ ਗਈ ਥੋੜਾ ਮੈਨੂੰ ਲੱਗਿਆ ਵੀ ਵੀ ਯਾਰ ਐਡਾ ਵੀ ਨਹੀਂ ਹੋਣਾ ਜਿਆਦਾ ਹੋ ਗਿਆ ਸੀ ਨਾ ਪਰ ਕੋਈ ਗੱਲ ਨਹੀਂ ਮੁੰਡਾ ਨੂੰ ਵੀ ਪਤਾ ਹੈ ਵੀ ਕੁੜੀਆਂ ਦੇ ਨਖਰੇ ਚੱਕ ਸਕਦੇ ਨੇ ਹਾਂਜੀ ਅ ਤੇ ਜਿਵੇਂ ਆਪਣੇ ਗਾਇਕੀ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂ ਕਿ Song ਵਗੈਰਾ ਤੁਸੀਂ ਖੁਦ ਲਿਖਦੇ ਹੋ ਜਾਂ ਜਿੱਦਾਂ ਉਹ ਜਗਮੋਣ ਲਿਖਣ ਬਾਰੇ ਮੈਨੂੰ ਸ਼ੌਂਕ ਬਹੁਤ ਸੀ ਲਿਖਣ ਦਾ ਜਦੋਂ ਮੈਂ ਐਸ ਅ ਐਂਕਰ ਫੀਲਡ 'ਚ ਕੰਮ ਕਰਦੀ ਸੀ ਕਾਫੀ ਸ਼ੇਅਰ ਮੈਂ ਖੁਦ ਲਿਖੇ ਨੇ ਪਰ ਗੀਤ ਮੈਂ ਹਲੇ ਤੱਕ ਕੋਈ ਨਹੀਂ ਲਿਖਿਆ ਮੇਰਾ ਇੱਕ ਗੀਤ ਆਇਆ ਸੀ ਪ੍ਰਧਾਨਗੀ ਹਾਂਜੀ ਉਹ ਸੀ ਉਹ ਸਿਰਫ ਉਹਦਾ ਆਡੀਓ ਹੀ ਛੱਡਿਆ ਸੀ بڑا ਗੀਤ ਪਸੰਦ ਕੀਤਾ ਤਾਰੀ ਜਟੋਲੀ ਵਾਲੇ ਨੇ ਲਿਖਿਆ ਸੀ ਗੀਤ ਮੇਰਾ ਉਹ ਉਹਦੇ ਵਿੱਚ ਮੈਂ ਥੋੜ੍ਹਾ ਜਾ ਕੇ ਜਿੱਦਾਂ ਚੇਂਜ ਕੀਤਾ ਸੀ ਕੁਝ ਕੁ ਲਾਈਨਾਂ ਚੇਂਜ ਕਰੀਆਂ ਸੀ ਮੈਂ ਤੇ ਉਹ ਮੈਂ ਕੀਤਾ ਬਸ ਮੈਨੂੰ ਸ਼ੌਂਕ ਬਹੁਤ ਹੈ ਪਰ ਟਾਈਮ ਨਹੀਂ ਮਿਲਦਾ ਮੈਂ ਬਹੁਤ ਬਿਜ਼ੀ ਰਹਿੰਦੀ ਆ ਆਪਣੀ ਫੈਮਿਲੀ 'ਚ ਆਪਣੇ ਕੰਮਾਂ ਕਰਾਂ ਤੇ ਮੈਨੂੰ ਦੇਖਣੀਆਂ ਇੱਧਰ ਸਿੰਗਿੰਗ ਦਾ ਵੀ ਦੇਖਣਾ ਬਹੁਤ ਹਾਂਜੀ ਇੱਕ ਕਲਾਕਾਰ ਦੀ ਲਾਈਫ ਨਾ ਹਮੇਸ਼ਾ ਬਿਜ਼ੀ ਰਹਿੰਦੀ ਹੈ ਬੜੇ ਲੋਕਾਂ ਦਾ ਗਿਲਾ ਵੀ ਹੁੰਦਾ ਹੈ ਵੀ ਤੁਸੀਂ ਗੱਲ ਨਹੀਂ ਕਰਦੇ ਤੁਸੀਂ ਸਾਡਾ ਫੋਨ ਨਹੀਂ ਚੱਕਦੇ ਸਾਨੂੰ ਮਿਲਦੇ ਨਹੀਂ ਸਾਡੇ ਕੋਲ ਆਉਂਦੇ ਨਹੀਂ ਮੈਨੂੰ ਵੀ ਹੁੰਦਾ ਵੀ ਇੱਕ ਔਰਤ ਜਿਹੜੀ ਆ ਨਾ ਮਤਲਬ ਮੈਰਿਜ ਤੋਂ ਬਾਅਦ ਜ਼ਿਆਦਾ ਜ਼ਿੰਮੇਵਾਰੀਆਂ ਚ ਫਸ ਜਾਂਦੀ ਹੈ ਤੇ ਜਦੋਂ ਉਹ ਕਲਾਕਾਰ ਹੋਏ ਫਿਰ ਤਾਂ ਉਹਦੀਆਂ ਜ਼ਿੰਮੇਵਾਰੀਆਂ 4 ਗੁਣਾ ਵੱਧ ਜਾਂਦੀਆਂ ਨੇ ਸੋ ਮੈਨੂੰ ਮਤਲਬ ਮੈਂ ਪਰਿਵਾਰ ਨੂੰ ਵੀ ਦੇਖਣਾ ਹੈ ਆਪਣੇ ਕੰਮ-ਕਾਰ ਨੂੰ ਵੀ ਦੇਖਣਾ ਹੈ ਹੋਰ ਸਰਕਲ ਵੀ ਸਾਰਾ ਦੇਖਣਾ ਹੁੰਦਾ ਮੈਂ ਬਿਜ਼ੀ ਬਹੁਤ ਰਹਿੰਦੀ ਆ ਇਸ ਕਰਕੇ ਮੈਂ ਤੋਂ ਮਤਲਬ ਟਾਈਮ ਨਹੀਂ ਦਿੱਤਾ ਜਾਂਦਾ ਲਿਖਣ ਦਾ ਜੀ ਤੇ ਤੁਸੀਂ ਸ਼ਾਇਰੀ ਹੈ ਜਿਹੜੀ ਉਹ ਖੁਦ ਲਿਖਦੇ ਹੋ ਨਾ ਪਹਿਲਾਂ ਐਂਕਰ ਵੀ ਥੋੜੀ ਜਿਹੀ ਕੋਈ ਸ਼ਾਇਰੀ ਵੀ ਸੁਣਾਓ ਜੀ ਮੇਰਾ ਇੱਕ ਸ਼ੇਰ ਮੈਂ ਹਮੇਸ਼ਾ ਸਟੇਜ ਤੇ ਜਿੱਦੀ ਸ਼ੁਰੂਆਤ ਵੀ ਮੈਂ ਆਪਣੇ ਸਟੇਜ ਦੀ ਉਸ ਤੋਂ ਕਰਦੀ ਹੁੰਦੀ ਆ ਧਾਰਮਿਕ ਸਟੇ ਮਤਲਬ ਇਹ ਹੈਗਾ ਕੁੜੀਆਂ ਦੇ ਲਈ ਲਿਖਿਆ ਸੀਗਾ ਕਿਉਂਕਿ ਮੈਂ ਕੁੜੀਆਂ ਨੂੰ ਬਹੁਤ ਪਿਆਰ ਕਰਦੀ ਆ ਮੈਨੂੰ ਕਿਉਂਕਿ ਮੈਂ ਆਪ ਇੱਕ ਫੀਮੇਲ ਆ ਤੇ ਮੈਨੂੰ ਹੁੰਦਾ ਕਿ ਮੈਂ ਫੀਮੇਲ ਕਮਿਊਨਿਟੀ ਲਈ ਕੁਝ ਨਾ ਕੁਝ ਕਰਦੀ ਰਹਾ ਉਹ ਸੀ ਮੈਂ ਬੇਟੀ ਗੁਰੂ ਗੋਬਿੰਦ ਦੀ ਪੋਤੀ ਹਾਂ ਤੇਗ ਬਹਾਦਰ ਦੀ ਮੈਂ ਬੇਟੀ ਗੁਰੂ ਗੋਬਿੰਦ ਦੀ ਪੋਤੀ ਹਾਂ ਤੇਗ ਬਹਾਦਰ ਦੀ ਅਸੀਂ ਰਖਣੀ ਕੁੜੀਓ ਇੱਜ਼ਤ ਨਹੀਂ ਰਖਣੀ ਐ ਹਿੰਦ ਦੀ ਚਾਦਰ ਦੀ ਜਗ ਜਨਨੀ ਆਖ ਗੁਰੂ ਨਾਨਕ ਨੇ ਜਿਹਨੂੰ ਪੂਜਣ ਯੋਗ ਬਣਾਇਆ ਏ ਮੈਂ ਧੀ ਹਾਂ ਦੇਸ਼ ਪੰਜਾਬ ਦੀ ਤਾਈਂ ਉਹ ਸਤਕਾਰ ਕਮਾਇਆ ਏ ਮੈਂ ਧੀ ਹਾਂ ਦੇਸ਼ ਪੰਜਾਬ ਦੀ ਤਾਈਂ ਉਹ ਸਤਕਾਰ ਕਮਾਇਆ ਏ ਸੋ ਮਤਲਬ ਇਹ ਜਦੋਂ ਮੈਂ ਇੱਥੋਂ ਆਪਣੇ ਸਟੇਜ ਦੀ ਸ਼ੁਰੂਆਤ ਕਰਦੀ ਮੈਨੂੰ ਇਹ ਲੱਗਦਾ ਹੁੰਦਾ ਵੀ ਸਾਰੀਆਂ ਖੂਬੀਆਂ ਮੇਰੇ 'ਚ ਹੈਗੀਆਂ ਨੇ ਸੋ ਆਪਣੇ ਆਪ ਨੂੰ ਮੁੱਖ ਰੱਖ ਕੇ ਮੈਂ ਲਿਖਿਆ ਸੀ ਇਹ ਸੋ ਇੱਕ ਮੇਰਾ ਹੋਰ ਸ਼ੇਅਰ ਬੜਾ ਸੁਣੋ ਵੀ ਰੰਗ ਬਿਰੰਗੀ ਦੁਨੀਆ ਵਿੱਚ ਰੰਗਾਂ ਦੇ ਮੇਲੇ ਬਾਕੀ ਦੁਨੀਆ ਦੇ ਬਹੁਤ ਰੰਗ ਨਹੀਂ ਕੋਈ ਹੱਸਦਾ ਹੈ ਕੋਈ ਰੋਂਦਾ ਹੈ ਕੋਈ ਖੁਸ਼ ਹੈ ਨਾ ਕੋਈ ਪਰੇਸ਼ਾਨ ਹੈ ਕਹਿੰਦੇ ਰੰਗ ਬਿਰੰਗੀ ਦੁਨੀਆ ਵਿੱਚ ਰੰਗਾਂ ਦੇ ਮੇਲੇ ਹਾਣ ਨੂੰ ਹਾਣ ਪਿਆਰਾ ਇੱਥੇ ਦਿਲ ਮਿਲਿਆਂ ਦੇ ਮੇਲੇ ਵੇਦੋ ਗੱਲਾਂ ਕਰੀਏ ਸਬੱਬੀ ਹੋਗੇ ਮੇਲੇ ਜਿਵੇਂ ਅੱਜ ਸਾਡੇ ਮੇਲ ਸਬੱਬ ਨਾਲ ਹੋਏ ਨੇ ਹਨਾ ਤੇ ਇਸ ਕਰਕੇ ਮੈਨੂੰ ਇਹ ਹੁੰਦਾ ਵੀ ਹਰ ਇੱਕ ਨਾਲ ਆਪਾਂ ਸਬੱਬ ਨਾਲ ਮਿਲਦੇ ਆ ਸਾਨੂੰ ਫੋਨਾਂ ਤੋਂ ਥੋੜਾ ਜਿਹਾ ਇਧਰ ਉਧਰ ਹੋ ਕੇ ਇੱਕ ਚਾਰ ਗੱਲਾਂ ਵੀ ਕਰਨੀਆਂ ਚਾਹੀਦੀਆਂ ਨੇ ਹਨਾ ਜ਼ਰੂਰੀ ਹੈ ਕਿਉਂਕਿ ਇੱਥੇ ਸਬੱਬ ਨਾਲ ਹੀ ਮਿਲਦਾ ਹੈ ਇਹ ਮੇਲੇ ਦਿਲ ਮਿਲਿਆਂ ਦੇ ਮੇਲੇ ਨੇ ਇਹ ਦੁਨੀਆ ਇੱਕ ਮੁਸਾਫਰਖਾਨਾ ਆ ਅਸੀਂ ਮੇਲੇ 'ਚ ਘੁੰਮ ਰਹੇ ਆ ਸੋ ਅੱਜ ਸਮਾਂ ਬਹੁਤ ਜਗਮੁਣ ਚੇਂਜ ਹੋ ਗਿਆ ਹਾਂਜੀ ਜਿਹੜਾ ਸਾਡਾ ਸਮਾਂ ਹੁੰਦਾ ਸੀ ਨਾ ਜਦੋਂ ਅਸੀਂ ਟੂਰ ਵੀ ਲਾਉਣੇ ਕਰਨੇ ਕਲਾਕਾਰਾਂ ਨੇ ਬੈਠਣਾ ਬੜੀਆਂ ਗੱਲਾਂ ਕਰਨੀਆਂ ਆਪਣੇ ਦੁੱਖ ਸੁੱਖ ਵੀ ਕਰਨੇ ਸਾਂਝੇ ਮਤਲਬ ਬਹੁਤ ਵਧੀਆ ਸਮਾਂ ਹੁੰਦਾ ਸੀ ਪਰ ਹੁਣ ਮਸ਼ੀਨਰੀ ਇੰਨੀ ਹੈਵੀ ਹੋ ਗਈ ਨਾ ਸਾਡੇ ਦੇ ਉੱਤੇ ਮਤਲਬ ਜਿਹਦਾ ਫੋਨ ਦੀ ਗੱਲ ਕਰੀਏ ਮੈਂ ਤਾਂ ਕੱਲ ਕਿਸੇ ਨਾਲ ਡਿਸਕਸ ਕਰ ਰਹੀ ਸੀ ਵੀ ਦੁਨੀਆ ਮੁਠੀ ਚ ਹੈ ਵਾਕਈ ਕਿਸੇ ਨੇ ਕਿਹਾ ਸੀ ਨਾ ਦੁਨੀਆ ਮੁਠੀ ਮੇ ਕਰ ਲੋ ਉਹ ਹੁਣ ਕਰ ਲਈ ਅਸੀਂ ਫੋਨ 'ਚ ਹੋ ਗਈ ਦੁਨੀਆ ਸਾਰੀ ਕੈਦ ਮਤਲਬ ਇਹ ਇੱਕ ਮਿੱਠਾ ਮਿੱਠਾ ਜ਼ਹਿਰ ਹੈ ਜਿਹੜਾ ਕਿ ਹੌਲੀ-ਹੌਲੀ ਸਾਨੂੰ ਸਾਰਿਆਂ ਨੂੰ ਖਾ ਰਿਹਾ ਹੈ ਹਨਾ ਮਤਲਬ ਅਸੀਂ ਚਾਰ ਜਣੇ ਬੈਠੇ ਆ ਆਪਣੇ ਆਪਣੇ ਫੋਨ ਦੇ ਵਿੱਚ ਲੱਗੇ ਹੋਏ ਆ ਮਤਲਬ ਕਿਸੇ ਨਾਲ ਕੋਈ ਮਤਲਬ ਨਹੀਂ ਕਿਸੇ ਨੇ ਕਿਸੇ ਦਾ ਦੁੱਖ ਨਹੀਂ ਪੁੱਛਣਾ ਕਿਸੇ ਨੂੰ ਕੀ ਤਕਲੀਫ ਹੈ ਅੱਜਕੱਲ ਤੁਸੀਂ ਦੇਖੋ ਦੁਨੀਆ ਕਿੰਨੀ ਡਿਪਰੈਸ਼ਨ ਦੇ ਵਿੱਚ ਚੱਲੀ ਗਈ ਉਹਦਾ ਕਾਰਨ ਹੀ ਇਹ ਹੈ ਕਿ ਤੁਸੀਂ ਕਿਸੇ ਨਾਲ ਗੱਲ ਹੀ ਨਹੀਂ ਕਰਦੇ ਹੁਣ ਫੋਨ ਤੁਹਾਡੇ ਨਾਲ ਗੱਲ ਤਾਂ ਨਹੀਂ ਕਰੂਗਾ ਤੁਹਾਨੂੰ ਉਹੀ ਦਿਖਾਊਗਾ ਜੋ ਅਸੀਂ ਬੋਲ ਰਹੇ ਹਾਂ ਠੀਕ ਹੈ ਤੇ ਇਹ ਇੱਕ ਨਾਟਕ ਹੈ ਹਨਾ ਅਸੀਂ ਹੁਣ ਆਪਾਂ ਇੰਟਰਵਿਊ ਕਰ ਰਹੇ ਹਾਂ ਹਨਾ ਆਪਾਂ ਗੱਲਾਂ ਕਰ ਰਹੇ ਹਾਂ ਹੋ ਸਕਦਾ ਕੁਝ ਕੁ ਗੱਲਾਂ ਸੀ ਪਲਾਨ ਵੀ ਕੀਤੀਆਂ ਹੁਣ ਵੀ ਅਸੀਂ ਇਦਾਂ ਕਰਨੀ ਹੈ ਬਟ ਜਿਹੜੀਆਂ ਆਪਾਂ ਨੇਚਰਲ ਗੱਲਾਂ ਕਰਨੀਆਂ ਨੇ ਇੱਕ ਦੂਜੇ ਦੇ ਨਾਲ ਉਹ ਨੇਚਰਲ ਹੈ ਨੇਚਰੈਲਿਟੀ ਹੈ ਅਸੀਂ ਲੋਕਾਂ ਨੇ ਕੀ ਸੋਚ ਲਿਆ ਕਿ ਫੋਨ ਦੇ ਵਿੱਚ ਜੋ ਦਿਖਾਇਆ ਜਾਂਦਾ ਉਹ ਸੱਚ ਹੈ ਅਸਲ ਦੇ ਵਿੱਚ ਸੱਚ ਨਹੀਂ ਅਸੀਂ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੇ ਕਿਸੇ ਨਾਲ ਗੱਲ ਨਹੀਂ ਕਰਨੀ ਚਾਹੁੰਦੇ ਕਿਸੇ ਕਿਸੇ ਰਿਸ਼ਤੇ ਨੂੰ ਅਸੀਂ ਬਣਾ ਕੇ ਨਹੀਂ ਰੱਖਣਾ ਚਾਹੁੰਦੇ ਹਨਾ ਤੇ ਕਈ ਵਾਰ ਮਤਲਬ ਕਈ ਵਾਰੀ ਮੈਂ ਸੱਚੀ ਕਹਿ ਰਹੀਆਂ ਮੈਂ ਇੰਨੀ ਫੈਡ ਅਪ ਹੋ ਚੁੱਕੀ ਆ ਕਿਉਂਕਿ ਅਸੀਂ ਸਮਾਂ ਹੰਡਾਇਆ ਨਹੀਂ ਨਾ ਅਸੀਂ ਤਾਂ ਬਹੁਤ ਚੰਗੀ ਚੰਗਾ ਸਮਾਂ ਹੰਡਾਇਆ ਹੋਇਆ ਉਹ ਚੀਜ਼ਾਂ ਦਿਖਾਈਆਂ ਜਾਂਦੀਆਂ ਜਿਹੜੀਆਂ ਪੋਸਿਬਿਲਟੀ ਨਹੀਂ ਹੂੰ ਜੇ ਆਪਾਂ ਬਿਊਟੀ ਦੀ ਗੱਲ ਕਰ ਲਈਏ ਹਣਾ ਹੁਣ ਅਸੀਂ ਆ ਦੇਖੋ ਤੁਸੀਂ ਅਸੀਂ ਨੇਚਰਲ ਰੱਖਿਆ ਹੋਇਆ ਆਪਣੇ ਆਪ ਨੂੰ ਨਾ ਫਟਕਰੀ ਦੇਖੋ ਫਟਕਰੀ ਕਿਤੇ ਮੂੰਹ ਤੇ ਲਾਉਣ ਵਾਸਤੇ ਹੁੰਦੀ ਹੈ ਲੋਕੀ ਕਹਿੰਦੇ ਇੰਸਟਾਗ੍ਰਾਮ ਤੇ ਦੁਨੀਆ ਕਮਲੀ ਕੀਤੀ ਫਟਕਰੀ ਨੂੰ ਖੋਲ ਕੇ ਇਦਾਂ ਲਾਓ ਇਦਾਂ ਕਰੋ ਮੇਰੇ ਹੱਥ ਬਨ ਕੇ ਬਿੰਦੀ ਹੈ ਬੀਬੀ ਉਹ ਭੈਣੋ ਇਹ ਕੰਮ ਨਾ ਕਰੋ ਠੀਕ ਹੈ ਚੰਗੀ ਮਤਲਬ ਚੰਗੀ ਜਿਹੜੀ ਜਾਣਕਾਰੀ ਉਹ ਦਿਓ ਤੁਸੀਂ ਕਿੱਧਰ ਨੂੰ ਜਾ ਰਹੇ ਅਸੀਂ ਅਸੀਂ ਤਾਂ ਬਹੁਤ ਪੰਜਾਬੀਆਂ ਦਾ ਤਾਂ ਨਾਮ ਬਹੁਤ ਵੱਡਾ ਹੈ ਲੋਕੀ ਪੰਜਾਬੀਆਂ ਦੇ ਯਕੀਨ ਵੀ ਬਹੁਤ ਕਰਦੇ ਨੇ ਹਨਾ ਪਰ ਮੈਨੂੰ ਇਹ ਨਹੀਂ ਪਤਾ ਦੇਖਾ ਦੇਖੀ ਦੇਖਾ ਦੇਖੀ ਹਰ ਕੋਈ ਬੰਦਾ ਨਾ ਰਾਤੋ ਰਾਤ ਸਟਾਰ ਬਣਨਾ ਚਾਹੁੰਦਾ ਮੈਂ ਇਹ ਦੇਖ ਲਿਆ ਜਗਮੋੜ ਅੱਜ ਕੱਲੇ ਰੀਲਾਂ ਨੇ ਨਾ ਬਹੁਤ ਜ਼ਿਆਦਾ ਹੋ ਕਰਤਾ ਜੀ ਹਰੇਕ ਹੀ ਬਣਾਉਂਦਾ ਰੀਲਾਂ ਦੀ ਗੱਲ ਤੁਹਾਨੂੰ ਮੈਂ ਦੱਸਦੀ ਆਂ ਵੀ ਜਦੋਂ ਅਸੀਂ ਚੱਲਦੇ ਸੀ ਅਸੀਂ ਸ਼ੁਰੂਆਤ ਕੀਤੀ ਆ ਨਾ ਤਾਂ ਉਦੋਂ ਰੀਲਾਂ ਦਾ ਦੌਰ ਸੀ ਇੰਸਟਾਗ੍ਰam ਫੇਸਬੁੱਕ ਤਾਂ ਕੁਝ ਵੀ ਨਹੀਂ ਸੀ ਮੈਨੂੰ ਲੱਗਦਾ 2000 8 9 ਦੇ ਵਿੱਚ ਸ਼ਾਇਦ ਉਦੋਂ ਫੇਸਬੁੱਕ ਵੀ ਇੰਨਾ ਹਾ ਹੈ ਨਹੀਂ ਸੀ ਫੇਸਬੁੱਕ ਵੀ ਮਿਲਦਾ ਉਦੋਂ ਬਾਅਦ ਹੀ ਇੰਡਿਊਰਿੰਗ ਹੀ ਆਈ ਹੈ ਉਦੋਂ ਇੰਨਾ ਪਤਾ ਨਹੀਂ ਸੀ ਲੋਕਾਂ ਨੂੰ ਹਾਂ ਮੈਨੂੰ ਲੱਗਦਾ ਅਮਰੀਕਾ ਸੀ ਮੈਂ ਜਦੋਂ ਮੈਂ ਆਪਦਾ ਫੇਸਬੁੱਕ ਅਕਾਊਂਟ ਬਣਾਇਆ ਹਨਾ ਤੇ ਮਤਲਬ ਅਸੀਂ ਮਿਹਨਤਾਂ ਕਰਕੇ ਅੱਗੇ ਆਏ ਹੋਏ ਹਾਂ ਹੁਣ ਜਿਹੜੇ ਰੀਲ ਰੀਲ ਕ੍ਰੀਏਟਰ ਨੇ ਜਿਹੜੇ ਹੁਣ ਨੇ ਹਨਾ ਹਾਂਜੀ ਨੋ ਡਾਊਟ ਉਹ ਵੀ ਕਲਾਕਾਰ ਨੇ ਵਧੀਆ ਕੰਮ ਕਰ ਰਹੇ ਨੇ ਪਰ ਉਹਨਾਂ ਨੇ ਮਾਹੌਲ ਅਨਾ ਚੇਂਜ ਕਰ ਦਿੱਤਾ ਸਾਰਿਆਂ ਨੇ ਮਤਲਬ ਫੋਕੀ ਸ਼ੌਹਰਤ ਲਈ ਜਾ ਜਲਦੀ ਹਨਾ ਮੇ ਜਿਹੜੇ ਮਿਹਨਤਾਂ ਕਰਕੇ ਆਏ ਹੋਏ ਨੇ ਉਹ ਸਾਰਿਆਂ ਨੂੰ ਪਿੱਛੇ ਧੱਕਤਾ ਰੇਲ ਪਤਾ ਹੀ ਨਹੀਂ ਦੀ ਰਾਤੋ ਰਾਤ ਕਿਹਦੀ ਵਾਇਰਲ ਹੋ ਜਾਂਦੀ ਹੈ ਸਟਾਰ ਬਣ ਜਾਂਦੇ ਅੱਜਕੱਲ ਤਾਂ ਇਹ ਹੋਇਆ ਪਿਆ ਕੋਈ ਕੰਟੈਂਟ ਨਹੀਂ ਹੁੰਦਾ ਕੋਈ ਸ਼ ਵੀ ਨਹੀਂ ਹੁੰਦਾ ਹਾਸੇਮ ਖਾਲ ਦੇ ਵਿੱਚ ਰੀਲ ਚੱਲ ਜਾਂਦੀ ਮੈਂ ਤਾਂ ਹੁਣ ਆਪ ਸੋਚਿਆ ਵੀ ਕੋਈ ਇਹੋ ਜਿਹਾ ਗਾਣਾ ਕਰਦਾ ਜਿਹੜਾ ਕਮੇਂਡੀਅਨ ਹੋਵੇ ਤੇ ਹੁਣ ਅੱਜ ਕੱਲ ਆਹ ਚੱਲ ਰਿਹਾ ਸਾਗਰ ਦੀ ਬੋਲੀ ਆਲ ਦੇਖੋ ਕਿੰਨੇ ਸਾਲ ਪਹਿਲਾਂ ਚੱਲ ਰਿਹਾ ਲੋਕ ਕੰਮ ਲਈ ਹੋਵੇ ਸਾਗਰ ਦੀ ਵਰਟੀ ਵਿੱਚ ਕਿਸੇ ਨੇ ਵੀ ਨਹੀਂ ਛੱਡਿਆ ਔਰ ਮੈਨੂੰ ਇਹ ਲੱਗਦਾ ਹੁੰਦਾ ਜਦੋਂ ਮੈਂ ਸਿੱਧੀਆਂ ਗੱਲਾਂ ਕਰਦੀਆਂ ਖਰੀਆਂ ਤਾਂ ਹੀ ਮੇਰੀ ਬਹੁਤੀ ਬਣਦੀ ਨਹੀਂ ਕਿਸੇ ਨਾਲ ਜੀ ਜੀ ਉਦਾਂ ਭਾਵੇਂ ਅਸੀਂ ਕਿਸੇ ਨੂੰ ਕਹਿ ਦਈਏ ਸਾਡਾ ਕੋਈ ਗਾਣਾ ਆਇਆ ਵੀ ਸਾਡਾ ਗਾਣਾ ਸ਼ੇਅਰ ਕਰ ਦਿਓ ਜੀ ਸਾਡੇ ਗਾਣੇ ਦੀ ਰੀਲ ਬਣਾ ਦਿਓ ਕੋਈ ਨਹੀਂ ਬਣਾਉਂਦਾ ਕੋਈ ਨਹੀਂ ਬਣਾਉਂਦਾ ਇਹ ਗਾਣੇ ਦੀ ਰੀ ਦੇ ਤਾਂ ਕਲਾਕਾਰ ਨੇ ਛੋਟੇ ਤੋਂ ਛੋਟ ਸਭ ਨੇ ਜੀ ਕੋਈ ਪਿਛਲੀ ਛੱਡੀ ਨਹੀਂ ਮਿਲਦਾ ਹੁਣ ਤੱਕ ਠੀਕ ਐ ਬਹੁਤ ਰਿਸਪੈਕਟਡ ਆਰਟਿਸਟ ਨੇ ਬੜਾ ਵੱਡਾ ਨਾਮ ਰਿਆ ਉਹਨਾਂ ਦਾ ਮੈਂ ਤਾਂ ਉਦੋਂ ਮਤਲਬ ਜੰਮੀ ਵੀ ਨਹੀਂ ਹਾਂ 15 20 ਸਾਲ ਪਹਿਲਾਂ ਦੇ ਇਹਨਾਂ ਦੇ ਮਤਲਬ ਸੌਂਗ ਨੇ ਜਿਹੜੇ ਹੁਣ ਅੱਜ ਸਾਗਰ ਵਾਲ ਚੱਲਦੇ ਨੇ 20 ਜਿਆਦਾ ਜਿਆਦਾ ਅਸੋ ਤੋਂ ਵੀ ਪਹਿਲਾਂ ਦਾ ਬਹੁਤ ਜਿਆਦਾ ਹਨਾ ਮਤਲਬ ਤੁਸੀਂ ਇਹ ਲਾ ਲੋ ਵੀ ਉਦੋਂ ਮੈਂ ਜੰਮੀ ਨਹੀਂ ਹੋਊਂਗੀ ਜਰਦੀ ਗੱਲ ਐ ਹਨਾ ਮਤਲਬ ਮੇਰਾ ਜਨਮ ਵੀ ਨਹੀਂ ਹੋਇਆ ਹੋਗਾ ਠੀਕ ਐ ਤੇ ਮਤਲਬ ਇਹ ਉਦੋਂ ਦੇ ਠੀਕ ਐ ਰਿਸਪੈਕਟਡ ਕਲਾਕਾਰ ਨੇ ਬਹੁਤ ਸੋਹਣਾ ਗਾਇਆ ਆਪਣੇ ਸਮੇਂ ਪਾਗਲ ਹੀ ਹੋ ਗਈ ਦੁਨੀਆ ਤੁਸੀਂ ਦੇਖ ਲਓ ਕਿ ਇੰਡੀਕਾ ਪਤਾ ਨਹੀਂ ਮਿਲੀ ਪਤਾ ਹੀ ਨਹੀਂ ਉਹ ਕੀ ਹੈ ਕੀ ਨਹੀਂ ਹੈ ਨਾ ਮੈਂ ਜਗਮੋਨ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਚੰਗੀਆਂ ਚੀਜ਼ਾਂ ਵੀ ਨੇ ਉਹਨਾਂ ਨੂੰ ਪ੍ਰਮੋਟ ਕਰੋ ਹਰ ਬੰਦਾ ਮਿਹਨਤ ਕਰਦਾ ਹੈ ਨਾ ਅਸੀਂ ਪਾਗਲਾ ਵਾਂਗੂ ਇੱਕ ਦੇ ਪਿੱਛੇ ਹੀ ਪੈ ਜਾਂਦੇ ਆ ਪਿੱਛੇ ਹੀ ਪੈ ਜਾਂਦੇ ਆ ਨਾ ਪੇੜ ਚਾਲ ਚੱਲੀ ਹੋਈ ਹੈ ਲੋਕਾਂ ਦੇ ਵਿੱਚ ਹੈ ਨਾ ਮਤਲਬ ਚੰਗੇ ਕੰਟੈਂਟ ਨੇ ਕਿੰਨੀਆਂ ਚੰਗੀਆਂ ਚੰਗੀਆਂ ਗੱਲਾਂ ਨੇ ਉਹ ਸ਼ੇਅਰ ਕਰੋ ਹੈ ਨਾ ਤੇ ਠੀਕ ਹੈ ਤੁਸੀਂ ਕਿਸੇ ਗਾਣੇ ਨੂੰ ਪਸੰਦ ਕਰਦੇ ਹੋ ਕਰੋ ਐਟਲੀਸਟ ਦੇਖ ਤਾਂ ਲਓ ਹਰ ਨਾਮ ਮਤਲਬ ਇਰਿਟੇਟ ਹੋਣ ਲੱਗ ਗਏ ਲੋਕੀ ਇਹਨਾਂ ਚੀਜ਼ਾਂ ਤੋਂ ਮੈਨੂੰ ਲੱਗਦਾ ਵੀ ਦੌਰ ਚੇਂਜ ਹੋਊਗਾ ਹੁਣ ਇੱਕ ਗਾਣਾ ਮਤਲਬ ਇੱਕ ਕਲਾਕਾਰ ਹੈ ਉਹਨੂੰ ਹਰ ਪਾਸੇ ਤੋਂ ਮਾਰ ਪੈ ਰਹੀ ਹੈ ਬਿਕੋਜ਼ ਆਫ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਕਿਉਂਕਿ ਇਹ ਹਾ ਵੀ ਹੋ ਗਈਆਂ ਸਾਡੇ ਤੇ ਇੱਕ ਕਲਾਕਾਰ ਪਹਿਲਾਂ ਗੀਤ ਨੂੰ ਚੁਣਦਾ ਸਹੀ ਹੈ ਫਿਰ ਉਹਦਾ ਆਡੀਓ ਤਿਆਰ ਕਰਦਾ ਆਡੀਓ ਦੇ ਪੈਸਾ ਲਾਂਦਾ ਫਿਰ ਉਹਦੀ ਵੀਡੀਓ ਬਣਾਉਂਦਾ ਹੈ ਨਾ ਅੱਜ ਕੱਲ ਤੁਹਾਨੂੰ ਪਤਾ ਵੀਡੀਓ ਦਾ ਲੈਵਲ ਵੀ ਕਿੱਡਾ ਹੋ ਗਿਆ ਹੈ ਨਾ ਹਾਂਜੀ ਆਮ ਨੋਰਮਲ ਵੀਡੀਓ ਨੂੰ ਕੋਈ ਪਸੰਦ ਨਹੀਂ ਕੁਝ ਨਾ ਪੁੱਛਦਾ ਨਹੀਂ ਹੈਗਾ ਹਨਾ ਕੁਆਲਿਟੀ ਵਾਈਜ਼ ਤੁਹਾਡਾ ਮਾਡਲ ਕੌਣ ਹੈ ਵੀਡੀਓ ਦੇ ਵਿੱਚ ਹਰ ਇੱਕ ਚੀਜ਼ ਹੈ ਨਾ ਆਫਟਰ 댓 ਫਿਰ ਉਹਦੀ ਪ੍ਰੋਮੋਸ਼ਨ ਆ ਜਾਂਦੀ ਹੈ ਕਲਾਕਾਰ ਤਾਂ ਵਿਚਾਰਾ 10 ਲੱਖ ਦੇ ਥੱਲੇ ਆ ਗਿਆ ਬਿਲਕੁਲ ਜੀ ਤੇ ਪ੍ਰੋਗਰਾਮ ਪੈਂਦੇ ਨਹੀਂ ਕਾਰਨ ਕੀ ਕਿਉਂਕਿ ਹਰ ਇੱਕ ਚੀਜ਼ ਸਾਡੀ ਮੁੱਠੀ 'ਚ ਆ ਗਈ ਸਾਨੂੰ ਘਰ ਬੈਠਿਆਂ ਨੂੰ ਇਹ ਚੀਜ਼ ਦਿਖਦੀ ਹੈ ਅਸੀਂ ਬਾਹਰ ਜਾ ਕੇ ਕੀ ਕਰ ਹੈਣਾ ਸੋ ਮੈਂ ਕ੍ਰिएਟਰਾਂ ਨੂੰ ਇਹੀ ਕਹੂੰਗੀ ਰੀਲਸ ਬਣਾਉਣ ਵਾਲੇ ਨਹੀਂ ਕਹੂੰਗੀ ਕਿ ਜੇ ਇੱਕ ਕਲਾਕਾਰ ਮਿਹਨਤ ਕਰਦਾ ਹੈ ਇੱਕ ਗੀਤ ਦੇ ਉੱਤੇ ਤਾਂ ਤੁਸੀਂ ਉਹਦੇ ਮਾੜੇ ਚ हेल्प ਕਰਕੇ ਉਹਦਾ ਗਾਣਾ ਹਿੱਟ ਕਰ ਦਿਓ ਤੇ ਕਿੱਡੀ ਵਧੀਆ ਗੱਲ ਹੈ ਹੈਨਾ ਤੁਸੀਂ ਉਹਨਾਂ ਚੀਜ਼ਾਂ ਨੂੰ ਵੀ ਤਾਂ ਚੱਕਦੇ ਜਿਨ੍ਹਾਂ ਦਾ ਕੋਈ ਮਤਲਬ ਹੀ ਹੈ ਨਹੀਂਗਾ ਕੋਈ मीनिंग ਹੀ ਨਹੀਂ ਹੈ ਹੈਨਾ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੋ ਚੰਗੇ ਇਨਸਾਨ ਬਣ ਕੇ ਦਿਖਾਓ ਅਸੀਂ ਪੰਜਾਬੀ ਆ ਸੋ ਵਧੀਆ ਸਾਨੂੰ ਲੋਕ ਇਹ ਕਹਿਣ ਵੀ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਨੇ ਹੁਣ ਮੇਰਾ ਕੀ ਟਰਾਲ ਆਇਆ ਤਿੰਨ ਚਾਰ ਦਿਨ ਹੋ ਗਏ ਤੇ ਵਧੀਆ ਉਹਦਾ ਰਿਸਪੌਂਸ ਆ ਰਿਹਾ ਹੈ ਮਤਲਬ ਲੋਕਾਂ ਨੇ ਚੰਗਾ ਚੱਕਿਆ ਖੁਸ਼ੀ ਮਿਲਦੀ ਹੈ ਵੀ ਚੰਗੀ ਚੀਜ਼ ਨੂੰ ਪ੍ਰਮੋਟ ਕਰ ਰਹੇ ਨੇ ਤੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦੀ ਹਾਂ ਜਿਨ੍ਹਾਂ ਨੇ ਰੀਲਸ ਬਣਾਈਆਂ ਨੇ ਕ੍ਰੀਏਟਰਸ ਨੇ ਟਰੱਕਰਸ ਨੇ ਡਰਾਈਵਰਸ ਨੇ ਟਰਾਂਸਪੋਰਟਰਸ ਨੇ ਕਈ ਵਾਈਫਸ ਨੇ ਉਹਨਾਂ ਦੀਆਂ ਘਰਵਾਲੀਆਂ ਨੇ ਮੈਂ ਸਭ ਦਾ ਥੈਂਕਸ ਕਰਦੀ ਹਾਂ ਤੇ ਨਾਲ ਰਿਕੁਐਸਟ ਵੀ ਕਰਦੀ ਹਾਂ ਵੀ ਹੋਰ ਵੀ ਬਣਾਓ ਹੋਰ ਵੀ ਪ੍ਰਮੋਟ ਕਰੋ ਚੰਗਾ ਗੀਤ ਹੈ ਇੱਕ ਨੋਕ-ਚੋਕ ਹੈਗੀ ਹਸਬੰਡ ਵਾਈਫ ਦੀ ਹੈਨਾ ਤੇ ਜਿਵੇਂ ਗੱਲ ਕਰਾਂ ਤੁਹਾਨੂੰ ਕਿ ਬਾਲੀਵੁੱਡ ਦੇ ਵਿੱਚੋਂ ਜਿੱਦਾਂ ਪੁਰਾਣੇ ਸਿੰਗਰ ਹੋਏ ਨੇ ਉਹਨਾਂ ਦਾ ਤੁਹਾਨੂੰ ਯਿਸ ਕਰਜੀ ਹੋਏ ਨੇ ਜਾਂ ਹੋਰ ਕਿਹੜੇ ਵੀ ਉਹਨਾਂ ਦੇ ਵਿੱਚੋਂ ਕਿਸੇ ਨੂੰ ਸੁਣਦੇ ਆ ਲਤਾ ਜੀ ਨੂੰ ਸੁਣਦੇ ਜੀ ਲਤਾ ਜੀ ਨੂੰ ਸੁਣਦੇ ਕਿਉਂਕਿ ਉਹਨਾਂ ਵਰਗਾ ਤਾਂ ਕੋਈ ਗਾ ਹੀ ਨਹੀਂ ਸਕਦਾ ਨਾ ਕਦੇ ਬੈਠੇ ਹੋਈਦਾ ਮੈਂ ਹਿੰਦੀ ਗਾਣੇ ਜ਼ਰੂਰ ਸੁਣਦੀ ਹੁੰਦੀ ਆ ਜਦੋਂ ਐਨ ਰਿਲੈਕਸ ਬੈਠੀ ਆ ਨਾ ਨੂਸਰ ਸਾਹਿਬ ਨੂੰ ਸੁਣਦੀ ਆ ਅੱਛਾ ਰਾਹਤ ਫਤਿਹ ਅਲੀ ਖਾਨ ਜੀ ਨੂੰ ਸੁਣਦੀ ਆ ਮਤਲਬ ਉਹ ਰੂਹ ਦੀ ਖਰਾਕ ਹੈ ਸਾਡੀ ਹੈ ਨਾ ਜੇ ਅਸੀਂ ਗਾਇਕੀ ਦੀ ਗੱਲ ਕਰੀ ਉਹ ਸਾਡੀ ਗਾਇਕੀ ਪੰਜਾਬੀ ਆ ਨਾ ਹੋ ਪਰ ਟੋਟਲੀ ਚੇਂਜ ਹੈ ਪਰ ਗਾਇਕੀ ਤਾਂ ਗਾਇਕੀ ਹੈ ਨਾ ਕੁਝ ਗਾਇਕੀ ਦੇਖੋ ਹਰ ਇੱਕ ਤਰ੍ਹਾਂ ਦੀ ਫੀਲਡ ਹੁੰਦੀ ਹੈ ਕੁਝ ਗੀਤ ਤੁਹਾਨੂੰ ਸਕੂਨ ਦਿੰਦੇ ਨੇ ਕੁਝ ਗੀਤ ਤੁਹਾਨੂੰ ਨੱਚਣ ਲਈ ਮਜਬੂਰ ਕਰਦੇ ਨੇ ਹਨਾ ਕੁਝ ਗੀਤ ਤੁਹਾਨੂੰ ਐਂ ਲੱਗਦਾ ਹੁੰਦਾ ਨਹੀਂ ਵੀ ਇਹ ਸਾਡੇ ਆਪਣੇ ਨੇ ਹਨਾ ਹਰੇਕ ਗੀਤ ਦਾ ਆਪਣਾ ਜ਼ੋਨਲ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਰਿਲੈਕਸ ਕਰਨਾ ਹੁੰਦਾ ਤੇ ਉਦੋਂ ਮੈਂ ਫਿਰ ਹਿੰਦੀ ਗਾਣੇ ਸੁਣ ਲੈਂਦੀ ਹੈ ਬੜਾ ਹੀ ਖੂਬਸੂਰਤ ਸ਼ੇਅਰ ਹੈ ਕਿ ਸੁਰਾਂ ਦਾ ਰੰਗ ਸੋਹਣਾ ਸੋਹਣੀ ਸੁਰਾਂ ਦੀ ਪਹਿਚਾਨ ਜੀ ਸੁਰਾਂ ਦਾ ਰੰਗ ਸੋਹਣਾ ਸੋਹਣੀ ਸੁਰਾਂ ਦੀ ਪਹਿਚਾਣ ਹਰ ਸੁਰ ਵਿੱਚ ਪੈਗੰਬਰ ਵਸਦਾ ਭਰੇ ਮੁਰਦੇ ਵਿੱਚ ਵੀ ਜਾਨ ਜੀ ਮਤਲਬ ਸੁਰ ਜਿਹੜੇ ਨੇ ਨਾ ਉਹਨੂੰ ਪਰਮਾਤਮਾ ਦੇ ਨਾਲ ਜੋੜਿਆ ਗਿਆ ਜੇ ਕਿਸੇ ਨੇ ਸਾਧਨਾ ਵੀ ਕਰਨੀ ਹੈ ਤੁਸੀਂ ਦੇਖਿਆ ਨਾ ਸੰਗੀਤ ਦੀ ਓਮ ਕਰਕੇ ਆਪਾਂ ਕਿੰਨਾ ਵਧੀਆ ਆਪਣੇ ਆਪ ਨੂੰ ਰਿਲੈਕਸ ਕਰਦੇ ਆ ਨਾ ਸੋ ਜਿਹੜਾ ਸੋਹਰਿਆ ਨਾ ਇੱਕ ਸਾਧਨਾ ਹੈ ਇਹ ਇੱਕ ਤਪੱਸਿਆ ਹੈ ਜਿਹੜਾ ਇਹਨੂੰ ਕਰਦਾ ਆ ਉਹ ਤਰ ਜਾਂਦਾ ਹੈਗਾ ਜ਼ਰੂਰੀ ਨਹੀਂ ਆ ਵੀ ਤੁਸੀਂ ਇੱਕ ਸਟੈਬਲਿਸ਼ ਸਿੰਗਰ ਹੋ ਹੂੰ ਆਈ ਤੁਸੀਂ ਕਰਦੇ ਹੋ ਕਈ ਆਪਣੀ ਸਾਧਨਾਂ ਨੂੰ ਪੱਕਾ ਕਰਨ ਦੇ ਲਈ ਆਪਣੀ ਤਪੱਸਿਆ ਨੂੰ ਰੱਬ ਨਾਲ ਜੋੜਨ ਲਈ ਵੀ ਸੁਰ ਨਾਲ ਸਾਹਜ ਪਾ ਲੈਂਦੇ ਨੇ ਸਹੀ ਹੈ ਸੋ ਡਿਪੈਂਡ ਕਰਦਾ ਥੋਡੇ ਤੇ ਕਿ ਤੁਸੀਂ ਕਿਵੇਂ ਇਸ ਚੀਜ਼ ਨੂੰ ਲੈ ਕੇ ਜਾਣਾ ਹੈ ਇੱਕ ਤੁਹਾਡਾ ਹੋਰ Song ਆਇਆ ਸੀਗਾ ਮੈਂ ਸੁਣਿਆ ਸੀ ਸੁਣਦੇ ਹਾਂ ਮੈਂ ਆਪਾਂ ਉਹ ਜੱਟ ਪੰਗੇਬਾਜ਼ ਬਾਦਸ਼ਾਹ ਬਾਦਸ਼ਾਹ ਸਾਹ ਤੁਹਾਡਾ ਬਾਦਸ਼ਾਹ ਗੀਤ ਜਗਮੋਣ ਇਦਾਂ ਵੀ ਉਹ ਕਿਦਾਂ ਹਾਂ ਹਾਂ ਮੈਂ ਦੱਸਦੀ ਆ ਭਿੰਦਰਨਾਬੀ ਮੇਰਾ ਵੀਰ ਬਹੁਤ ਸੋਹਣਾ ਕਲਮ ਬੜੀ ਵਧੀਆ ਹੈ ਠੀਕ ਹੈ ਸੋ ਉਹਨਾਂ ਨੇ ਮੈਨੂੰ ਇਹ ਗੀਤ ਦਿੱਤਾ ਸੀ ਦੋ ਤਿੰਨ ਸਾਲ ਸਾਡੇ ਕੋਲ ਗਾਣਾ ਪਿਆ ਰਿਹਾ ਈਵਨ ਦੈਨ ਗਾਣਾ ਆਡੀਓ ਵੀ ਰੈਡੀ ਹੋ ਗਿਆ ਸੀ ਬਟ ਇਹਦਾ ਵੀਡੀਓ ਨਹੀਂ ਸੀ ਬਣਦਾ ਕੋਈ ਕਾਰਨ ਸੀ ਫਿਰ ਇਹਦਾ ਵੀਡੀਓ ਬਣਿਆ ਤੇ ਫਿਰ ਇਹ ਸੀਗਾ ਵੀ ਹੁਣ ਰਿਲੀਜ਼ ਕਰੀਆ ਮਤਲਬ ਲੇਟ ਲੇਟ ਹੁੰਦਾ ਜਾਂਦਾ ਸੀ ਗੀਤ ਪਰ ਜਦੋਂ ਇਹ ਆਇਆ ਤੇ ਗੀਤ ਹਿੱਟ ਹੋ ਗਿਆ ਸੋ ਓ ਬਾਦਸ਼ਾਹ ਤੇ ਬਾਦਸ਼ਾਹੀ ਮੈਨੂੰ ਜਗਮੋਣੇ ਲੱਗਦਾ ਵੀ ਉਹਦੇ ਵਰਗਾ ਭਿੰਦਰਨਾਬੀ ਵੀ ਦੁਆਰਾ ਗੀਤ ਨਹੀਂ ਲਿਖ ਸਕਦਾ ਉਹ ਆਪ ਕਹਿੰਦਾ ਵੀ ਮੇਰੀ ਪਛਾਣ ਬਣ ਗਈ ਉਸ ਗੀਤ ਦੇ ਨਾਲ ਬਹੁਤ ਉਹਨਾਂ ਨੂੰ ਲੋਕਾਂ ਨੇ ਕਿਹਾ ਵੀ ਉਹ ਜਗ੍ਹਾ ਨਾਲ ਲਿਖ ਕੇ ਦੇ ਪਰ ਨਹੀਂ ਲਿਖ ਕੇ ਦਿੱਤਾ ਹਾਂ ਮੁੜ ਕੇ ਉਹ ਜਾਨੀ ਨਹੀਂ ਕਿਹਾ ਨਾ ਬਹੁਤ ਸੁਣਾ ਗੀਤ ਹਨਾ ਇਹ ਤੇ ਸਪੈਸ਼ਲ ਸੀ ਉਹ ਹੈਂਕੜੀ ਜਾਂ ਭੰਨੇ ਦਾਏ ਸ਼ੌਂਕੀ ਮੁੰਡਾ ਗਾਨੇ ਦਾਏ ਖੁੜਤੇ ਨਾ ਬੰਨੇ ਚਾਹ ਦੇਰਾ ਕਿੱਥੇ ਹੱਥ ਜੋੜਦਾ ਏ ਧੌਣ ਹੀ ਮਰੋੜਦਾ ਏ ਕੱਢ ਦਿੰਦਾ ਵਾਰਿਆਂ ਦੇ ਰਾਂ ਹੋ ਬਾਜ ਜਿਹੀ ਅੱਖ ਉਹਦੀ ਏਰੀਏ 'ਚ ਧੱਕੇ ਉਹਦੀ ਪੰਨ ਪੰਨ ਸੁਟੇ ਸਾਜ ਸ਼ਾਹ ਕਰੇ ਦੁਨੀਆ ਤੇ ਰਾਜ ਮੇਰਾ ਜੱਟ ਪੰਗੇ ਬਾਜ ਲੋਕੀ ਆਖਦੇ ਨੇ ਸਾਰੇ ਬਾਦਿਸ਼ਾਹ ਦੁਨੀਆ ਤੇ ਰਾਜ ਮੇਰਾ ਜੱਟ ਪੰਗੇ ਵਾਜ ਲੋਕੀਂ ਆਖਦੇ ਨੇ ਸਾਰੇ ਬਾਦਸ਼ਾਹ ਜਿੰਮਦਾਸ਼ ਕੀਨ ਨਿਤ ਖਾਂਦਾ ਪ੍ਰੋਟੀਨ ਬਾਜ ਡੋਲੇ ਤੇ ਓਡਾਰੀ ਮਾਰਦਾ ਕਰੇ ਬਾ ਕਰੇ ਕਾਰਾਂ ਦੀ ਏਜੰਸੀ ਤਾਂ ਵੀ ਘੁੰਮੇ ਲੈ ਕੇ ਮੇਸੀ ਮਨ ਮਰਜੀ ਦੇ ਸ਼ੌਕ ਪਾਲਦਾ ਹੋ ਜੱਟ ਨਸ਼ਿਆਂ ਤੋਂ ਦੂਰ ਕਹਿੰਦਾ ਤੇਰਾ ਹੀ ਸਰੂਰ ਜਾ ਕੇ ਪੁੱਛ ਲਈ ਤੂ ਜਿਲਾਮਾ ਨਿਸਾਨ ਕਰੇ ਦੁਨੀਆ ਤੇ ਰਾਜ ਮੇਰਾ ਜੱਟ ਪੰਗੇਬਾਜ਼ ਲੋਕੀਂ ਆਖਦੇ ਨੇ ਸਾਰੇ ਬਾਦਸ਼ਾਹ ਦੁਨੀਆ ਤੇ ਰਾਜ ਮੇਰਾ ਜੱਟ ਪੰਗੇ ਬਾਜ ਲੋਕੀ ਆਖਦੇ ਨੇ ਸਾਰੇ ਬਾਦਸ਼ਾਹ ਤੋਏ ਕੁਛ ਨਾ ਜਮਾ ਕੇ ਕੁੜੀਆਂ ਨੇ ਜਿਹੜੀਆਂ ਤੁਸੀਂ ਵੀ ਫੀਮੇਲ ਆਰਟਿਸਟ ਹੋ ਨਾ ਕਿ ਫੀ ਕੁੜੀਆਂ ਨੂੰ ਇਸ ਫੀਲਡ ਦੇ ਵਿੱਚ ਆਉਣਾ ਚਾਹੀਦਾ ਹੈ ਜਾਂ ਨਹੀਂ ਬਿਲਕੁਲ ਆਉਣਾ ਚਾਹੀਦਾ ਜੇ ਕੋਮਨ ਫੀਲਡ ਕੋਈ ਵੀ ਗਲਤ ਨਹੀਂ ਇਹ ਸੁਣ ਵੀ ਅਬ ਅਕਸਰੀ ਲੋਕ ਕਹਿੰਦੇ ਨੇ ਵੇ ਫੀਲਡ ਜਿਹੜਾ ਤੁਹਾਡੇ ਵਾਲੇ ਕੁੜੀ ਲਈ ਸਹੀ ਨਹੀਂ ਉਹ ਐਕਚੁਅਲ ਇਦਾਂ ਆ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਗਾਇਕੀ ਦਾ 뮤직 ਇੰਡਸਟਰੀ ਆ ਫਿਲਮ ਇੰਡਸਟਰੀ ਆ ਜਿਹੜੀ ਹੈ ਨਾ एक्सपोज बहुत ज्यादा होता है ना साडी गल जेडी दे है सानू लोग देखदे बहुत ज्यादा ने हैना एज़ अ सेलिब्रिटी ला लो कुछ भी हैना साडी की की गल नु नोटिस ਕੀਤਾ ਜਾਂਦਾ ਸੋ ਇਸ ਕਰਕੇ ਅਸੀਂ ਦਿਖ ਜਾਂਦੇ ਲੋਕਾਂ ਨੂੰ ਤੇ ਲੋਕਾਂ ਨੂੰ ਐ ਲੱਗਦਾ ਵੀ ਇਹ ਨਾਰਨੀ ਐ ਇਦਾਂ ਨਹੀਂ ਹੈਨਾ ਫੀਲਡ ਹਰ ਫੀਲਡ ਚੰਗੀ ਵੀ ਐ ਮਾੜੀ ਵੀ ਐ ਠੀਕ ਐ ਸਟਰਗਲ ਤੁਹਾਨੂੰ ਹਰ ਫੀਲਡ ਚ ਕਰਨਾ ਪੈਂਦਾ ਠੀਕ ਐ ਚੰਗੇ ਮਾੜੇ ਹਾਲਾਤਾਂ ਦਾ ਸਾਹਮਣਾ ਤੁਹਾਨੂੰ ਹਰ ਫੀਲਡ ਚ ਕਰਨਾ ਪੈਂਦਾ ਏ ਨਹੀਂ ਐ ਵੀ ਤੁਸੀਂ ਤੁਸੀਂ ਕਹ ਦੋ ਜੀ ਮੈਂ ਡਾਕਟਰ ਬਣ ਗਿਆ ਜਾਂ ਤੁਸੀਂ ਕਹ ਦੋ ਜੀ ਮੈਂ ਜੁਡੀਸ਼ੀਅਲ ਫੀਲਡ ਚ ਆ ਗਿਆ ਕਿ ਮੈਨੂੰ ਸਟਰਗਲ ਹੀ ਨਹੀਂ ਕਰਨਾ ਪਿਆ ਉਹ ਚੀਜ਼ਾਂ ਅਸੀਂ ਦੇਖਦੇ ਨਹੀਂ ਕਿਉਂਕਿ ਸਾਡਾ ਧਿਆਨ ਨਹੀਂ ਜਾਂਦਾ ਉਧਰ ਹਨਾ ਸੋ ਇਸ ਕਰਕੇ ਸਾਨੂੰ ਐ ਲੱਗਦਾ ਵੀ ਨਹੀਂ ਯਾਰ ਉਹ ਬਹੁਤ ਹੈ ਪਰ ਕਿਤੇ ਉਹਨਾਂ ਨਾਲ ਬੈਠ ਕੇ ਗੱਲ ਕਰਕੇ ਦੇਖਿਓ ਹੁਣ ਤੁਸੀਂ ਥੋੜੀ ਦੇਰ ਤੇ ਜਾਣਾ ਵੀ ਹੈ ਉਹਨਾਂ ਕੋਲ ਹੀ ਜਾਓਗੇ ਮੈਡਮ ਸਿਮਰਨਜੀਤ ਕੋਲ ਜਾਣਾ ਹੀ ਹੈ ਤੁਸੀਂ ਹਨਾ ਉਹਨਾਂ ਦੀ ਸੁਣਿਓ ਸਟੋਰੀ ਉਹ ਵੀ ਤੁਹਾਨੂੰ ਦੱਸਣਗੇ ਕਿ ਉਹਨਾਂ ਨੇ ਆਪਣੀ ਫੀਲਡ ਦੇ ਵਿੱਚ ਕਿੰਨੀ ਇੱਕ ਸਟਰਗਲ ਕੀਤੀ ਹੈ ਮਤਲਬ ਇਸ ਕਰਕੇ ਮੈਨੂੰ ਇਹ ਲੱਗਦਾ ਹੁੰਦਾ ਕਿ ਫੀਲਡ ਕੋਈ ਵੀ ਫੀਲਡ ਸਾਫ ਸੁਥਰੀ ਨਹੀਂ ਹੈ ਹਰ ਫੀਲਡ ਦੇ ਵਿੱਚ ਚੰਗੀਆਂ ਚੀਜ਼ਾਂ ਵੀ ਨੇ ਮਾੜੀਆਂ ਵੀ ਡਿਪੈਂਡ ਕਰਦਾ ਹੈ ਤੁਹਾਡੇ ਤੇ ਤੁਹਾਡੇ ਚ ਕਿੰਨੀ ਕੈਪੇਬਿਲਿਟੀ ਹੈ ਤੁਸੀਂ ਤੁਹਾਡੇ ਚ ਹਿੰਮਤ ਕਿੰਨੀ ਹੈ ਤੁਹਾਡੇ ਚ ਹੌਂਸਲਾ ਕਿੰਨਾ ਹੈ ਕਿ ਤੁਸੀਂ ਉਹਨਾਂ ਹਾਲਾਤਾਂ ਨਾਲ ਲੜ ਸਕਦੇ ਹੋ ਜੀ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਮੈਨੂੰ ਮੈਂ ਜਦੋਂ ਸਟਾਰਟਿੰਗ ਕੀਤੀ ਮੈਨੂੰ ਯਾਦ ਹੈ ਮੈਨੂੰ ਹੁਣ ਉਹਨਾਂ ਦਾ ਨਾਮ ਨਹੀਂ ਯਾਦ ਸਾਡਾ ਸ਼ੋਅ ਸੀ ਚੰਡੀਗੜ੍ਹ ਦੇ ਵਿੱਚ ਹਾਂ ਤੇ ਉਹਨਾਂ ਨੇ ਜਦੋਂ ਮੈਨੂੰ ਬੋਲਦੇ ਦੇਖਿਆ ਬਾਈ ਹੋਣਾ ਨੇ ਮੈਨੂੰ ਬਿਠਾਇਆ ਉਹਨੇ ਕਹਿੰਦੇ ਕੁੜੀਏ ਇੱਕ ਗੱਲ ਦੱਸਾਂ ਵੀ ਜਿਹੜੀ ਤੇਰੀ ਪਰਸਨੈਲਿਟੀ ਆ ਨਾ ਜਾਂ ਜਿਹੜਾ ਤੇਰਾ ਸਟੇਟਸ ਆ ਰੁੱਤ ਪੈ ਜਿਵੇਂ ਅਸੀਂ ਤੁਹਾਨੂੰ ਦੇਖਿਆ ਤੈਨੂੰ ਇੱਕ ਸਲਾਹ ਦੇਣੀ ਆ ਮੈਂ ਕਿਹਾ ਹਾਂਜੀ ਬਾਈ ਜੀ ਦੱਸੋ ਕਹਿੰਦੇ ਆ ਤੂੰ ਆ ਆ ਵਿਚਾਰਿਕ ਟੋਆ ਤੇ ਇਧਰ ਤੇਰੀ ਕਾਮਯਾਬੀ ਆ ਮਤਲਬ ਹਨਾ ਇਹਦੇ ਵਿੱਚ ਇੱਕ ਟੋਆ ਹੈ ਜੇ ਤੂੰ ਛਾਲ ਮਾਰੇਂਗੀ ਹੋ ਸਕਦਾ ਤੂੰ ਪਹੁੰਚ ਵੀ ਜਾਵੇਂ ਤੇ ਹੋ ਸਕਦਾ ਤੂੰ ਗਿਰ ਵੀ ਜਾਵੇਂ ਪੋਸਿਬਿਲਿਟੀ ਦੋਨੋਂ ਨੇ ਪਰ ਜੇ ਤੂੰ ਐਦਾਂ ਜਾਏਂਗੀ ਘੁੰਮ ਕੇ ਠੀਕ ਹੈ ਪਹੁੰਚ ਤੂੰ ਉੱਥੇ ਜ਼ਰੂਰ ਜਾਣਾ ਪਰ ਟਾਈਮ ਲੱਗੂਗਾ ਹਨਾ ਸੋ ਉਹ ਚੀਜ਼ ਮੈਂ ਪੱਲੇ ਬੰਨ ਲਈ। ਇਹ ਵਾਕ ਹੀ ਸਹੀ ਗੱਲ ਹੈ ਕਿ ਕਦੇ ਸ਼ਾਰਟ ਰਸਤਾ ਨਹੀਂ ਅਪਣਾਇਆ। ਸਹੀ ਹੈ। ਕਿ ਆਪਣੇ ਆਪ ਨੂੰ ਸਥਾਪਿਤ ਕਲਾਕਾਰ ਕਰਨ ਦੇ ਲਈ ਕੋਈ ਕੰਪਰੋਮਾਈਜ਼ ਨਹੀਂ ਕੀਤਾ ਅੱਜ ਇੰਡਸਟਰੀ ਦੇ ਵਿੱਚ ਖੜੀ ਆ ਬਹੁਤ ਵਾਰੀ ਮੈਨੂੰ ਕੁਐਸਚਨ ਵੀ ਪੁੱਟ ਆਊਟ ਕੀਤਾ ਜਾਂਦਾ ਵੀ ਬੜਾ ਸਾਫ਼ ਸੁਥਰਾ ਜਿਹਾ ਕੰਮ ਤੁਸੀਂ ਕੀਤਾ ਹਨਾ ਵੀ ਤੁਸੀਂ ਕਿਸੇ ਦਾ ਸਹਾਰਾ ਨਹੀਂ ਲਿਆ ਮੈਂ ਸਿਰਫ ਉਸ ਪਰਮਾਤਮਾ ਦਾ ਤੇ ਮੇਰੇ ਪਰਿਵਾਰ ਦਾ ਸਹਾਰਾ ਸੀ ਮੇਰੇ ਨਾਲ ਹਨਾ ਕਿਸੇ ਦਾ ਨਾਮ ਨਹੀਂ ਮੇਰੇ ਨਾਲ ਜੁੜਿਆ ਸਭ ਤੋਂ ਵੱਡੀ ਗੱਲ ਹਨਾ ਕਿ ਅਕਸਰ ਹੁੰਦਾ ਹੈ ਵੀ ਹਾਂਜੀ ਉਹਨੇ ਉਹਦਾ ਉਹਦਾ ਨਾਲ ਜੁੜ ਕੇ ਕੰਮ ਕਰਕੇ ਆਪਣਾ ਮਤਲਬ ਕੱਢ ਕੇ ਜੀ ਅੱਗੇ ਵਧੀ ਨਹੀਂ ਆਰਦੀ ਪ੍ਰਮਨ ਦੀ ਜਿਹੜੀ ਸ਼ਵੀ ਹੈ ਜਿਹੜਾ ਕਰੈਕਟਰ ਹੈ ਉਹ ਬਹੁਤ ਸਾਫ਼ ਸੁਥਰਾ ਆ ਐਵਰੀਬਾਡੀ 노ਸ ਹਨਾ ਸੋ ਮੈਨੂੰ ਮੈਨੂੰ ਇਹ ਲੱਗਦਾ ਹੁੰਦਾ ਕਿ ਮੈਂ ਇੱਕ ਏਸ ਇਸ ਲਈ ਵੀ ਲੋਕਾਂ ਦੇ ਵਿੱਚ ਫੇਮਸ ਆ ਕਿ ਵੀ ਮੈਂ ਆਪਣੇ ਦਮ ਤੇ ਕੀਤਾ ਤੇ ਕੁੜੀਆਂ ਨੂੰ ਵੀ ਇਹੀ ਕਹਿੰਦੀਆਂ ਵੀ ਦੇਖੋ ਸ਼ੋਹਰਤ ਜਿਹੜੀ ਹੈ ਨਾ ਉਹ ਅਨਿਸ਼ਚਿਤ ਨਹੀਂ ਮਿਲਦੀ ਜਿਹੜੀ ਤੁਸੀਂ ਮਿਹਨਤ ਕਰਕੇ ਸ਼ੋਹਰਤ ਹਾਸਲ ਕੀਤੀ ਆ ਉਹਦਾ ਨਸ਼ਾ ਹੀ ਵੱਖਰਾ ਹੁੰਦਾ ਆ ਅੱਜ ਤੁਸੀਂ ਅੱਖਾਂ ਚੱਖਾਂ ਪਾ ਕੇ ਗੱਲ ਕਰ ਸਕਦੇ ਹੋ ਕਿਸੇ ਨਾਲ ਤੁਹਾਡੀਆਂ ਅੱਖਾਂ ਗਰਵ ਨਾਲ ਹਨਾ ਉੱਠਦੀਆਂ ਨੇ ਪ੍ਰਾਊਡ ਫੀਲ ਕਰਦੀਆਂ ਕਿ ਮੈਂ ਦੁਨੀਆਂ ਦੇ ਵਿੱਚ ਇਹ ਕੀਤਾ ਹਨਾ ਜਦੋਂ ਤੁਸੀਂ ਕਿਸੇ ਫੀਲਡ ਦੇ ਵਿੱਚ ਕੋਈ ਵੀ ਫੀਲਡ ਹੈ ਉਹਦੇ ਵਿੱਚ ਤੁਸੀਂ ਸ਼ਾਰਟਕਟ ਅਪਣਾਉਣੇ ਹੋ ਹਨਾ ਤੇ ਫਿਰ ਤੁਸੀਂ ਖਤਮ ਹੋ ਜਾਂਦੇ ਹੋ ਮੈਂ ਕੁੜੀਆਂ ਨੂੰ ਇਹੀ ਕਹੂੰਗੀ ਸ਼ਾਰਟਕਟ ਕਦੇ ਨਾ ਅਪਣਾਓ ਕਦੇ ਇਹ ਨਾ ਸੋਚੋ ਵੀ ਕੱਲੀ ਔਰਤ ਕੁਝ ਨਹੀਂ ਕਰ ਸਕਦੀ ਕੱਲੀ ਕੁੜੀ ਕੁਝ ਨਹੀਂ ਕਰ ਸਕਦੀ ਆਪਣੇ ਆਪ ਤੇ ਹੌਸਲਾ ਰੱਖੋ ਵਿਸ਼ਵਾਸ ਰੱਖੋ ਬੜੀਆਂ ਐਗਜ਼ਾਮਪਲਾਂ ਨੇ ਜਿੱਥੇ ਕੱਲੀਆਂ ਕੁੜੀਆਂ ਨੇ ਮੱਲਾ ਮਾਰੀਆਂ ਨੇ ਸਹੀ ਹੈ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੁੰਦਾ ਵੀ ਫੀਲਡ ਜਿਹੜੀ ਹੈ ਕੋਈ ਵੀ ਚੰਗੀ ਨਹੀਂ ਹੈ ਬੰਦਾ ਆਪ ਚੰਗਾ ਹੈ ਤਾਂ ਸਾਰਾ ਕੁਝ ਹੀ ਚੰਗਾ ਹੈ ਇਹ ਤਾਂ ਸਾਡੀ ਫੀਲਡ ਜਿਹੜੀ ਹੈ ਇਹ ਤਾਂ ਐਵੇਂ ਬਦਨਾਮ ਕੀਤੀ ਹੋਈ ਹੈ ਜੀ ਇਦਾਂ ਹਰ ਕੋਈ ਦਾਨ ਨਹੀਂ ਕਰਦਾ ਨਾ ਇਹ ਚੀਜ਼ਾਂ ਹੁੰਦੀਆਂ ਨਹੀਂ ਦੇਖੋ ਕੋਈ ਕਿਸੇ ਨੂੰ ਚੰਗਾ ਲੱਗਦਾ ਉਹਦੀ ਇੱਕ ਪਰਸਨਲ ਲਾਈਫ ਹੈ ਹੈਨਾ ਤੇ ਬਹੁਤ ਲੋਕਾਂ ਨੂੰ ਹੁੰਦਾ ਦੇਖੋ ਇੱਕ ਸੋਹਣੀ ਕੁੜੀ ਨੂੰ ਹਰ ਇੱਕ ਬੰਦਾ ਕਹਿ ਹੀ ਦਿੰਦਾ ਵੀ ਮਤਲਬ ਮੈਨੂੰ ਇਹ ਚੰਗੀ ਲੱਗਦੀ ਆ ਕੁੜੀਆਂ ਵੀ ਕਹਿ ਦਿੰਦੀਆਂ ਨੇ ਹਨਾ ਸੋ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਗਲਤ ਹੈ ਹਨਾ ਉਹ ਰੋਂਗ ਆ ਡਿਪੈਂਡ ਕਰਦਾ ਕਿ ਜਦੋਂ ਤੁਸੀਂ ਤੁਹਾਨੂੰ ਯੂਜ਼ ਕੀਤਾ ਜਾਂਦਾ ਉਸ ਕੰਮ ਲਈ ਹਨਾ ਤੁਹਾਡੇ ਅੱਗੇ ਇੱਕ ਮਤਲਬ ਕੁਐਸਚਨਰੀ ਰੱਖ ਦਿੱਤਾ ਜਾਂਦਾ ਵੀ ਤੂੰ ਇਦਾਂ ਕਰੇਂਗੀ ਤਾਂ ਐਵੇਂ ਹੋਊਗਾ ਉੱਥੇ ਫਿਰ ਤੁਹਾਡੀ ਆਪਣੀ ਸੋਚ ਆ ਵੀ ਤੁਸੀਂ ਮਿਹਨਤ ਕਰਕੇ ਅੱਗੇ ਆਉਣਾ ਹੈ ਇਹਨਾਂ ਲੋਕਾਂ ਦੇ ਮੂੰਹ ਬੰਦ ਕਰਨੇ ਨੇ ਠੀਕ ਹੈ ਕਿ ਤੁਸੀਂ ਆਪਦਾ ਆਪਣੀ ਕੰਪਰੋਮਾਈਜ਼ ਕਰਕੇ ਅੱਗੇ ਆਉਣਾ ਹੈਗਾ ਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਮੈਂ ਤਾਂ ਜ਼ਿੰਦਗੀ ਦੇ ਵਿੱਚ ਅੱਜ ਤੱਕ ਅਸੀਂ ਇਦਾਂ ਦਾ ਕੁਝ ਕੀਤਾ ਹੀ ਨਹੀਂ ਆਪਣੀ ਮਿਹਨਤ ਨਾਲ ਇੱਥੇ ਤੱਕ ਆਏ ਆ ਅੱਗੇ ਵੀ ਜਾਵਾਂਗੇ ਬਿਲਕੁਲ ਬਿਲਕੁਲ ਹੈਨਾ ਤੇ ਤੋਂ ਤੱਕ ਤਾਂ ਇੱਕ ਧਾਰਮਿਕ Song ਜਿਹੜਾ ਸੀਗਾ ਉਹ ਵੀ ਕਾਫੀ ਚੱਲਿਆ ਸੀ ਹਾਂ ਉਹ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਿਹੜੇ ਸ਼ਹੀਦੀ ਦਿਨ ਉਹਨਾਂ ਦੇ ਸ਼ਹਾਦਤ ਦੇ ਦਿਨ ਹੈ ਨਾ ਉਹਨਾਂ ਨੂੰ ਅਸੀਂ ਸਮਰਪਿਤ ਕੀਤਾ ਸੀ ਤੇ ਉਹ ਮੈਨੂੰ ਉਹ ਵੀ ਮੈਨੂੰ ਉਹ ਵੀ ਸਾਨੂੰ ਹਾਂ ਸਤਾਣੀ ਉਹਦੇ ਲਈ ਮੈਨੂੰ ਸਿਰ ਤੇ ਚੁੰਨੀ ਲੈਣੀ ਪੈਣੀ ਹੈ ਜਗਮਨ ਬਹੁਤ ਸੋਹਣੀ ਗੱਲ ਲਿਖੀ ਸੀ ਲਿਖਣ ਵਾਲੇ ਨੇ ਨਾ ਕਿਉਂਕਿ ਉਹਨਾਂ ਦਿਨਾਂ ਨੂੰ ਅਸੀਂ ਯਾਦ ਕੀਤਾ ਸੀ ਜਦੋਂ ਛੋਟੇ ਸ਼ਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਜਣਿਆ ਗਿਆ ਸੀ ਔਰ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸਣੀ ਚਾਹਨੀ ਆ ਸ਼ਾਇਦ ਆਪਣਾ ਕੁਐਸਚਨ ਵੀ ਰਹਿ ਗਿਆ ਕਿ ਮੇਰਾ ਜਿਹੜਾ ਪਿਛੋਕੜ ਹੈ ਜਿਲ੍ਹਾ ਫੱਟੇਗੜ ਸਾਹਿਬ ਤੋਂ ਹੈ ਫੱਟੇਗੜ ਸਾਹਿਬ ਦਾ ਪਿੰਡ ਬਸੀ ਪਠਾਣਾ ਜਿੱਥੇ ਮੈਂ ਜੰਮੀ ਆ ਮੇਰਾ ਜਨਮ ਹੋਇਆ ਔਰ ਜਿਹੜੇ ਮੇਰੇ ਸਹਰੇ ਨੇ ਫਤਿਹਗੜ੍ਹ ਸਾਹਿਬ ਨੇ ਹੈ ਨਾ ਸਰਹੰਦ ਸੋ ਸਾਡੀ ਤਾਂ ਧਰਤੀ ਹੈ ਗੁਰੂਆਂ ਪੀਰਾਂ ਪੈਗੰਬਰਾਂ ਦੀ ਸ਼ਾਇਦ ਸਾਡੇ ਵਿੱਚ ਉਹ ਜਨੂੰਨ ਜੋਸ਼ ਵੀ ਇਸੇ ਕਰਕੇ ਆ ਕਿ ਸ਼ਹੀਦਾਂ ਦੀ ਧਰਤੀ ਉੱਤੇ ਜਨਮ ਲਿਆ ਸੋ ਸਾਡਾ ਇਹ ਫਰਜ਼ ਬਣਦਾ ਹੈ ਬਿੰਗੀ ਆਰਟਿਸਟ ਵੀ ਅਸੀਂ ਗੁਰੂਆਂ ਨੇ ਸਾਡੇ ਲਈ ਬਹੁਤ ਕੁਸ਼ਾ ਕੀਤਾ ਤੇ ਅਸੀਂ ਇੱਕ ਕਵਿਤਾ ਦਾ ਇੱਕ ਧਾਰਮਿਕ ਗੀਤ ਕਿਉਂ ਨਾ ਕਰੀਏ ਸੋ ਹਰ ਸਾਲ ਮੈਂ ਕਰਦੀ ਹਾਂ ਸਮ ਜੇ ਸਕੀਨਾ ਸਭ ਗੰਗੂ ਦੀਆਂ ਚਾਲ ਨੂੰ ਸੋ ਬੇਨੂ ਫੜਾਇਆ ਮਾਂ ਗੁਜਰੀ ਤੇ ਲਲਨੂ ਠੰਡੇ ਬੁਰਜ ਵਿੱਚ ਪੋਦੀਆਂ ਰਾਤਾਂ ਕਿੰਜ ਕੱਟੀਆਂ ਹੋਣਗੀਆਂ ਨਿੱਕੀਆਂ ਜਿੰਦਾ ਵਿੱਚ ਨੀਹਾ ਕਿੰਜ ਡੱਕੀਆਂ ਹੋਣਗੀਆਂ ਕਿਵੇਂ ਕੀਤਾ ਹੋ ਪਾਰ ਡੂੰਗੇ ਸਰਸਾ ਦੇ ਪਾਣੀ ਨੂੰ ਵਾਜਾ ਵਾਲੇ ਆਏ ਸਿਰ ਚੁਕਦਾ ਤੇਰੀ ਕੁਰਬਾਨੀ ਨੂੰ ਵਾਜਾ ਵਾਲੇ ਆਏ ਸਿਰ ਚੁਕਦਾ ਤੇਰੀ ਕੁਰਬਾਨੀ ਨੂੰ ਵਾਜਾ ਵਾਲਿਆਂ ਨਾਲੀ ਬਹੁਤ ਦਸਾਨੀ ਜਿਹੜੀ ਹੈਗੀ ਹੈ ਕੁਰਬਾਨੀ ਸ਼ਹਾਦਤ ਹੈ ਹਾਂਜੀ ਇਹ ਵਿਚਾਰ ਸਹਿਬ ਜਦੇ ਨੇ ਚਾਰ ਪੁੱਤਵਾਰੇ ਨੇ ਨਾ ਪੁੱਤਵਾਰ ਆਪਣਾ ਪੂਰਾ ਸਰਬੰਸੀ ਵਾਰ ਮੈਂ ਇਹ ਗਾਣਾ ਮੈਂ ਸਟੇਜ ਤੇ ਕਈ ਵਾਰੀ ਗਾ ਵੀ ਨਹੀਂ ਸਕਦੀ ਕਿਉਂਕਿ ਮੈਨੂੰ ਸਾਨੂੰ ਉਹ ਚੀਜ਼ਾਂ ਯਾਦ ਆ ਜਾਂਦੀਆਂ ਹਨ ਬੀਇੰਗ ਅ ਮਦਰ ਆਪਾਂ ਸੋਚੀਏ ਸਾਡੇ ਬੱਚੇ ਨੂੰ ਹਲਕੀ ਜਿਹੀ ਖਰੂਨ ਚ ਆ ਜੇ ਹਨਾ ਮਾਂ ਦਾ ਕਾਰਜਾ ਨਿਕਲ ਜਾਂਦਾ ਹੈ ਬੱਚਾ 10 ਮਿੰਟ ਲੇਟ ਹੋ ਜੇ ਹਨਾ ਤਾਂ ਸੱਚੇ ਪਾਤਸ਼ਾਹ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਹੀ ਵਾਰ ਦਿੱਤਾ ਪਰਿਵਾਰ ਵਾਰ ਕੇ ਵੀ ਸੀ ਨਹੀਂ ਕੀਤੀ ਹਨਾ ਸੋ ਇਹ ਚੀਜ਼ਾਂ ਭਾਵੇਂ ਕਰਦੀਆਂ ਨੇ ਸਾਨੂੰ ਪਰ ਅਸੀਂ ਮਤਲਬ ਇਹ ਕਹਿ ਲੋ ਵੀ ਚੰਗੇ ਕਰਮ ਕੀਤੇ ਨੇ ਕਿ ਅਸੀਂ ਸਿੱਖ ਪੰਥ ਦੇ ਵਿੱਚ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਆ ਸਾਡੀ ਜਿਹੜੀ ਧਰਤੀ ਆ ਪੰਜਾਬ ਦੀ ਗੁਰੂਆਂ ਪੀਰਾਂ ਪੈਗੰਬਰਾਂ ਜੋਧਿਆਂ ਦੀ ਧਰਤੀ ਆ ਇਹ ਸ਼ਹਾਦਤਾਂ ਸਾਡੇ ਹਿੱਸੇ ਆਈਆਂ ਨੇ ਜਿੰਨੀਆਂ ਸ਼ਹਾਦਤ ਸਿੱਖ ਪੰਥ ਦੇ ਵਿੱਚ ਐ ਸਿੱਖ ਧਰਮ ਦੇ ਵਿੱਚ ਆਈ ਐ ਕਿਸੇ ਧਰਮ ਦੇ ਵਿੱਚ ਧਰਮ ਚ ਨਹੀਂ ਹੈਗੀ ਹਨਾ ਸੋ ਬਹੁਤ ਇੱਕ ਵੱਡੀ ਕੁਰਬਾਨੀ ਆ ਸਾਡੇ ਧਰਮ ਦੀ ਹਨਾ ਬਾਕੀ ਮੈਂ ਸਾਰੇ ਧਰਮਾਂ ਦੀ ਰਿਸਪੈਕਟ ਕਰਦੀ ਆ ਸਾਰੇ ਗੁਰੂ ਪੀਰ ਪੈਗੰਬਰ ਇੱਕੋ ਹੀ ਨੇ ਪਰ ਮਤਲਬ ਇੱਕ ਹੁੰਦਾ ਕਿ ਤੁਸੀਂ ਕਿਸ ਮਤਲਬ ਫੈਮਲੀ ਤੋਂ ਬਿਲੋਂਗ ਕਰਦੇ ਜਿਵੇਂ ਸਿੱਖ ਫੈਮਲੀ ਤੋਂ ਬਿਲੋਂਗ ਕਰਦੇ ਇਸ ਕਰਕੇ ਸ਼ਾਇਦ ਇਹਦਾ ਕਰਕੇ ਬਾਕੀ ਅਸੀਂ ਰਾਮ ਰਹੀਮ ਗੁਰੂ ਪੀਰ ਪੈਗੰਬਰ ਸਭ ਨੂੰ ਮੰਨਦੀਆਂ ਮੈਂ ਤੇ ਜਿਵੇਂ ਲੋਕਗੀਤ ਦੀ ਗੱਲ ਕਰਾਂ ਤੇ ਲੋਕਗੀਤ ਵੀ ਮੈਂ ਸੁਣਦਾ ਹੁੰਨਾ ਤੁਹਾਡੇ ਵੀ ਹੋਏਗੇ ਨੇ ਲੋਕਗੀਤ ਵੀ ਤੁਸੀਂ ਹੁੰਦੇ ਹੋ ਤੇ ਲੋਕਗੀਤ ਇੱਕ ਤੁਹਾਡਾ ਬੜਾ ਫੇਮਸ ਵੈਸੇ ਹਮਦਾ ਚਾਰ ਆ ਜਗਮੋਨ ਐਦਾਂ ਨਾ ਵੀ ਉਹਦਾ ਕੀ ਸੀ ਮੈਂ ਦੱਸਦੀਆਂ ਲੋਕਗੀਤ ਉਹ ਜਿਹੜੇ ਕਿ ਲੋਕਾਂ ਦੇ ਗੀਤ ਨੇ ਹਨਾ ਮੈਨੂੰ ਇਹ ਲੱਗਦਾ ਹੁੰਦਾ ਵੀ ਕੁਝ ਗੀਤ ਤੁਹਾਡੇ ਇਹੋ ਜਿਹੇ ਹੁੰਦੇ ਨੇ ਜਿਹੜੇ ਲੋਕ ਗੀਤ ਬਣ ਜਾਂਦੇ ਨੇ ਜਿਵੇਂ ਅੰਬਦਾਚਾਰ ਦੀ ਗੱਲ ਕਰਾਂ ਬੇਸਿਕਲੀ ਇਹ ਲੋਕ ਗੀਤ ਨਹੀਂ ਸੀ ਪਰ ਇਹ ਲੋਕ ਗੀਤੋਂ ਵੀ ਵਧੀਆ ਲੋਕਾਂ ਨੇ ਪਸੰਦ ਕੀਤੀ ਤੇ ਲੋਕਾਂ ਦਾ ਗੀਤ ਬਣ ਗਿਆ ਕਿਉਂਕਿ ਇਹ ਚ ਕਲਚਰਲ ਗੱਲਾਂ ਸੀ ਲੋਗੀ ਤੋਂ ਵੀ ਜਿਹਦੇ ਚ ਹਰ ਇੱਕ ਦੀ ਗੱਲ ਹੋਵੇ ਹਨਾ ਸੋ ਇੱਕ ਮੇਰਾ ਗੀਤ ਚੁੰਨੀ ਆ ਉਹ ਵੀ ਲੋਕ ਗੀਤ ਵਰ ਗਈ ਆ ਹਨਾ ਮੈਂ ਜਦੋਂ ਗੋਨੀਆਂ ਲੋਕ ਮੇਰੇ ਨਾਲ ਨਾਲ ਗਾਉਂਦੇ ਨੇ ਅੰਬਦਾਚਾਰ ਮੈਂ ਜ਼ਰੂਰ ਸੁਣਾਉਣੀ ਆ ਪਹਿਲਾਂ ਅੰਬਦਾਚਾਰ ਸੁਣਾਉਂਗੀ ਚੁੰਨੀ ਵੀ ਸੁਣਾਵਾਂਗੇ ਅੰਬਦਾਚਾਰ ਮੈਂ ਤਾਂ ਕਿਆ ਨਹੀਂ ਹੁੰਨੀ ਆ ਕਿਉਂਕਿ ਹੁਣ ਸਾਡਾ ਦੇਖੋ ਜਿੱਥੇ ਸਾਡੇ ਮਸ਼ੀਨਰੀ ਦੇ ਵਿੱਚ ਖਾਣੇ ਪੀਣੇ ਚ ਵੀ ਚੇਂਜ ਆ ਗਿਆ ਹਨਾ ਬਰਗਰ ਪੀਜ਼ਾ ਇਹ ਸਾਰੀਆਂ ਚੀਜ਼ਾਂ ਨੇ ਜਗ੍ਹਾ ਲੈ ਲਈ ਰੋਟੀ ਦੀ ਹਨਾ ਮੱਕੀ ਦੀ ਰੋਟੀ ਸਰੋਂ ਦੇ ਸਾਗ ਨੂੰ ਅਸੀਂ ਪਸੰਦ ਜ਼ਰੂਰ ਕਰਦੇ ਸਾਡੀ ਜਨਰੇਸ਼ਨ ਜ਼ਰੂਰ ਪਸੰਦ ਕਰਦੀ ਹੈ ਬਟ ਜੇ ਸਾਡੇ ਬੱਚੇ ਨੇ ਉਹ ਥੋੜਾ ਵਾਇਡ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਕੀ ਹੁੰਦਾ ਐਦਾਂ ਹਨਾ ਤੇ ਅਚਾਰ ਚੂੜਾ ਤਾਂ ਖਾਂਦੇ ਹੀ ਨਹੀਂ ਹਨਾ ਵੀ ਮਸਾਲਾ ਇਹਦੇ ਚ ਨਮਕ ਜ਼ਿਆਦਾ ਇਹ ਚ ਨੂਨ ਜ਼ਿਆਦਾ ਇਹ ਚ ਮਿਰਚ ਜ਼ਿਆਦਾ ਹੈ ਤੇ ਉਹ ਚੀਜ਼ ਮੈਂ ਲਿਖੀ ਸੀ ਤਸ਼ਪਾਲ ਮੇਰਾ ਵੀਰ ਫੌਜ ਦੇ ਵਿੱਚ ਆ ਜਿਹਨੇ ਲਿਖਿਆ ਹੈਗਾ ਨਾ ਹੋ ਸਤਾ ਵਿੱਚੋਂ ਰੋਣ ਕੀ ਉੱਡ ਗਈ ਵਿਛੜ ਗਏ ਨੇ ਬਾਬੇ ਹੌਟ ਕੇ ਸਾ ਵਿੱਚ ਰੋਟੀ ਰਹਿੰਦੀ ਲੋਕੀ ਭੁੱਲ ਗਏ ਛਾਬੇ ਹੌਟ ਕੇ ਸਾ ਵਿੱਚ ਰੋਟੀ ਰਹਿੰਦੀ ਲੋਕੀ ਭੁੱਲ ਗਏ ਛਾਬੇ ਕੋਕ ਪੀ ਕੇ ਨੀ ਆਉਂਦਾ ਮਿੱਤਰ ਹੋ ਕੋਕ ਪੀ ਕੇ ਨਿਉਂਦਾ ਮਿੱਤਰੋਂ ਲੱਸੀ ਜਿਹੜਕਾ 버ਗਰ ਪੀਜ਼ੇ ਨੇ ਖੋលਿਆ ਅੰਬਦਾ ਚਾਰ 버ਗਰ ਪੀਜ਼ੇ ਨੇ ਖੋលਿਆ ਅੰਬਦਾ ਚਾਰ 버ਗਰ ਪੀਜ਼ੇ ਨੇ ਹੁਣ ਨਾ ਰਹਿ ਗਿਆ ਕੁੜਤਾ ਚਾਦਰਾਂ ਨਾ ਰਹਿ ਗਈ ਫੁਲਕਾਰੀ ਕਿੱਲੀਆਂ ਉੱਤੇ ਟੰਗੇ ਪਰਾਂਦੇ ਬਣ ਗਏ ਲੋਕ ਵਪਾਰੀ ਲੀਆਂ ਉਤੇ ਟੰਗੇ ਪਰਾਂਦੇ ਬਣ ਗਏ ਲੋਕ ਵਪਾਰੀ ਹੋ ਪੱਛਮ ਨੇ ਅਪਣਾ ਲਿਆ ਲੋਕੋ ਹੋ ਪੱਛਮ ਨੇ ਅਪਣਾ ਲਿਆ ਲੋਕੋ ਸਾਡਾ ਸਬਿਆਚਾਰ 버ગર ਪੀਜ਼ੇ ਨੇ ਖੋ ਲਿਆ ਅੰਬਦਾ ਚਾਰ 버ગર ਪੀਜ਼ੇ ਨੇ ਖੋ ਲਿਆ ਅੰਬਦਾ ਚਾਰ ਆ 버ગર ਪੀਜ਼ੇ ਨੇ ਕੰਨ ਉਹਦੇ ਲੋਕੀ ਤੁਸੀਂ ਗਾਣਾ ਲੈ ਜਿਵੇਂ ਮਨ ਮੇਰੇ ਜਿੰਨੇ ਵੀ ਗੀਤ ਨੇ ਤੁਸੀਂ ਖੋਲ ਕੇ ਸੁਣ ਲਿਓ ਉਹੀ ਗੱਲ ਆ ਗਈ ਨਾ ਕਿ ਅਸੀਂ ਲੋਕ ਚੰਗੇ ਕੰਟੈਂਟ ਨੂੰ ਹਾਈਲਾਈਟ ਨਹੀਂ ਕਰਦੇ ਹੁਣ ਇਹ ਕਿੰਨੀਆਂ ਵਧੀਆ ਵਧੀਆ ਗੱਲਾਂ ਨੇ ਦੇਖੋ ਇਹ ਸਾਡੇ ਬੱਚਿਆਂ ਨੂੰ ਸਿਖਾਉਣੀਆਂ ਚਾਹੀਦੀਆਂ ਨੇ ਹਨਾ ਹੁਣ ਇਹਨਾਂ ਦੇ ਰੀਲਾਂ ਕਿਉਂ ਨਹੀਂ ਵਾਇਰਲ ਕਰਦੇ ਕਰੋ ਮੈਂ ਤਾਂ ਕਹਿੰਦੀ ਲੋਕਾਂ ਨੂੰ ਪਤਾ ਲੱਗੇ ਵੀ ਜਦੋਂ ਅਸੀਂ ਕੋਕ ਪੀਂਦੇ ਆ ਤੇ ਜਦੋਂ ਲੱਸੀ ਪੀਂਦੇ ਆ ਕੀ ਫਰਕ ਹੁੰਦਾ ਹੈ ਹੈਨਾ ਜਦੋਂ ਅਸੀਂ 버ਗਰ ਪੀਜ਼ਾ ਖਾਂਦੇ ਆ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਂਦੇ ਆ ਕੀ ਫਰਕ ਹੈ ਹੈਨਾ ਮਤਲਬ ਛਾਬਾ ਲੋਕ ਬੱਚਿਆਂ ਨੂੰ ਪਤਾ ਹੀ ਨਹੀਂ ਛਾਬੇ ਕੀ ਹੁੰਦਾ ਸੱਥਾਂ ਕੀ ਨੇ ਸੱਥਾਂ 'ਚ ਬਾਬਿਆਂ ਦੀ ਰੌਣਕਾ ਕਿਵੇਂ ਲੱਗਦੀ ਹੈ ਪਤਾ ਹੀ ਨਹੀਂ ਇਹ ਚੀਜ਼ਾਂ ਦਿਖਾਓ ਇਹ ਸਾਡਾ ਕਲਚਰ ਹੈ ਨਾ ਕਿ ਆ ਪੁੱਠੀਆਂ ਚੀਜ਼ਾਂ ਤੁਸੀਂ ਨਹੀਂ ਚਲੋ ਪਪਾ ਕਿਸੇ ਨੇ ਡਿਸਰੈਸਪੈਕਟ ਨਹੀਂ ਕਰਦੇ ਪਰ ਬਹੁਤ ਰਿਸਪੈਕਟ ਕਰਦੇ ਆ ਪਰ ਐਕਸੈਸ ਹੋ ਗਈ ਹੈ ਚੀਜ਼ ਹਨਾ ਬਹੁਤ ਜ਼ਿਆਦਾ ਹੋ ਗਈ ਹੈ ਨਾ ਐਨੀ ਨਹੀਂ ਹੋਣੀ ਚਾਹੀਦੀ ਇਵਨ ਦੈਨ ਕਲਾਕਾਰ ਵੀ ਕਰਨ ਲੱਗੇ ਮੈਂ ਦੇਖਿਆ ਆਪਦੇ ਪ੍ਰੋਗਰਾਮਾਂ 'ਚ ਵੀ ਕਹੀ ਜਾਂਦੇ ਨੇ ਚੰਗੀਆਂ ਗੱਲਾਂ ਪ੍ਰਮੋਟ ਕਰੋ ਬਹੁਤ ਕੁਝ ਹੈ ਸਾਡੇ ਕਲਚਰ ਦੇ ਵਿੱਚ ਸਾਡਾ ਵਿਰਸਾ ਬਹੁਤ ਅਮੀਰ ਹੈ ਇੱਕ ਇੱਕ ਚੀਜ਼ ਜਿਹੜੀ ਹੈ ਨਾ ਮੇਰੇ ਖਿਆਲ ਦੇ ਵਿੱਚ ਪੂਰੀ ਜ਼ਿੰਦਗੀ ਬੰਦੇ ਦੀ ਨਿਕਲ ਜਾਏ ਇਹ ਖਤਮ ਨਹੀਂ ਹੋਊਗਾ ਪਰ ਅਸੀਂ ਲੋਕ ਇਸ ਚੀਜ਼ ਤੋਂ ਪਿੱਛੇ हट ਗਏ ਸਾਨੂੰ ਇਹ ਲੱਗਦਾ ਵੀ ਛੇਤੀ ਸ਼ੋਰ ਦਹਾਸਲ ਕਰ ਲਈਏ ਸਾਡੇ ਗਾਣੇ ਹਿੱਟ ਹੋ ਜਾਣ ਸਾਡੇ ਗਾਣੇ ਟ੍ਰੈਂਡ ਕਰ ਜਾਣ ਬਸ ਇਹਨਾਂ ਚੱਕਰਾਂ ਦੇ ਵਿੱਚ ਹੀ ਅਸੀਂ ਉਲਝੇ ਪਏ ਆ ਉਹਦੇ ਕਰਕੇ ਅਸੀਂ ਆਪਦੇ ਕਲਚਰ ਤੋਂ ਵੀ ਦੂਰ ਹੋ ਗਏ ਆ ਅਸੀਂ ਕਹਿੰਦੇ ਨਹੀਂ ਨਹੀਂ ਯਾਰ ਉਹ ਗਾਣਾ ਕਰੋ ਜਿਹੜਾ ਕਮਰਸ਼ਲ ਹੋਵੇ ਜਿਹਨੂੰ ਲੋਕ ਪਸੰਦ ਕਰਨ ਹਨ ਤੇ ਆ ਛੱਡੋ ਇਹ ਕਿਨੇ ਸੁਣਨਾ ਪਰ ਮੈਂ ਕਹਿੰਦੀ ਸਾਡੇ ਏਸ ਗੀਤਾਂ ਦੇ ਵੀ ਦਰਸ਼ਕ ਨੇ ਸਰੋਤੇ ਨੇ ਮੈਂ ਬੜੀ ਮਾਨਣ ਵਾਲੀ ਗੱਲ ਕਹਿਣੀ ਹੈ ਜਦੋਂ ਮੈਂ ਸਟੇਜ ਤੇ ਜਾਂਦੀ ਆ ਤੇ ਲੋਕੀ ਮੈਨੂੰ ਇਹਨਾਂ ਗੀਤਾਂ ਦੀ ਸਫਰਸ਼ ਕਰਦੇ ਨੇ ਮੈਨੂੰ ਅੰਬਦਾਚਾਰ ਗਾ ਦੋ ਮੈਡਮ ਚੁੰਨੀ ਗਾ ਦੋ ਗੀਤ ਹਨਾ ਮਤਲਬ ਇਹ ਚੀਜ਼ ਸੈਲੂਟ ਮੇਰਾ ਗੀਤ ਆ ਸੀ ਭਗਤ ਸਿੰਘ ਦਾ ਹਾਂਜੀ ਹਾਂ ਸ਼ੀਤ ਪਗਸ ਸਿੰਘ ਨੂੰ ਟ੍ਰਿਬਿਊਟ ਕੀਤਾ ਸੀ ਉਹ ਗਾਣਾ ਸੀ ਮਤਲਬ ਇੰਨਾ ਗੀਤਾਂ ਦੀ ਮੰਗ ਆਉਂਦੀ ਹੈ ਔਰ ਲੋਕ ਐਵੇਂ ਸੁਣਦੇ ਨੇ ਰਵਾਨਗੀ ਬਣਦੀ ਹੈ ਸਟੇਜ ਤੇ ਮੇਰੇ ਨਾਲ-ਨਾਲ ਗਾਉਂਦੇ ਨੇ ਇੱਕ ਇੱਕ ਚੀਜ਼ ਦੇ ਇੱਕ ਇੱਕ ਬੋਲ ਨਾ ਸੁਣਦੇ ਨੇ ਬੜਾ ਵਧੀਆ ਲੱਗਦਾ ਵੀ ਅਸੀਂ ਚੰਗਾ ਕੰਮ ਕੀਤਾ ਤੇ ਲੋਕੀ ਸਾਨੂੰ ਐਪਰੀਸ਼ੀਏਟ ਕਰਦੇ ਨੇ ਠੀਕ ਹੈ ਕਮਰਸ਼ial ਗੀਤ ਵੀ ਕਰੋ ਮੈਂ ਇਹ ਨਹੀਂ ਕਹਿੰਦੀ ਅਸੀਂ ਰੋਟੀ ਵੀ ਖਾਣੀ ਹੈ ਸਾਡੀ ਰੋਜ਼ੀ-ਰੋਟੀ ਹੈ ਪਰ ਇੱਕ ਕਲਾਕਾਰ ਹੋਣ ਦੇ ਨਾਤੇ ਇੱਕ ਅਸੀਂ ਰੋਲ ਮਾਡਲ ਹੈ ਲੋਕ ਸਾਡੇ ਤੋਂ ਬਹੁਤ ਕੁਝ ਸਿੱਖਦੇ ਨੇ ਜਦੋਂ ਅਸੀਂ ਬੋਲਦੇ ਆ ਈਵਨ ਦਨ ਸਾਡੇ ਪਹਿਰਾਵੇ ਨੂੰ ਵੀ ਕਾਪੀ ਕੀਤਾ ਜਾਂਦਾ ਹੈ ਸਾਡੇ ਹੇਅਰ ਸਟਾਈਲ ਨੂੰ ਵੀ ਕਾਪੀ ਕੀਤਾ ਜਾਂਦਾ ਸਾਡੇ ਬੋਲਣ ਦੇ ਸਟਾਈਲ ਨੂੰ ਉੱਠਣ ਬੈਠਣ ਖਾਣ ਪੀਣ ਹਰ ਇੱਕ ਚੀਜ਼ ਨੂੰ ਫੋਲੋ ਕੀਤਾ ਜਾਂਦਾ ਹੈ ਨਾ ਸੋ ਸਾਨੂੰ ਇੱਕ ਕਲਾਕਾਰ ਹੋਣ ਦੇ ਨਾਤੇ ਅਸੀਂ ਰੋਲ ਮਾਡਲ ਆ ਜਿੱਥੇ ਅਸੀਂ ਕਮਰਸ਼ੀਅਲ ਗੀਤ ਕਰਨੇ ਨੇ ਇਹੋ ਜੇ ਸੱਭਿਆਚਾਰਕ ਗੀਤ ਵੀ ਕਰੋ ਜੋ ਕਿ ਸਾਡਾ ਫਰਜ਼ ਹੈ ਸਹੀ ਇੱਕ ਕਲਾਕਾਰ ਹੋਣ ਦੇ ਨਾਤੇ ਜਿਹੜਾ ਸਾਡਾ ਫਰਜ਼ ਹੈ ਤਾਂ ਕਿ ਅਸੀਂ ਆਪਣੇ ਸਮਾਜ ਲਈ ਕੀ ਕਰ ਰਹੇ ਹਾਂ ਆਪਣੇ ਕਲਚਰ ਲਈ ਆਪਣੀ ਮਾਂ ਬੋਲੀ ਲਈ ਕੀ ਕਰ ਰਹੇ ਹਾਂ ਉਹ ਵੀ ਸੜ ਲਈ ਬਹੁਤ ਜ਼ਰੂਰੀ ਹੈ ਮਤਲਬ ਦੋਨੋਂ ਚੀਜ਼ਾਂ ਅਸੀਂ ਪੈਰਲਰ ਚੱਲਦੇ ਆ ਮੇਰੇ بڑے ਗੀਤ ਆਏ ਨੇ ਚੱਕਵੇਂ ਵੀ ਆਏ ਨੇ ਪਰ ਕਲਚਰਲ ਵੀ ਨਾਲ ਨਾਲੇ ਮੈਂ ਕਦੇ ਪਿੱਛੇ ਨਹੀਂ ਹਟੀ ਮੈਂ ਕਦੇ ਫੋਕੇ ਸ਼ੋਰਟ ਤੇ ਨਹੀਂ ਪਈ ਹੈਗੀ ਮੇਰਾ ਗਾਣਾ ਹਿੱਟ ਹੋ ਜਵੇ ਮੇਰਾ ਗਾਣਾ ਟ੍ਰੈਂਡ ਕਰ ਜਾਵੇ ਨੈਵਰ ਮਤਲਬ ਮੈਨੂੰ ਇਹ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ ਜਗਮੋੜ ਸਹੀ ਮੇਰੇ ਜਿੰਨੇ ਵੀ ਦਰਸ਼ਕ ਨੇ ਜਿੰਨੇ ਵੀ ਸਰੋਤੇ ਨੇ ਮੈਂ ਕੁਝ ਗਾਉਣੀ ਹੈ ਮੈਨੂੰ ਪਸੰਦ ਕਰਦੇ ਨੇ ਹੈਨਾ ਤੇ ਮੈਨੂੰ ਇਹ ਆ ਵੀ ਜਦੋਂ ਮੈਂ ਇਸ ਦੁਨੀਆ ਤੋਂ ਜਾਵਾਂ ਮੇਰੀ ਫੈਮਲੀ ਮੇਰੇ ਤੇ ਇੰਨਾ ਮਾਣ ਕਰੇ ਮੇਰਾ ਬੇਟਾ ਹੁਣ ਦੇਖੋ 12 ਸਾਲਾਂ ਦਾ ਬੇਟਾ ਉਹ ਫੁੱਟਬਾਲ ਖੇਡਦਾ ਆ ਨੈਸ਼ਨਲ ਪਲੇਅਰ ਨੈਸ਼ਨਲ ਖੇਡ ਚੁੱਕਿਆ ਫੁੱਟਬਾਲ ਤੇ ਅੱਗੇ ਵੀ ਚੱਲੋ ਵਾਈ ਗਰੂ ਉਹ ਕਰੂਗਾ ਉਹਨੂੰ ਤਰੱਕੀਆਂ ਦਊਗਾ ਹਾਂ ਜੀ ਹਾਂ ਬਿਲਕੁਲ ਤੇ ਉਹ ਬੜੇ ਮਾਣ ਨਾਲ ਕਹਿ ਦਿੰਦਾ ਵੀ ਇਹ ਮੇਰੇ ਮਮਾ ਹੈ ਹਨਾ ਉਹ ਕਾਰਨ ਕੀ ਹੈ ਵੀ ਅਸੀਂ ਉਹ ਰਿਸਪੈਕਟ ਖੱਟੀ ਹੈ ਹਨਾ ਚਾਰ ਬੰਦਿਆਂ ਦੇ ਵਿੱਚ ਖੜ ਕੇ ਬੱਚੇ ਨੂੰ ਜਦੋਂ ਕਿਹਾ ਜਾਂਦਾ ਤੇਰੇ ਮਮਾ ਦਾ ਆ ਗੀਤ ਆਇਆ ਸੀ ਬਹੁਤ ਸੋਹਣਾ ਹੈ ਹਨਾ ਬੱਚੇ ਨਾਲ ਵੀ ਪ੍ਰਾਊਡ ਫੀਲ ਹੁੰਦਾ ਹੈ ਨਾ ਸੋ ਇਹ ਚੀਜ਼ਾਂ ਸਾਨੂੰ ਰਿਸਪੈਕਟ ਦਿੰਦੀਆਂ ਨੇ ਵਧਾਉਂਦੀਆਂ ਨੇ ਸਾਡੀ ਇੱਜ਼ਤ ਸਾਡੀ ਕਦਰ ਵਧਾਉਂਦੀਆਂ ਨੇ ਹਨਾ ਸੋ ਮੈਨੂੰ ਇਹ ਲੱਗਦਾ ਹੁੰਦਾ ਵੀ ਚੰਗੇ ਗੀਤ ਜੇ ਅਸੀਂ ਗਾਉਣੇ ਆ ਸਾਡੇ ਦਰਸ਼ਕ ਸਾਡੇ ਸਰੋਤੇ ਇਸ ਗੱਲ ਨੂੰ ਕੰਨਾਂ ਦੇ ਵਿੱਚ ਪਾ ਲੋ ਚੰਗੀ ਤਰ੍ਹਾਂ ਸਮਝ ਲੋ ਕਿ ਤੁਸੀਂ ਆਪਦਾ ਫਰਜ਼ ਵੀ ਨਿਭਾਇਆ ਕਰੋ ਗੀਤਾਂ ਨੂੰ ਪ੍ਰੋਮੋਟ ਕਰਿਆ ਕਰੋ ਉਹਨਾਂ ਗੀਤਾਂ ਨੂੰ ਜੋ ਕਿ ਸਾਡੀ ਸਮਾਜ ਨੂੰ ਇੱਕ ਚੰਗੀ ਸੇਹ ਦਿੰਦੇ ਸਾਡੀ ਜਿਹੜੀ ਪਨੀਰੀ ਹੈ ਨਾ ਸਾਡੇ ਜਿਹੜੇ ਬੱਚਿਆਂ ਨੂੰ ਚੰਗੇ ਰਸਤੇ ਤੇ ਲੈ ਕੇ ਜਾਂਦੇ ਨੇ ਨਾ ਕਿ ਮਾਰ ਦੂੰ ਚੱਕ ਦੂੰ ਗੋਲੀ ਆ ਗੱਡੀ ਲੈ ਲਿਓ ਗੱਡੀ ਲੈ ਲਈ ਨਹੀਂ ਹਾਂ ਗੀਤਾਂ ਦੇ ਵਿੱਚ ਹਥਿਆਰਾਂ ਦਾ ਜਮੈਂ ਕਹਾਂ ਅੱਜਕੱਲ ਬਹੁਤ ਜ਼ਿਆਦਾ ਵਧ ਰਿਹਾ ਜੀ ਨਾ ਇਹਦਾ ਬਸ ਤੁਸੀਂ ਦੇਖ ਲਓ ਵੀ ਉਹਨਾਂ ਦਾ ਨਤੀਜਾ ਵੀ ਹੁਣ ਦੇਖੋ ਪਹਿਲਾਂ ਕੀ ਹੁੰਦਾ ਸੀ ਜਦੋਂ ਮਉਣ ਲੜਾਈ ਹੁੰਦੀ ਸੀ ਨਾ ਬਤ ਵਤ ਬੰਦਾ ਇੱਕ ਦੂਜੇ ਨੂੰ ਗਾਲਾਂ ਕੱਢ ਲੈਂਦਾ ਸੀ ਮਾੜਾ ਚੰਗਾ ਬੋਲ ਲੈਂਦਾ ਸੀ ਤੇ ਜ਼ਿਆਦਾ ਵਧ ਜਾਂਦੀ ਸੀ ਤਾਂ ਸੋਟੀਆਂ ਚੱਲ ਪੈਂਦੀਆਂ ਸੀ ਗੰਡਾਸੇ ਚੱਲ ਪੈਂਦੇ ਸੀ ਵੀ ਇਸ ਤੋਂ ਵੱਧ ਤਾਂ ਕੁਝ ਨਹੀਂ ਸੀ ਹੈਨਾ ਸੱਟਾਂ ਲੱਗਦੀਆਂ ਸੀ ਬੰਦਾ ਬਚ ਜਾਂਦਾ ਸੀ ਹੈਨਾ ਹੁਣ ਜਿਹੜਾ ਰੂਪ ਹੋ ਗਿਆ ਨਾ ਸਾਡਾ ਮਾਹੌਲ ਹੋ ਗਿਆ ਹੁਣ ਨਾ ਤਾਂ ਸੀ ਇਹ ਪੁੱਛਨੇ ਵੀ ਤੇਰਾ ਕੀ ਕਸੂਰ ਹੈ ਨਾ ਇਹ ਪੁੱਛਦੇ ਆ ਵੀ ਤੇਰੀ ਕੀ ਗਲਤੀ ਸੀ ਜਾਣੇ ਆ ਬੰਦੇ ਦੇ ਸਿੱਧੇ ਹੀ ਗੋਲੀ ਮਾਰ ਕੇ ਵਾਪਸ ਖਤਮ ਖਤਮ ਹੈ ਨਾ ਮਤਲਬ ਇਹ ਸਾਰਾ ਕਸੂਰ ਇਹਨਾਂ ਸਾਰੀਆਂ ਚੀਜ਼ਾਂ ਦਾ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਵਾਇਰਲ ਹੀ ਇੰਨਾ ਕਰਤਾ ਅਸੀਂ ਅਸੀਂ ਬੰਦੇ ਦੀ ਜਿਹੜੀ ਵੈਲਿਊ ਆ ਨਾ ਉਹ ਜ਼ੀਰੋ ਕਰਤੀ ਅਸੀਂ ਹਥਿਆਰਾਂ ਨੂੰ ਇੰਨਾ ਪ੍ਰਮੋਟ ਕਰਤਾ ਅਸੀਂ ਜਿਹੜਾ ਜੱਟ ਐ ਹੁਣ ਤੁਸੀਂ ਮੈਨੇ ਦੇਖੋ ਵੀ ਆਪਾਂ ਅਗਰ ਗਰਾਊਂਡ ਲੈਵਲ ਤੇ ਗੱਲ ਕਰੀਏ ਜੱਟਾਂ ਦੀ ਇਮੇਜ ਹੁਣ ਦੇਖੋ ਸਾਡੇ ਕਿਸਾਨ ਨੇ ਧਰਨੇ ਲਾ ਰਹੇ ਨੇ ਅੰਦੋਲਨ ਕਰ ਰਹੇ ਨੇ ਪਹਿਲਾਂ ਦਿੱਲੀ ਦੇ ਵਿੱਚ ਧਰਨਾ ਲਾਇਆ ਹੁਣ ਵਿਚਰੇ ਸ਼ੰਭੂ ਦੇ ਬਾਰਡਰ ਤੇ ਬੈਠੇ ਨੇ ਮੇਰੇ ਵੀਰ ਹਨਾ ਤੇ ਮਤਲਬ ਉਹ ਆਪਣੀ ਕਿਸਾਨੀ ਲਈ ਲੜ ਰਹੇ ਨੇ ਅਸਲ ਕਿਸਾਨ ਅਸਲ ਜੱਟ ਉਹ ਐ ਉਹ ਹੈ ਹਨਾ ਉਹ ਨਹੀਂ ਐ ਜਿਹੜਾ ਗੀਤਾਂ ਚ ਦਿਖਾਇਆ ਜਾਂਦਾ ਉਹ ਨਹੀਂ ਐ ਵੀ ਜਿਹੜਾ ਵੱਡੀਆਂ ਗੱਡੀਆਂ ਵਾਲਾ ਜਿਹਦੇ ਕੋਲ ਐਨਰ ਰਵਾਲਵਰ ਐ ਐਨਾ ਅਸਲ ਐ ਜਿਹੜਾ ਰੋਜ਼ ਲੜਾਈਆਂ ਕਰਦਾ ਬੰਦੇ ਮਾਰਦਾ ਇਹ ਗਲਤ ਇਹ ਗੱਡੀਆਂ ਚ ਗੋਲੀ ਚਲਾਉਂਦਾ ਜੀ ਇਹ ਨਹੀਂ 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 ਦੇਖੋ ਜ਼ਿੰਦਗੀ ਦੀ ਸੱਚਾਈ ਐ ਜਗਮਉਂ ਤੁਸੀਂ ਵੀ ਵੱਧ ਜਾਣਦੇ ਹੋ ਮੈਂ ਵੀ ਵੱਧ ਜਾਂਦੀ ਆ ਬੰਦੇ ਤੇ ਇੱਕ ਕੇਸ ਪਿਆ ਹੋਇਆ ਸਾਰੀ ਜ਼ਿੰਦਗੀ ਨਹੀਂ ਉਠੜ ਦਿੰਦਾ ਉਹਨੂੰ ਹੈਨਾ ਅਸੀਂ ਕਹਿੰਦੇ ਕਚਹਿਰੀਆਂ ਕਚਹਿਰੀਆਂ ਕੋਟ ਕਚਹਿਰੀਆਂ ਅੱਜ ਪੇਸ਼ੀ ਤੇ ਰਿਆਰ ਦੀ ਚੰਡੀਗੜ੍ਹ ਸੀਲ ਕਰਾਤਾ ਹੈ ਹਨਾ ਕੀ ਤੁਸੀਂ ਮੈਸੇਜ ਦੇ ਰਹੇ ਹੋ ਗੀਤਾਂ ਦੇ ਵਿੱਚ ਹਨਾ ਨਹੀਂ 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 ਮੈਂ ਯੂਥ ਨੂੰ ਵੀ ਇਹੀ ਕਹੂੰਗੀ ਦੇਖੋ ਵਿੱਚ ਮੇਰੇ ਬੱਚੇ ਵੀ ਨੇ ਮੇਰੇ ਥੋੜੇ ਛੋਟੇ ਮੇਰੇ ਭਰਾ ਵੀ ਨੇ ਮੇਰੀਆਂ ਭੈਣਾਂ ਵੀ ਨੇ ਕਿ ਠੀਕ ਹੈ ਉਹ ਕਰਦੇ ਨੇ ਗੀਤ ਉਹਨਾਂ ਨੂੰ ਕਰਨ ਦੋ ਅਸੀਂ ਨਹੀਂ ਰੋਕ ਸਕਦੇ ਕਿਸੇ ਨੂੰ ਅਗਲੇ ਦੀ ਆਪਣੀ ਮਰਜ਼ੀ ਹੈ ਹਨਾ ਪਰ ਤੁਸੀਂ ਉਹਨਾਂ ਚੀਜ਼ਾਂ ਦੇ ਪਿੱਛੇ ਬਿਲਕੁਲ ਨਾ ਜਾਓ ਅਸਲ ਸਚਾਈ ਉਹ ਚੀਜ਼ ਪਿੱਛੇ ਕੁਝ ਹੋਰ ਹੀ ਹੁੰਦੀ ਹੈ ਹੁਣ ਇੱਕ ਬੰਦੇ ਨੇ ਇੱਕ ਬੰਦੇ ਨੂੰ ਮਾਰਤਾ ਉਹਦੀ ਸਾਰੀ ਜ਼ਿੰਦਗੀ ਖਰਾਬ ਹੈ ਸਾਰੀ ਜ਼ਿੰਦਗੀ ਉਹ ਜੇਲ੍ਹ 'ਚ ਬੈਠਾ ਹੈ ਹਨਾ ਉੱਥੇ ਬਹਿ ਕੇ ਫਿਰ ਪਛਤਾਉਂਦਾ ਵੀ ਕਾਸ਼ ਮੈਂ ਉਹ ਵੇਲਾ ਸੰਭਲਿਆ ਹੁੰਦਾ ਹਨਾ ਮਾਨਕ ਸਾਹਿਬ ਦੀ ਗੱਲ ਹੈ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਹਨਾ ਉਹ ਵੇਲਾ ਹੀ ਹੈ ਉਹ ਸਮਾਂ ਹੀ ਹੈ ਜਿਹੜਾ ਸਾਡੇ ਤੋਂ ਇਹ ਕੁਝ ਕਰਵਾ ਜਾਂਦਾ ਪਰ ਅਸੀਂ ਮੈਂ ਉਹਨਾਂ ਕਲਾਕਾਰਾਂ ਨੂੰ ਵੀ ਸਰੋਤਿਆਂ ਨੂੰ ਵੀ ਕਹਿੰਨੀ ਆ ਦੋਨਾਂ ਦਾ ਬਰਾਬਰ ਹੈਗਾ ਆ ਯੋਗਦਾਨ ਇਹ ਨੀਵੀਂ ਵੀ ਕਲਾਕਾਰ ਨੇ ਗਾਇਆ ਤੇ ਜੇ ਸੁਣੀ ਹੀ ਨਾ ਸੀ ਉਹ ਚੀਜ਼ਾਂ ਫਿਰ ਉਹ ਕਿਉਂ ਗਉਣਗੇ ਹੁਣ ਅਸੀਂ ਸਾਡੀਆਂ ਚੰਗੀਆਂ ਚੀਜ਼ਾਂ ਨੇ ਹਨਾ ਅਸੀਂ ਭਾਵੇਂ ਕੋਈ ਸੋਹਣੀ ਕੋਈ ਨਾ ਸੁਣਿਆ ਸੀ ਉਹ ਗਾਉਣੇ ਆ ਕਾਰਨ ਕਿ ਸਾਨੂੰ ਪਤਾ ਵੀ ਚੰਗੀਆਂ ਉਹਨਾਂ ਦਾ ਕੋਈ ਬੈਡ ਇਫੈਕਟ ਹੈ ਹੀ ਨਹੀਂ ਇਸ ਮਾਸਤੇ ਹਨਾ ਸੋ ਕਿਤੇ ਨਾ ਕਿਤੇ ਦੋਨੋਂ ਚੀਜ਼ਾਂ ਬੈਲੈਂਸ ਹੋ ਕੇ ਚੱਲਦੀਆਂ ਨੇ ਪਰ ਮੈਂ ਇਹੀ ਕਹੂੰਗੀ ਬੱਚਿਓ ਸਿੱਧੀ ਗੋਲੀ ਨਾ ਚਲਾਓ ਕਿਸੇ ਤੇ ਸਹੀ ਹੈ ਕੀ ਆ ਲੜਾਈਆਂ ਦੇ ਵਿੱਚ ਕੁਝ ਨਹੀਂ ਪਿਆ ਆਪਣਾ ਫਿਊਚਰ ਬਣਾਓ ਪੰਜਾਬ ਦੀ ਧਰਤੀ ਬਹੁਤ ਪਾਵਰਫੁੱਲ ਹੈ ਅਸੀਂ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਆਪਣੇ ਯੂਥ ਨੂੰ ਅੱਗੇ ਲੈ ਕੇ ਜਾਈਏ ਇਹੋ ਜਿਹੇ ਮੱਲਾ ਮਾਰੋ ਕਿ ਲੋਕ ਤੁਹਾਡੇ ਪੰਜਾਬ ਨੂੰ ਤੁਹਾਡੀ ਕਾਬਲੀਅਤ ਨਾਲ ਜਾਣਣ ਨਾ ਕਿ ਇਹ ਕੈਨ ਬੀ ਪੰਜਾਬ 'ਚ ਤਾਂ ਬਈ ਕਤਲ ਹੀ ਬਹੁਤ ਹੁੰਦੇ ਨੇ ਇਹਦਾ वैसे तो माहौल बड़ा खराब हो गया जगमोंडर लगदा है मतलब बहुत ज्यादा खराब हो गया शायद ऐसे करके जेडी फॉरेन कंट्रीज वगैरह ਵੱਲ ਜਾ ਰਹੇ ਨੇ ਕਹਿੰਦੇ ਵੀ ਪੰਜਾਬ ਸੇਫ ਨਹੀਂ ਬਹੁਤ ਸੇਫ ਉਹ ਤੇ ਫਿਰ ਹੈ ਹੀ ਆ ਦੇਖੋ ਜਿਹੜੀ ਕੰਟਰੀ ਦੇ ਵਿੱਚ ਤੁਸੀਂ ਸੇਫ ਹੀ ਹੈ ਨਹੀਂ ਹਨਾ ਬੰਦਾ ਉੱਥੇ ਰਹਿਣਾ ਨਹੀਂ ਚਾਹੁੰਦਾ ਹੈਗਾ ਹਨਾ ਤੇ ਹੁਣ ਦਾ ਵੈਸ ਹਾਲਾਤ ਇੰਨੇ ਹੋਏ ਰੋਜ਼ ਆਪਾਂ ਖਬਰਾਂ ਚ ਦੇਖਦੇ ਆ ਨਿਊਜ਼ ਦੇਖਦੇ ਆ ਫੁਲਾਣੀ ਜਗ੍ਹਾ ਗੋਲੀ ਚੱਲ ਗਈ ਕਿਸੇ ਨੇ ਕੋਈ ਇੱਥੇ ਮਾਰਤਾ ਮਤਲਬ ਕਈ ਵਾਰ ਤਾਂ ਸਾਨੂੰ ਐ ਲੱਗਦਾ ਹੁੰਦਾ ਵੀ ਮਤਲਬ ਕਿੱਕੀ ਹੋ ਗਿਆ ਕਿਦਾਂ ਦੇ ਹਾਲਾਤ ਬਣ ਗਏ ਹਨਾ ਮਤਲਬ ਕਾਫੀ ਕੁਝ ਚੇਂਜ ਹੋ ਗਿਆ ਕੌਣ ਤਾਂ ਡਰ ਲੱਗਦਾ ਸਾਨੂੰ ਵੀ ਕਿਵੇਂ ਦੀ ਗਾਉਂਦੇ ਆ ਰਹੇ ਬਿਲਕੁਲ ਜੀ ਬਿਲਕੁਲ ਇਹ ਵਾ ਤਾਂ ਕਦੋਂ ਕੀ ਹੋ ਜਾਣਾ ਬਿਲਕੁਲ ਕੀ ਹੋ ਜੇ ਸਟੇਜ ਤੇ ਤੇ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਪਹਿਲਾਂ ਬਹੁਤ ਸ਼ੇਫ ਸੀ ਕੱਲੇ ਕੱਲੇ ਅਸੀਂ ਮੈਂ ਏਵੇਂ ਕਿ ਕਈ ਵਾਰੀ ਸਟੇਜ ਆਏ ਹਾਂ ਜੀ ਅਸੀਂ ਐਨੇ ਬੰਦੇ ਅਚ ਕੱਲੀ ਕੁੜੀ ਹੁੰਦੀ ਸੀ ਅੱਛਾ ਹਨਾ ਤੇ ਸਵੇਰ ਤੋਂ ਲੱਗਿਆ ਸ਼ਾਮ ਤੱਕ ਕੰਮ ਕਰੀ ਜਾਣਾ ਕਿਸੇ ਨੇ ਨਹੀਂ ਕਿਸੇ ਨੇ ਭੈਣ ਕਹਿਣਾ ਕਿਸੇ ਨੇ ਵੀਰ ਕਹਿਣਾ ਕਿਸੇ ਨੇ ਬੱਚੇ ਕਹਿਣਾ ਮੈਂ ਇੰਨਾ ਵਧੀਆ ਸੀ ਨਾ ਮਾਹੌਲ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦੀ ਤੇ ਹੁਣ ਤਾਂ ਤੁਸੀਂ ਕਿਸੇ ਤੇ ਟਰਸਟ ਹੀ ਨਹੀਂ ਕਰ ਸਕਦੇ ਕਰ ਸਕਦੇ ਸਹੀ ਉੰਤਨਾ ਗੋ ਕਿਸਨੋਂ ਆਉਂਦੀ ਧੀ ਭੈਣ ਸਮਝਦਾ ਹੈ ਸਹੀ ਹੈ ਅੱਜ ਕੱਲ ਨਹੀਂ ਸਮਝਣੇ ਸਮਝ ਹੀ ਗਿਆ ਹਣਾ ਚੇਂਜ ਹੋ ਗਿਆ ਨਾ ਹਾਂਜੀ ਹਾਂ ਸੰਸ ਦੇ ਵਿੱਚ ਜਿਹੜਾ ਚੁੰਨੀ ਸੌਂਗ ਸੀ ਉਹ ਲੋਕ ਗੀਤ ਸੀ ਨਾ ਹਾਂ ਬਿਲਕੁਲ ਉਹ ਤਾਂ ਗਾ ਗੀਤ ਜਗਮੋਨ ਮੇਰਾ ਇਸ ਤਰ੍ਹਾਂ ਆ ਤੁਸੀਂ ਮੇਰੇ ਜਿੰਨੀਆਂ ਸਟੇਜਾਂ ਕੱਢ ਕੇ ਦੇਖ ਲਓ ਵੀ ਉਹ ਗੀਤ ਨਾ ਗਾ ਮਾ ਮੇਰੀ ਸਟੇਜ ਕੰਪਲੀਟ ਨਹੀਂ ਹੁੰਦੀ ਅੱਛਾ ਅੱਛਾ ਮੈਂ ਜਦੋਂ ਗੀਤ ਗਾਉਣੀ ਆ ਨਾ ਉਹ ਹਲੇ ਮੈਂ ਸਟਾਰਟ ਹੀ ਕਰਦੀ ਆ ਤੇ ਲੋਕੀ ਪਹਿਲਾਂ ਹੀ ਸਿਰ ਤੇ ਚੁੰਨੀਆਂ ਲਾ ਲੈਂਦੇ ਨੇ ਠੀਕ ਹੈ ਮੈਂ ਵੀ ਲੰਨੀ ਆਉਣਾ ਨਾ ਬਹੁਤ ਸੋਹਣਾ ਗੀਤ ਹੈ ਇਹ ਮੇਰਾ ਵੀਰ ਜੱਸਾ ਫਤਿਹਪੁਰੀਆ ਜੀ ਉਹਨਾਂ ਦਾ ਲਿਖਿਆ ਹੋਇਆ ਗੀਤ ਹੈ ਬਹੁਤ ਸੋਹਣਾ ਮੈਨੂੰ ਬਹੁਤ ਚੰਗਾ ਲੱਗਦਾ ਹੋ ਪੰਜ ਦਰਿਆਵਾਂ ਦੀਏ ਤਰਤੀ ਜਿੱਥੇ ਅਸੀਂ ਜਨਮ ਲਿਆ ਸਬਰ ਸਿਦਕ ਨੇ ਦਿੱਤੀ ਗੁੜਤੀ ਥੇ ਆਲਮ ਵਿੱਚ ਪੈਰ ਪਿਆ ਮਹਾਰਾਣੀਆਂ ਵਰਗੀ ਰੱਖੀ ਹੁੰਦੀ ਟੌਰ ਨਵਾਬਣ ਦੀ ਹਾ ਸਿਰ ਤੇ ਲੈ ਕੇ ਹਾਏ ਸਿਰ ਤੇ ਲੈ ਕੇ ਰਖਣੀ ਚੁੰਨੀ ਹੁੰਦੀ ਅਣਖ ਪੰਜਾਬਣ ਦੀ ਸਿਰ ਤੇ ਲੈ ਕੇ ਰਖਣੀ ਚੁੰਨੀ ਹੁੰਦੀ ਟੋਰੇ ਨਵਾਬਣ ਦੀ ਹੋ ਜੇ ਕੋਈ ਸਮਝੇ ਪਾਇਆ ਵੰਗਾ ਕੜਿਆ ਵਾਂਗਰ ਰੱਖੀਆਂ ਨੇ ਲੋੜ ਪਈ ਤੋਂ ਰਾਣੀ ਚਾਂਸੀਆ ਬਣ ਤਲਵਾਰਾਂ ਚੱਕੀਆਂ ਨੇ ਲੋੜ ਪਈ ਤੋਂ ਰਾਣੀ ਚਾਂਸੀਆ ਬਣ ਤਲਵਾਰਾਂ ਚੱਕੀਆਂ ਨੇ ਕਦੋਂ ਕਿੱਥੇ ਅਸੀਂ ਪਿੱਠ ਦਿਖਾਈ ਕਰੇ ਕੋਈ ਗੱਲ ਜਵਾਬਣ ਦੀ ਹਾਸਿਰ ਤੇ ਲੈ ਕੇ ਹਈ ਸਿਰ ਤੇ ਲੈ ਕੇ ਰੱਖਣੀ ਚੁੰਨੀ ਹੁੰਦੀ ਅਣਖ ਪੰਜਾਬਣ ਦੀ ਤੋਟਾ ਨੈਕਸਟ ਇੱਕ ਹੋਤਸੀ ਨੇ Song ਜਿਹੜਾ ਗਾਇਆ ਹੈ ਜਿੰਨਾ ਮਿੱਠਾ ਤੂੰ ਬੋਲਦਾ ਹਨਾ ਉਹ ਬੜਾ ਜੀ ਫੇਮਸ ਹੋਇਆ ਉਹ ਬੜੀ ਪਿਆਰੀ ਗੱਲ ਸੀਗੀ ਬੜੀ ਸੋਹਣੀ ਜਗਮੋਣ ਉਹ ਨਾ ਬੜੀ ਮਿੱਠੀ ਜੀ ਗੱਲ ਸੀ ਹਨਾ ਤੇ ਵਧੀਆ ਜੀ ਗੱਲ ਸੀ ਉਹ ਮੈਂ ਸੁਣਾਉਣੀ ਆ ਵੇ ਤੇਰੀ ਇੱਕ ਗੱਲ ਬੜੀ ਐ ਪਸੰਦ ਜੱਟੀ ਨੂੰ ਰੱਖੇ ਨੈਣਾ ਵਿੱਚ ਕਰਕੇ ਤੂੰ ਬੰਦ ਜੱਟੀ ਨੂੰ ਜਦੋਂ ਹੱਸਦਾ ਤਾਂ ਦਿਲ ਵਿੱਚ ਵੱਸਦਾ ਹੱਸਦਾ ਤਾਂ ਦਿਲ ਵਿੱਚ ਵੱਸਦਾ ਪਿਆਰ ਨਾਲ ਮੂੰਹ ਖੋਲਦੈ ਵੇ ਇਹਨਾਂ ਗੁੜਵੀ ਨੇ ਮਿੱਠਾ ਹੋਣਾ ਸੋਹਣਿਆ ਵੇ ਜਿੰਨਾ ਮਿੱਠਾ ਤੂੰ ਬੋਲਦੇ ਆ ਗੁੜਵੀ ਨੇ ਮਿੱਠਾ ਹੋਣਾ ਸੋਹਣਿਆ ਵੇ ਜਿੰਨਾ ਮਿੱਠਾ ਤੂੰ ਬੋਲਦੇ ਸਾਰਿਆਂ ਤੋਂ ਸੋਹਣਾ ਮੇਰਾ ਸੋਹਣਾ ਸਰਦਾਰ ਤੂੰ ਭਾਗਾ ਵਾਲੀ ਮੈਂ ਵੀ ਜਿੰਨੂੰ ਕਰਦੇ ਪਿਆਰ ਤੂੰ ਵੇ ਮੇਰੀ ਜਾਨ ਤੇਥੋਂ ਕਰਾਂ ਕੁਰਬਾਨ ਜਾਨ ਤੇਥੋਂ ਕਰਾਂ ਕੁਰਬਾਨ ਐਵੇਂ ਕਿਹੜੀ ਗੱਲਾਂ ਤੂੰ ਢੋਲਦੇ ਵੇ ਇਹਨਾਂ ਗੁੜਵੀਨੀ ਮਿੱਠਾ ਓਣਾ ਸੋਹਣਿਆ ਵੇ ਜਿੰਨਾ ਮਿੱਠਾ ਤੂੰ ਬੋਲਦੇ ਆ ਗੁੜਵੀਨੀ ਮਿੱਠਾ ਓਣਾ ਸੋਹਣਿਆ ਵੇ ਜਿੰਨਾ ਮਿੱਠਾ ਤੂੰ ਬੋਲਦੇ ਮਤਲਬ ਇਹ ਗਾਣੇ ਦੇ ਵਿੱਚ ਵਾਈਫ ਕਹ ਲੋ ਜਾਂ ਗਰਲਫ੍ਰੈਂਡ ਆਪਣੇ ਬாய்ਫ੍ਰੈਂਡ ਨੂੰ ਕਹਿੰਦੀ ਆ ਨਾ ਵੀ ਬਹੁਤ ਸੁਣਾ ਲੱਗਦਾ ਤਾਂ ਮੈਨੂੰ ਮਿੱਠਾ ਮਿੱਠਾ ਬੋਲਦਾ ਸੋ ਮਤਲਬ ਕਈ ਵਾਰ ਮੈਂ ਸਟੇਜ ਤੇ ਕਹਿੰਨੀ ਹੁੰਦੀ ਆ ਵੀ ਸਾਰੇ ਦੋਸਤੋ ਵੀ ਕਿਹਨਾਂ ਦੇ ਘਰ ਵਾਲੇ ਮਿੱਠਾ ਮਿੱਠਾ ਬੋਲਦੇ ਨੇ ਸਾਰੇ ਹੱਥ ਖੜੇ ਕਰ ਲੈਂਦੇ ਨੇ ਮੈਂ ਕਿਹਾ ਹੁਣ ਤਾਂ ਤੁਸੀਂ ਕਹਿਣਾ ਹੀ ਆ ਭਾਵੇਂ ਨਾ ਵੀ ਮਿੱਠਾ ਬੋਲਣਾ ਸਾਨੂੰ ਵਧੀਆ ਜਾਂਦੀ ਹੈ ਮਤਲਬ ਸੋਹਣੇ ਗੀਤ ਨੇ ਮੈਨੂੰ ਵਧੀਆ ਲੱਗਦਾ ਵੀ ਫੈਮਿਲੀਅਰ ਜਿਹੇ ਗੀਤ ਨੇ ਸਾਰੇ ਇਹ ਫੈਮਿਲੀਅਰ ਜਿਹੇ ਗੀਤ ਨੇ ਸਾਰੇ ਤੁਹਾਡੇ ਅੱਜ ਕੱਲ ਦੇ ਨੰਨਾ ਲੱਛਰ ਗਾਇਕੀ ਆ ਉਹਦੇ ਨਾਲ ਮੈਨੂੰ ਤੁਹਾਡੇ ਗੀਤਾਂ ਵਿੱਚ ਕੋਈ ਨਹੀਂ ਉਹ ਮੈਂ ਕਰ ਵੀ ਨਹੀਂ ਸਕਦੀ ਕਿਉਂਕਿ ਸਾਡੀ ਪਰਵਰਿਸ਼ ਹੀ ਨਹੀਂ ਹੋਈ ਉਸ ਤਰ੍ਹਾਂ ਅਸੀਂ ਕੋਈ ਚੱਕਰ ਨਹੀਂ ਪਰ ਇਹ ਗਲਤ ਰਸਤਾ ਨਹੀਂ ਆਪਾਂ ਨੇ ਕਦੇ ਵੀ ਨਹੀਂ ਕਦੇ ਵੀ ਮੈਂ ਤੁਹਾਨੂੰ ਦੱਸੀ ਨਾ ਸਾਰੀ ਸਟੋਰੀ ਕਿ ਉਹ ਪਹਿਲੀ ਸਟੇਜ ਸੀ ਉਹ ਜਿਹੜੀ ਮੈਨੂੰ ਗੱਲ ਦੱਸੀ ਉਹ ਪਤਾ ਨਹੀਂ ਰੱਬ ਰੂਪ ਸੀ ਕੋਈ ਬੰਦਾ ਹਨਾ ਜਿਹਨੇ ਮੈਨੂੰ ਗੱਲ ਸਮਝਾਈ ਵਿਸ਼ਾਲ ਨਹੀਂ ਮਾਰਨੀ ਹੌਲੀ ਹੌਲੀ ਚੱਲਣਾ ਹੈ ਅਸੀਂ ਉਹ ਉੱਥੇ ਪਹੁੰਚਣਾ ਹੈ ਅਸੀਂ ਗਿਰਨਾ ਨਹੀਂ ਸਹੀ ਹੈ ਉਹ ਚੀਜ਼ ਨੂੰ ਲਾਈਫ ਦੇ ਵਿੱਚ ਮੈਂ ਆਪਣੇ ਹੁਣ ਤੱਕ ਚੱਲ ਰਹੀ ਹਾਂ ਸਮਝ ਕੇ ਵੀ ਹੌਲੀ ਹੌਲੀ ਚੱਲਾਂਗੇ ਇੱਕ ਨਾ ਇੱਕ ਦਿਨ ਅਸੀਂ ਆਪਣਾ ਟਾਰਗੇਟ ਅਚੀਵ ਕਰ ਹੀ ਲੈਣਾ ਹੈ ਸਾਨੂੰ ਵੀ ਪੂਰਾ ਆਪਣੇ ਆਪ ਤੇ ਵਿਸ਼ਵਾਸ ਹੈ ਵਿਸ਼ਵਾਸ ਸਹੀ ਜੀ ਜਦੋਂ ਤੁਸੀਂ ਐਜ਼ ਅ ਐਂਕਰ ਕਰਦੇ ਸੀ ਨਾ ਜਦੋਂ ਲਿਸਕਾਰਾ ਪ੍ਰੋਗਰਾਮ ਹੁੰਦਾ ਸੀ ਤਾਂ ਉਦੋਂ ਮੈਂ ਵੀ ਦੇਖਦਾ ਹੁੰਦਾ ਸੀ ਅਨਾਉਂਸਮੈਂਟ ਕਿ ਰਮਨਦੀਪ ਰਿੰਪੀ ਹੁਣ ਪੇਸ਼ ਹੋ ਰਹੇ ਨੇ ਤੇ ਉਦੋਂ ਤਾਂ ਸੀਗਾ ਕਿ ਰਮਨਦੀਪ ਰਿੰਪੀ ਰਮਨ ਹਾਂ ਕਿਵੇਂ ਬਣਿਆ ਇਹ ਕੀ ਹੋਇਆ ਸਿਸਟਮ ਨੂੰ ਸਮਝ ਜਦੋਂ ਨੇ ਤਾਂ ਵੀ ਰਮਨਦੀਪ ਰਿੰਪੀ ਮੇਰਾ ਨਾਮ ਜਿਹੜਾ ਮਤਲਬ ਐਂਕਰਿੰਗ ਦੇ ਵਿੱਚ ਬਹੁਤ ਸਭ ਨੂੰ ਪਤਾ ਸੀ ਸਭ ਮੈਂ ਹੁਣ ਵੀ ਸਾਰੇ ਰਮਨ ਹੀ ਕਹਿੰਦੇ ਨੇ ਹਨਾ ਤੇ ਆਰ ਦੀ ਪ੍ਰਮਨ ਬਹੁਤ ਘੱਟ ਕਹਿੰਦੇ ਨੇ ਇੱਕ ਪ੍ਰੋਫੈਸ਼ਨਲ ਨੇਮ ਹੈ ਹੈ ਨਾ ਤੇ ਜਦੋਂ ਮੈਨੂੰ ਇਹ ਲੱਗਦਾ ਸੀ ਵੀ ਹੁਣ ਵੀ ਆਪਾਂ ਐਂਕਰਿੰਗ ਦੇ ਵਿੱਚ ਮੈਨੂੰ ਸਾਰੇ ਰਮਨ ਦੀ ਰਿੰਪੀ ਕਰਕੇ ਜਾਣਦੇ ਨੇ ਹੁਣ ਮੈਂ ਗਾਇਕੀ ਚ ਆਈ ਹਾਂ ਥੋੜਾ ਚੇਂਜ ਹੋਣਾ ਚਾਹੀਦਾ ਹੈ ਨਾ ਸੋ ਇਸ ਕਰਕੇ ਜਦੋਂ ਪਹਿਲਾ ਗੀਤ ਆਇਆ ਫਿਰ ਉਦੋਂ ਅਸੀਂ ਨਾਮ ਚੇਂਜ ਕਰ ਲਿਆ ਸੀ ਆਰ ਦੀ ਪ੍ਰਮਨ ਯਾਨੀ ਕਿ ਰਮਨ ਤੋਂ ਆਰ ਕਰਤਾ ਦੀਪ ਤੇ ਹੈ ਹੀ ਸੀ ਰਿੰਪੀ ਅਸੀਂ ਕਰਤਾ ਵੀ ਚਲੋ ਮੇਰਾ ਘਰ ਦਾ ਨਾਮ ਆ ਫਿਰ ਰਮਨ ਨੂੰ ਫੇਰ ਪਿੱਛੇ ਕਰਤਾ ਇਹਦਾ ਆਰ ਦੀ ਪ੍ਰਮਨ ਬਣਿਆ ਔਰ ਮੈਨੂੰ ਇਹ ਲੱਗਦਾ ਹੈ ਕਿ ਰਮਨਦੀਪ ਵੀ ਹੋਊ ਰਿੰਪੀ ਵੀ ਹੋਊ ਆਰਦੀਪ ਰਮਨ ਇੱਕੋ ਹੀ ਆ ਸਹੀ ਹੈ ਜੀ ਸર્ચ ਕਰਕੇ ਦੇਖ ਹਾਂ ਕੋਈ ਨਹੀਂ ਨਿਕਲਦਾ ਤੁਹਾਡੇ ਤੋਂ ਬਿਨਾ ਨਾਮ ਹੋਏਗਾ ਸੋ ਹੁਣ ਅੱਜ ਐਂ ਲੱਗਦਾ ਵੀ ਵਾਕਈ ਵੀ ਥੋੜਾ ਜਿਹਾ ਔਖਾ ਜਿਹਾ ਲੱਗਦਾ ਲੈਣਾ ਨਾਮ ਕਈ ਵਾਰੀ ਹੈ ਨਾ ਤੇ ਪਰ ਹੈ ਵੀ ਕੱਲੀਆਂ ਕੱਲੀਆਂ ਹਾਂ ਜੀ ਆਪਣਾ ਭਗਤ ਸਿੰਘ ਜੀ ਦੇ ਅਟਰੀਬਿਊਟ ਕੀਤਾ ਸੀਗਾ ਜਿਹੜਾ ਉਹਨਾਂ ਦਾ ਸਲੂਟ ਮੇਰਾ ਗਾਣਾ ਹਾਂ ਜੀ ਤੁਸੀਂ ਜਿਹੜਾ ਕਰਿਆ ਸੀ ਉਹ ਵੀ ਹਾਂ ਹਾਂ ਜਗਮੋਣ ਐਦਾਂ ਹੁੰਦਾ ਨਾ ਵੀ ਉਹੀ ਗੱਲ ਆ ਗਈ ਵੀ ਅਸੀਂ ਸੇਧ ਦਿੱਤੀ ਆ ਹੁਣ ਤੱਕ ਸਮਾਜ ਨੂੰ ਬਿਲਕੁਲ ਜੋ ਜਿੰਨੇ ਵੀ ਮੈਂ ਸਕੂਲਾਂ ਦੇ ਵਿੱਚ ਪ੍ਰੋਗਰਾਮ ਦੇਖੇ ਨੇ ਨਾ ਪਲੱਸ 2 ਬੱਚੇ ਮਤਲਬ ਹੁੰਦੇ ਨੇ ਪਾਰਟੀ ਹੁੰਦੀ ਹੈ ਜੇ ਕੁਝ ਵੀ ਫੇਰ ਵੈਲ ਹੂੰ ਟੋਡਾ ਸੌਂਗ ਦੇ ਉੱਤੇ ਉਹ ਜਿਹੜੀ ਕੋਰੀਓਗ੍ਰਾਫੀ ਬਣਦੀ ਆ ਹਾਂ ਉਹ ਗੱਡੀ ਬਣਾਈ ਹੁੰਦੀ ਆ ਐਕਚੁਅਲੀ ਇਹ ਆ ਨਾ ਵੀ ਜਿਹੜਾ ਹੁਣ ਉਹੀ ਗੱਲ ਆ ਗਈ ਵੀ ਹਾਲਾਤ ਐਨੇ ਬਦਲ ਗਏ ਪੰਜਾਬ ਦੇ ਉਹ ਇੱਕ ਸੀ ਗੋਹਾਰ ਲਾਈ ਸੀ ਇੱਕ ਮਤਲਬ ਇਹ ਕੋਈ ਆਵਾਜ਼ ہماری ਸੀ ਭਗਤ ਸਿੰਘ ਸੂਰਮੇ ਨੂੰ ਹਨਾ ਕਿਉਂਕਿ ਭਗਤ ਸਿੰਘ ਸੂਰਮੇ ਨੇ ਕਦੇ ਇਹੋ ਜਿਹੇ ਪੰਜਾਬ ਦਾ ਸੁਪਨਾ ਹੀ ਨਹੀਂ ਸੀ ਦੇਖਿਆ ਵੀ ਸਾਡਾ ਪੰਜਾਬ ਵੀ ਇਹੋ ਜਿਹਾ ਹੋਊਗਾ ਹਨਾ ਉਹਨਾਂ ਦੀਆਂ ਤਾਂ ਉਮੀਦਾਂ ਤੇ ਸੀ ਖਰੇ ਹੀ ਨਹੀਂ ਉਤਰੇ ਉਹਨਾਂ ਦੀਆਂ ਸ਼ਹੀਦੀਆਂ ਮੈਨੂੰ ਇਹ ਲੱਗਦਾ ਹੁੰਦਾ ਵੀ ਬੇਕਾਰ ਗਈਆਂ ਹਨਾ ਕਿ ਅਸੀਂ ਅਸੀਂ ਹੋਰੇ ਪਾਸੇ ਚੱਲ ਪਏ ਹਨਾ ਸੋ ਉਹ ਚੀਜ਼ ਅਸੀਂ ਗਾਣੇ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਸੀ ਭਗਤ ਸਿੰਘ ਨੂੰ ਆਵਾਜ਼ ਮਾਰੀ ਸੀ ਵੀ ਆ ਕੇ ਦੇਖ ਲਓ ਪੰਜਾਬ ਦਾ ਕੀ ਹਾਲ ਹੋ ਗਿਆ ਮੈਸ ਨੋਨੀਆ ਸੰਦੀਪ ਟਰਾਲੀ ਨੇ ਲਿਖਿਆ ਸੀਗੀ ਤੋ ਹਮ ਸਲੋਟ ਤੇਰੀ ਅਣਖ ਨੂੰ ਸਲੋਟ ਤੇਰੀ ਕੁਰਬਾਨੀ ਨੂੰ ਮਾਰ ਕੇ ਠੋਕਰ ਤੁਰ ਗਿਆ ਵੇ ਤੂੰ ਤੁਰ ਗਿਆ ਭਰੀ ਜਵਾਨੀ ਨੂੰ ਤੇਰੇ ਵਰਗੇ ਸੋਰਮਿਆਂ ਦੇ ਜਗ੍ਹਾ ਉੱਤੇ ਐ ਥੋੜ ਵੇ ਇੱਕ ਵਾਰ ਆ ਜਾ ਭਗਸਿਆ ਅੱਜ ਫੇਰ ਤੇਰੀ ਹੈ ਲੋੜ ਇੱਕ ਵਾਰ ਆ ਜਾ ਭਗਸਿਆ ਅੱਜ ਫੇਰ ਤੇਰੀ ਹੈ ਲੋੜ ਬਹੁਤੇ ਹੋਗੇ ਸਾਧ ਪਖੰਡੀ ਖਤਰੇ ਵਿੱਚ ਕਿਰਸਾਨੀ ਇਹ ਗੱਲ ਦੇਖੋ ਉਦੋਂ ਲਿਖੀ ਹੈ ਤੇ ਸੱਚ ਸਾਬਤ ਹੋ ਰਹੀ ਹੈ ਬਹੁਤੇ ਹੋਗੇ ਸਾਧ ਪਖੰਡੀ ਖਤਰੇ ਵਿੱਚ ਕਿਰਸਾਨੀ ਹੜ ਨਸ਼ਿਆਂ ਦਾ ਹੜਦੀ ਜਾਵੇ ਇੱਥੇ ਨਿੱਤ ਜਵਾਨੀ ਇਹ ਵੀ ਸੱਚ ਹੈ ਜਿੰਨੇ ਨਸ਼ੇ ਹੁਣ ਪੰਜਾਬ ਦੇ ਵਿੱਚ ਲੋਕੀ ਬੱਚੇ ਕਰਦੇ ਨੇ ਬਹੁਤੇ ਹੋਗੇ ਸਾਧ ਪਖੰਡੀ ਖਤਰੇ ਵਿੱਚ ਕਿਰਸਾਨੀ ਹੜ ਨਸ਼ਿਆਂ ਦਾ ਹਟਦੀ ਜਾਵੇ ਇੱਥੇ ਨਿੱਤ ਜਵਾਨੀ ਬਈ ਰਿਸ਼ਵਤ ਖੋਰੀ ਬੇਰੋਜ਼ਗਾਰੀ ਵਾਲਾ ਖਾ ਗਿਆ ਕੋੜ ਓ ਇੱਕ ਵਾਰੀ ਆ ਜਾ ਭਗਸਿਆਂ ਅੱਜ ਫੇਰ ਤੇਰੀ ਹੈ ਲੋੜ ਇੱਕ ਵਾਰੀ ਆ ਜਾ ਭਗਸਿਆਂ ਅੱਜ ਫੇਰ ਤੇਰੀ ਹੈ ਲੋੜ ਇੱਥੇ ਚੁੰਨੀ ਸੇਫ ਨਹੀਂ ਕਿਸੇ ਮਾਂ ਦੀ ਜਾਇਦੀ ਅਖਬਾਰਾਂ ਦੇ ਪੰਨਿਆਂ ਤੇ ਨਿੱਤ ਪਵੇ ਦੁਹਾਈ ਜੀ ਯਾਨੀ ਅੱਜ ਤੁਸੀਂ ਦੇਖਦੇ ਆਪਾਂ ਅਖਬਾਰਾਂ ਦੇ ਵਿੱਚ ਕਿੰਨੀਆਂ ਰੋਜ਼ ਖਬਰਾਂ 4 ਸਾਲ ਦੀ ਕੁੜੀ ਨਾਲ ਰੇਪ ਹੋ ਗਿਆ 9 ਸਾਲ ਦੀ ਕੁੜੀ ਨਾਲ ਰੇਪ ਹੋ ਗਿਆ ਮਤਲਬ ਇਹ ਚੀਜ਼ਾਂ ਉਦੋਂ ਲਿਖ ਦਿੱਤੀਆਂ ਵੀ ਇੱਥੇ ਚੰਨੀ ਸੇਫ ਨਹੀਂ ਕਿਸੇ ਮਾਂ ਦੀ ਜਾਈ ਦੀ ਅਖਬਾਰਾਂ ਦੇ ਪੰਨਿਆਂ ਤੇ ਨਿਤ ਪਵੇ ਦੁਹਾਈ ਜੀ ਬਈ ਰਿਸ਼ਵਤ ਖੋਰੀ ਬੇਰੋਜ਼ਗਾਰੀ ਵਾਲਾ ਖਾ ਗਿਆ ਕੋੜ ਇੱਕ ਵਾਰੀ ਆ ਜਾ ਭਗਤ ਸਿੰਘ ਆਜ ਫੇਰ ਤੇਰੀ ਹੈ ਲੋੜ ਵਾਕਿਆ ਸਾਨੂੰ ਭਗਤ ਸਿੰਘ ਦੀ ਲੋੜ ਹੈ ਇਹ ਐਵੇਂ ਨਹੀਂ ਗੱਲਾਂ ਬਣੀਆਂ ਵਾਕਈ ਲੋੜ ਹੈਗੀ ਕਿਉਂਕਿ ਹਾਲਾਤ ਮੌਲ ਇੰਨਾ ਖਰਾਬ ਹੋ ਚੁੱਕਿਆ ਹੈ ਜਿਉ ਉਹ ਜੇ ਕੋਈ ਆ ਕੇ ਪੰਜਾਬ ਨੂੰ ਸੰਭਲ ਲਵੇ ਹੈਨਾ ਸੰਭਲ ਲਵੇ ਤੇ ਠੀਕ ਹੈ ਕਿਉਂਕਿ ਸਾਰੇ ਬੱਚੇ ਤਾਂ ਬਾਹਰ ਚਲੇ ਗਏ ਜਿਹੜੇ ਹੁਣ ਉਰੇ ਨੇ ਖਾਲੀ ਹੋ ਗਿਆ ਜੀ ਪੰਜਾਬ ਹੋ ਗਿਆ ਜੀ ਪੰਜਾਬ ਬਿਲਕੁਲ ਹੋਰ 5-10 ਸਾਲਾਂ ਨੂੰ ਮੇਲਾ ਦਾ ਬਿਲਕੁਲ ਹੀ ਖਾਲੀ ਹੋ ਜਾਊਗਾ ਹਰ ਬੱਚਾ ਬਾਹਰ ਜਾਣਾ ਚਾਹੁੰਦਾ ਤੁਸੀਂ ਆਪਣੇ ਇੱਥੇ ਮੈਨੂੰ ਇੰਨਾ ਚੰਡੀਗੜ੍ਹ ਦਾ ਤਾਂ ਪਤਾ ਨਹੀਂ ਸਾਡੇ ਪਿੰਡਾਂ 'ਚ ਤਾਂ ਜਿਹੜਾ ਵੀ ਅਸੀਂ ਦੇਖਦੇ ਹਾਂ ਸਾਡੇ ਕੋਈ ਵੀ ਬੱਚਾ ਪਲੱਸ 2 ਤੋਂ ਬਾਅਦ ਹਲਾ ਤੁਹਾਨੂੰ ਮਿਲੇਗਾ ਮਿਲੇਗਾ ਨਹੀਂ ਸਾਰੇ ਪਨੀਰੀ ਬਾਹਰ ਜਾ ਰਹੀ ਹੈ ਸਾਰੇ ਪਨੀਰੀ ਸਾਰੇ ਬੰਦੇ ਮਤਲਬ ਤੁਸੀਂ ਇਹ ਦੇਖ ਲਓ ਵੀ ਇੱਥੇ ਕੌਣ ਰਹਿ ਗਿਆ ਜਾਂ ਅਸੀਂ ਜਾਂ ਸਾਡੇ ਬਜ਼ੁਰਗ ਜਾਂ ਸਾਡੇ ਬਜ਼ੁਰਗ ਹੈਨਾ ਮਤਲਬ ਅਸੀਂ ਪੰਜਾਬ ਨੂੰ ਸੰਭਲਿਆ ਜਿਹੜੇ ਹੁਣ ਸਾਡੇ ਬਜ਼ੁਰਗ ਨੇ ਉਹਨਾਂ ਦੀ ਉਮਰ ਐਨੀ ਹੋ ਗਈਆਂ ਨੇ ਚਲੋ ਵਾਹਿਗੁਰੂ ਨੇ ਜੀਵਨ ਜਿੰਨਾ ਦਿੱਤਾ ਉਹਨਾਂ ਭੋਗ ਕੇ ਅਸੀਂ ਜਾਣਾ ਹੈ ਨਾ ਸੰਸਾਰਿਕ ਜੀਵਨ ਅਸਾਡਾ ਪਰ ਉਸ ਤੋਂ ਬਾਅਦ ਅਸੀਂ ਰਹਿ ਗਏ ਅਸੀਂ ਵੀ ਕਿੰਨਾ ਚਿਰ ਹਨਾ ਤੇ ਉਸ ਤੋਂ ਬਾਅਦ ਸਾਡੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਉਹ ਤਾਂ ਬਾਹਰ ਸੈਟਲ ਨੇ ਉਹਨਾਂ ਲਈ ਤਾਂ ਇਹ ਇੱਕ ਪਿਕਨਿਕ ਸਪੌਟ ਹੈ ਹਨਾ ਵੀ ਆਪਣੀ ਅਸੀਂ ਵਕੇਸ਼ਨਸ ਕੱਟਣ ਜਾਣਾ ਛੁੱਟੀਆਂ 'ਚ ਜਾਣਾ ਹੈਗਾ ਉਹਨਾਂ ਨੂੰ ਕੋਈ ਲੈਣ ਦੇਣ ਨਹੀਂ ਸਾਡਾ ਕੀ ਹੈ ਕੀ ਨਹੀਂ ਹੈਗਾ ਮਤਲਬ ਸਾਡੇ ਪੰਜਾਬ ਦੀ ਹੋਂਦ ਜਿਹੜੀ ਹੈ ਜੀ ਅਸੀਂ ਹੁਣ ਵੀ ਨਾ ਸੰਭੀ ਤੇ ਖਤਮ ਹੈ ਬਿਲਕੁਲ ਖਤਮ ਹੈ ਅਸੀਂ ਐਂ ਕਹਿ ਲੋ ਵੀ ਬਾਰਡਰ ਲਾਈਨ ਤੇ ਆ ਜੀ ਹੁਣ ਵੀ ਪੇਰੈਂਟਸ ਪੇਰੈਂਟਸ ਵੀ ਕੀ ਕਰਨ ਦੇਖੋ ਹਾਲਾਤ ਹੀ ਇਦਾਂ ਦੇ ਹੋ ਗਏ ਮਤਲਬ ਮਾਹੌਲ ਹੀ ਇਦਾਂ ਦਾ ਹੋ ਗਿਆ ਪੰਜਾਬ ਦਾ ਹਰ ਇੱਕ ਪਰਿਵਾਰ ਜਿਹੜਾ ਹਰ ਪੇਰੈਂਟਸ ਆਪਣੇ ਬੱਚੇ ਇੱਥੇ ਰੱਖਣ ਤੋਂ ਡਰਦਾ ਹੈ ਕਾਰਨ ਉਹੀ ਮਾਹੌਲ ਇੰਨਾ ਖਰਾਬ ਹੋ ਗਿਆ ਮਿੰਟ ਵਿੱਚ ਗੋਲੀ ਚੱਲ ਜਾਂਦੀ ਹੈ ਨਸ਼ੇ ਇੰਨੇ ਹੋ ਗਏ ਕਿ ਪਤਾ ਹੀ ਨਹੀਂ ਲੱਗਦਾ ਬੱਚੇ ਕਿੱਧਰ ਨੂੰ ਜਾਈ ਜਾਂਦੇ ਨੇ ਬੇਰੋਜ਼ਗਾਰੀ ਇੰਨੀ ਵਧ ਗਈ ਹੈ ਕਿ ਸਾਡੇ ਕੋਲ ਕਰਨ ਲਈ ਕੁਝ ਹੈ ਹੀ ਨਹੀਂ ਇੱਥੇ ਹੈਨਾ ਤੇ ਫਿਰ ਕੀ ਉਹ ਕਹਿੰਦੇ ਵੀ ਸਾਡੀ ਇੱਥੇ ਮਤਲਬ ਲਾਈਫ ਹੀ ਕੀ ਹੈ ਕੋਈ ਲਾਈਫ ਨਹੀਂ ਹੈ ਹੈਨਾ ਉਹ ਨਸ਼ੀਆਂ ਕਰਕੇ ਆ ਜੀ ਜਦੋਂ ਗੱਲ ਨੋ ਨੰਬਰ 73 ਹੈਗੇ ਰੇਸ਼ੋ ਇੰਨੀ ਵੱਧ ਗਈ ਉਹ ਪੱਤੇ ਨਹੀਂ ਲੱਗਦਾ ਰਾਤ ਨੂੰ ਬੱਚੇ ਨਸ਼ਾ ਕਰਕੇ ਪਏ ਨੇ ਸਵੇਰੇ ਆਪਾਂ ਨੂੰ ਤੁਸੀਂ ਦੇਖੋ ਬੱਚੇ ਨੇ ਅਸੀਂ ਵੀ ਹੁਣ ਆਪਾਂ ਬੱਚਿਆਂ ਦੀ ਰਾਖੀ ਤਾਂ ਨਹੀਂ ਕਰ ਸਕਦੇ ਨਾ ਸੀ ਉਹਨਾਂ ਦੇ ਪਿੱਛੇ ਪਿੱਛੇ ਜਾ ਸਕਦੇ ਵੀ ਕੀ ਕਰਦੇ ਨੇ ਹਨਾ ਮੁੰਡਿਆਂ ਦੀ ਵੈਸੀ ਮੁੰਡਿਆਂ ਦੀ ਤਾਂ ਰਾਖੀ ਵੈਸੀ ਨਹੀਂ ਹੁੰਦੀ ਨਾ ਇੱਕ ਮਾਂ ਜਿਹੜੀ ਘਰ ਵੀ ਸੰਭਦੀ ਹੈ ਬੱਚੇ ਵੀ ਸੰਭਦੀ ਹੈ ਪਰ ਇਹ ਵੀ ਹਾਲਾਤ ਇਦਾਂ ਦੇ ਹੋ ਗਏ ਕਈ ਵਾਰੀ ਮਖੌਲ ਮਖੌਲ ਚ ਅਸੀਂ ਕਹਿ ਦਿੰਦੇ ਆ ਵੀ ਬੱਚੇ ਨੂੰ ਇੱਕ ਵਾਰੀ ਕਹਿੰਦੇ ਤੂੰ ਟਰਾਈ ਕਰ ਇਦਾਂ ਹੋਊਗਾ ਫਿਰ ਉਹਦੀ ਹੌਲੀ 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 ਆਦਤ ਲੱਗ ਜਾਂਦੀ ਹੈ ਮਤਲਬ ਇਦਾਂ ਮਾਵਾਂ ਦੇ ਪੁੱਤ ਕਿੰਨੇ ਜਿਹੜੇ ਨੇ ਨਸ਼ਿਆਂ 'ਚ ਲੱਗੇ ਨੇ ਸੋ ਕਿਉਂ ਲੱਗੇ ਨੇ ਕਿਉਂਕਿ ਉਹਨਾਂ ਕੋਲ ਕੰਮ ਹੈ ਨਹੀਂ ਜਿਹਨਾਂ ਕੋਲ ਕੰਮ ਹੋਵੇ ਆਪਣੀ ਲਾਈਫ ਨੂੰ ਬਿਜ਼ੀ ਰੱਖਣਾ ਉਹਨਾਂ ਦਾ ਧਿਆਨ ਨਾ ਇੱਧਰ ਜਾਵੇ ਸੋ ਇਸ ਕਰਕੇ ਸਰਕਾਰਾਂ ਵੀ ਕਿਤੇ ਨਾ ਕਿਤੇ ਇਸ ਕੰਮ ਲਈ ਜ਼ਿੰਮੇਵਾਰ ਨੇ ਕਿ ਅਗਰ ਉਹ ਚੰਗੀਆਂ ਪਾਲਿਸੀਆਂ ਲੈ ਕੇ ਆਉਣ ਚੰਗੇ ਠੀਕ ਹੈ ਸਾਡੇ ਮਾਨ ਸਾਹਿਬ ਭਗਵੰਤ ਸਿੰਘ ਮਾਨ ਜੀ ਸਾਡੇ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੋ ਕਿ ਇੱਕ ਕਲਾਕਾਰ ਵੀ ਨੇ ਮੈਂ ਅਕਸਰ ਸੁਣਦੀ ਇਹ ਕਹਿੰਦੀ ਹੁੰਦੀ ਆ ਵੀ ਇੱਕ ਸਿਆਸਤ ਨੇ ਜਿੱਤੀ ਇੱਕ ਕਲਾ ਜਿੱਤੀ ਹੈ ਹਨਾ ਕਿ ਕਲਾਕਾਰ ਦੀ ਜਿੱਤ ਹੋਈ ਹੈ ਕਿਉਂਕਿ ਬੀਂਗੀ ਆਰਟਿਸਟ ਉਹਨਾਂ ਨੇ ਨਾਮ ਹੀ ਐਡਾ ਵੱਡਾ ਬਣਾ ਲਿਆ ਸੀ ਜਿੰਨੀਆਂ ਵੀ ਉਹਨਾਂ ਦੀਆਂ ਗੱਲਾਂ ਸੀ ਉਹਦੇ ਵਿੱਚੋਂ ਐਂ ਲੱਗਦਾ ਸੀ ਕਿ ਉਹ ਉਹਨਾਂ ਦੇ ਸੁਪਨਾ ਸੀ ਇੱਕ ਹਨਾ ਸੋ ਇੱਕ ਕਲਾ ਦੀ ਜਿੱਤ ਹੋਈ ਹੈ ਮਤਲਬ ਇੱਕ ਕਲਾਕਾਰ ਚੰਨੀ ਪਾਵਰ ਹੈ ਕਿ ਉਹ ਇੱਕ ਇੱਕ ਮੁੱਖ ਮੰਤਰੀ ਕਲਾਕਾਰ ਨਹੀਂ ਬਣ ਸਕਦਾ ਸਹੀ ਹੈ ਪਰ ਇੱਕ ਕਲਾਕਾਰ ਮੁੱਖ ਮੰਤਰੀ ਜ਼ਰੂਰ ਬਣ ਸਕਦਾ ਹੈ ਇਹ ਸਰਦਾਰ ਭਵਨ ਸਿੰਘ ਮਾਨ ਜੀ ਨੇ ਸਾਬਤ ਕਰ ਦਿੱਤਾ ਠੀਕ ਹੈ ਸੋ ਇਸ ਕਰਕੇ ਕਲਾ ਦੇ ਵਿੱਚ ਇੰਨਾ ਦਮ ਹੈ ਸੋ ਮੈਨੂੰ ਇਹ ਲੱਗਦਾ ਹੁੰਦਾ ਵੀ ਅਸੀਂ ਜਿੰਨੇ ਵੀ ਕਲਾਕਾਰ ਹੈ ਜੇ ਸਾਡੀ ਕਲਾ ਦੇ ਵਿੱਚ ਇੰਨਾ ਦਮ ਹੈ ਲੋਕੀ ਸਾਨੂੰ ਪੋਜ਼ਿਟਿਵ ਲੈਂਦੇ ਨੇ ਸੋ ਸਾਡਾ ਜਿਹੜਾ ਫਰਜ਼ ਬਣਦਾ ਅਸੀਂ ਉਸ ਚੀਜ਼ ਤੋਂ ਭੱਜੀਏ ਨਾ ਤੇ ਸਰਕਾਰਾਂ ਵੀ ਆਪਣਾ ਬਣਦਾ ਫਰਜ਼ ਨਿਭਾਉਣ ਇਹ ਜਿਹੜਾ ਪੰਜਾਬ ਹੈ ਨਾ ਜਿਹੜਾ ਅੱਜ ਸਾਡਾ ਉੱਜੜਦਾ ਜਾ ਰਿਹਾ ਹੈ ਜੀ ਇਹਨੂੰ ਅਸੀਂ ਬਚਾ ਲਈਏ ਹੈਨਾ ਸੋ ਮੇਰੇ ਹੱਥ ਬਨ ਕੇ ਬੇਨਤੀ ਹੈ ਸਾਰਿਆਂ ਨੂੰ ਮੈਂ ਰਿਕੁਐਸਟ ਹੀ ਕਰਦੀ ਆ ਕਿ ਚੰਗੇ ਗੀਤ ਗਾਓ ਤੇ ਦਰਸ਼ਕਾਂ ਨੂੰ ਵੀ ਹੱਥ ਬਨ ਕੇ ਬੇਨਤੀ ਹੈ ਚੰਗੇ ਗੀਤ ਸੁਣੋ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੋ ਲੜਾਈ ਝਗੜੇ ਨਾ ਦੇ ਵਿੱਚ ਕੁਝ ਨਹੀਂ ਪਿਆ ਤੇ ਸਰਕਾਰਾਂ ਨੂੰ ਵੀ ਹੱਥ ਬਨ ਕੇ ਬੇਨਤੀ ਹੈ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਵਿਗੜਦਾ ਜਾ ਰਿਹਾ ਤੁਸੀਂ ਉਹਨੂੰ ਸੰਭਾਲੋ ਰਲ ਕੇ ਸਾਰੇ ਜਣੇ ਜਦੋਂ ਇਕਜੁੱਟ ਹੋ ਕੇ ਅਸੀਂ ਕਰਾਂਗੇ ਨਾ ਕੁਛ ਫੇਰ ਹੀ ਪੰਜਾਬ ਸਾਡਾ ਬਚ ਸਕਦਾ ਜਿਹੜੀ ਸੋਨੇ ਦੀ ਚਿੜੀ ਆ ਨਹੀਂ ਤਾਂ ਉੱਡਦੀ ਜਾ ਰਹੀ ਹੈ ਉੱਡਦੀ ਜਾ ਰਹੀ ਹੈ ਖਤਮ ਹੁੰਦੀ ਜਾਂਦੀ ਹੈ ਇੱਕਦੋਂ ਉੱਡ ਜਾਣੀ ਹੈ ਕੁਝ ਵੀ ਨਹੀਂ ਪਤਾ ਲੱਗਣਾ ਸੋ ਮੇਰਾ ਇੱਕ ਸ਼ੇਰ ਹੈ ਮੈਂ ਬੋਲਦੀ ਹੁੰਨੀ ਆ ਸਟੇਜ ਤੇ ਕਿ ਫੁੱਲ ਕਿਤੇ ਵੀ ਉੱਗੇ ਜੀ ਫੁੱਲ ਕਿਤੇ ਵੀ ਉੱਗਣ ਐ ਪਰ ਮਹਿਕਾਂ ਤੋਂ ਪਹਿਚਾਣੇ ਜਾਂਦੇ ਜੇ ਗੁਲਾਬ ਦਾ ਫੁੱਲ ਹੈ ਆਪਾਂ ਉਹਦੀ ਖੁਸ਼ਬੂ ਤੋਂ ਪਹਿਚਾਣ ਲੈਂਦੇ ਆ ਵੀ ਇਹ ਫੁੱਲ ਗੁਲਾਬ ਦਾ ਇਹ ਗੇਂਦੇ ਦਾ ਹੈ ਨਾ ਇਹ ਚਮੇਲੀ ਦਾ ਵੀ ਉਹ ਕਿਤੇ ਵੀ ਉੱਗਦਾ ਆਪਣੀ ਪਹਿਚਾਣ ਜਿਹੜੀ ਉਹਦੀ ਖੁਸ਼ਬੂ ਹੈ ਫੁੱਲ ਕਿਤੇ ਵੀ ਉੱਗਣ ਐ ਪਰ ਮਹਿਕਾਂ ਤੋਂ ਪਛਾਣੇ ਜਾਂਦੇ ਦੁਨੀਆਂ ਉੱਤੇ ਲੋਕ ਕੌਮ ਦੀ ਬੋਲੀ ਤੋਂ ਨੇ ਜਾਣੇ ਜਾਂਦੇ ਤੁਸੀਂ ਕਿਤੇ ਵੀ ਚੱਲੇ ਜਾਓ ਤੁਹਾਡੀ ਬੋਲੀ ਆ ਨਾ ਤੁਹਾਡੀ ਪਛਾਣ ਕਰਵਾ ਦਿੰਦੀ ਔ ਤੁਸੀਂ ਹਿੰਦੀ ਬੋਲਦੇ ਆ ਕਹੂਗਾ ਵੀ ਇਹ Hindu ਐ ਅਸੀਂ ਪੰਜਾਬੀ ਬੋਲਦੇ ਆ ਕਹੂਗਾ ਪੰਦਾ ਪੰਜਾਬ ਚੋਂ ਆਇਆ ਹਨਾ ਇਹਦੀ ਮਾਂ ਬੋਲੀ ਪੰਜਾਬੀ ਐ ਜਦੋਂ ਅਸੀਂ ਮਾਤ ਭਾਸ਼ਾ ਤੋਂ ਪਾਸੇ ਹੋ ਗਏ ਆਪਣੇ ਕਲਚਰ ਤੋਂ ਪਾਸੇ ਹੋ ਗਏ ਆਪਣੇ ਸੱਭਿਆਚਾਰ ਤੋਂ ਪਾਸੇ ਹੋ ਗਏ ਸਾਡੀ ਕੀ ਹੁੰਦਾ ਸਾਨੂੰ ਕਿਹਨੇ ਪਛਾਣਨਾ ਵੀ ਅਸੀਂ ਕੌਣ ਆ ਜੀ ਠੀਕ ਹੈ ਸੋ ਸਾਰੇ ਜ਼ਿੰਮੇਵਾਰ ਆਸੀਂ ਇਹਦੇ ਲਈ ਅਸੀਂ ਆਪਣੇ ਬੱਚਿਆਂ ਨੂੰ ਅੱਜ ਅੰਗਰੇਜ਼ੀ ਸਕੂਲਾਂ ਚ ਪੜਾਉਣਾ ਚਾਹੁੰਦੇ ਆ ਪੰਜਾਬੀ ਬਿਲਕੁਲ ਨਹੀਂ ਸਿਖਾਉਣੀ ਚਾਹੁੰਦੇ ਸਹੀ ਸਟੇਟਸ ਸਿੰਬਲ ਸਹੀ ਸਾਡਾ ਬੱਚਾ ਅੰਗਰੇਜ਼ੀ ਜ਼ਰੂਰ ਬੋਲੇ ਪੰਜਾਬੀ ਨਹੀਂ ਆਉਂਦੀ ਨਾ ਆਵੇ ਸਹੀ ਠੀਕ ਹੈ ਕੋਈ ਗੱਲ ਨਹੀਂ ਹਨਾ ਇੰਗਲਿਸ਼ ਵਾਲੇ ਵੀ ਇੰਗਲਿਸ਼ ਸਕੂਲਾਂ ਵਾਲੇ ਪੰਜਾਬੀ ਨੂੰ ਬੈਨ ਕਰ ਦਿੰਦੇ ਉਹਨਾਂ ਨੇ ਆਪਸ਼ਨਲ ਸਬਜੈਕਟ ਰੱਖਤਾ ਪੰਜਾਬੀ ਨੂੰ ਆਪਸ਼ਨਲ ਕਰਤਾ ਉਹ ਕਹਿੰਦੇ ਬਾਕੀ ਸਬਜੈਕਟ ਜ਼ਰੂਰੀ ਨੇ ਇਹ ਆਪਸ਼ਨਲ ਰੱਖਣਾ ਰੱਖੋ ਨਹੀਂ ਰੱਖਣਾ ਨਾ ਹਨਾ ਮਤਲਬ ਕਿੱਥੇ ਆ ਅਸੀਂ ਪਰ ਮਾਨਸਬ ਦੀ ਸਰਕਾਰ ਨੇ ਇੱਕ ਕੰਮ ਜ਼ਰੂਰ ਕੀਤਾ ਵੀ ਉਹਨਾਂ ਨੇ ਇਹ ਚੀਜ਼ ਕੰਪਰਸਲੀ ਕੀਤੀ ਹੈ ਬੋਰਡ ਜਿਹੜੇ ਨੇ ਉਹਨਾਂ ਤੇ ਪੰਜਾਬੀ ਚ ਲਿਖਾਇਆ ਮਤਲਬ ਜਿੰਨਾ ਉਹ ਕਰ ਸਕਦੇ ਨੇ ਕਰਦੇ ਨੇ ਪਰ ਜੇ ਇੱਕ ਬੰਦਾ ਕਰਦਾ ਤੇ ਅਸੀਂ ਉਹਦੇ ਨਾਲ ਲੱਗ ਜਾਈਏ ਹਨਾ ਸੋ ਮਤਲਬ ਇੱਕ ਤੇ ਇੱਕ 11 ਹੋਗੇ ਤਾਕਤ ਦੁੱਗਣੀ ਹੋਗੀ ਇਸੇ ਕਰਕੇ ਜੇ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਹੈ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਚਾਉਣਾ ਕਲਚਰ ਨੂੰ ਬਚਾਉਣਾ ਵਿਰਸੇ ਨੂੰ ਬਚਾਉਣਾ ਆਪਣੀਆਂ ਜਿਹੜੀਆਂ ਕੈਲੋ ਪਨੀਰੀਆਂ ਨੂੰ ਬਚਾਉਣਾ ਨਸ਼ਿਆਂ ਤੋਂ ਹਨਾ ਸਾਨੂੰ ਸਾਰਿਆਂ ਨੂੰ ਰਲ ਕੇ ਵਰਕਆਊਟ ਕਰਨਾ ਪੈਣਾ ਹੈ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕਲਾਕਾਰ ਆਪਣਾ ਫਰਜ਼ ਨਿਭਾਵੇ ਉਹ ਚੰਗੀਆਂ ਚੀਜ਼ਾਂ ਨੂੰ ਲੈ ਕੇ ਆਵੇ ਦਰਸ਼ਕੋ ਤੁਸੀਂ ਆਪਦਾ ਫਰਜ਼ ਨਿਭਾਓ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੋ ਚੰਗੀਆਂ ਚੀਜ਼ਾਂ ਨੂੰ ਸੁਣੋ ਸਰਕਾਰਾਂ ਆਪਣਾ ਫਰਜ਼ ਨਿਭਾਉਣ ਕਿ ਮਾਹੌਲ ਹੀ ਇਦਾਂ ਦਾ ਪੈਦਾ ਕਰ ਦਈਏ ਕਿ ਕਿਸੇ ਦੀ ਜ਼ਰੂਰਤ ਹੀ ਨਾ ਹੋਵੇ ਕਿ ਪੰਜਾਬ ਬਰੱਖ ਚੱਕ ਸਕੇ ਹਨਾ ਸੋ ਮਤਲਬ ਰਲ ਮਿਲ ਕੇ ਸਾਰਾ ਕੁਝ ਹੋਊਗਾ ਪਰ ਹਾਲਾਤ ਇੰਨੇ ਖਰਾਬ ਹੋ ਚੁੱਕੇ ਨੇ ਔਖੇ ਨੇ ਸਾਹਮਣੇ ਪਰ ਜੇ ਹੁਣ ਵੀ ਸੰਭਲ ਲਈਏ ਕੁਝ ਤਾਂ ਬਚਾ ਲਾਂਗੇ ਅਸੀਂ ਸਹੀ ਹੈ ਜੀ ਸਾਡਾ ਯੂਥ ਕਿਤੇ ਤੱਕ ਸਾਡੇ ਪੰਜਾਬ ਦੇ ਵਿੱਚ ਰਹੂਗਾ ਹਨਾ ਸੋ ਇਸ ਕਰਕੇ ਮਤਲਬ ਗਿਆਨ ਜ਼ਿਆਦਾ ਵੰਡਤਾ ਮਿਲਦਾ ਮੈਨੂੰ ਜਰੂਰੀ ਹੈ ਗਿਆਨ ਵੀ ਜ਼ਰੂਰੀ ਹੈ ਤੁਹਾਡਾ ਅੱਛਾ ਜੀ ਤੇ ਹੁਣ ਅੱਜ ਕੱਲ੍ਹ ਵਾਲਾ ਜਿਹੜਾ ਤੁਹਾਡਾ Song ਚੱਲ ਰਿਹਾ ਹੈ ਹੁਣ ਲੇਟੈਸਟ ਟਰੈਲਰ ਹਮ ਬੜਾ ਵਧੀਆ ਮੈਂ ਬੋਲ ਸੁਣੇ ਨੇ ਉਹਦੇ ਗੱਮ ਗੱਡੀ ਚ ਆਉਂਦੇ ਸੀ ਅਸੀਂ ਲਾ ਕੇ ਆਏ ਹਾਂ ਜੀ ਉਹਨੂੰ ਉਹ ਮੇਰਾ ਵੀਰ ਨਾ ਮੈਂ ਦੱਸਿਆਂ ਜਗਮੁਨ ਅਮਰੀਕਾ ਹੈ ਮੇਰਾ ਵੀਰ ਬੜਾ ਸਾਦਾ ਜਿਹਾ ਸਿੰਪਲ ਜਿਹਾ ਹੈ ਅਰਬ ਕੰਟਰੀ ਚ ਰਹਿੰਦਾ ਸੀ ਮੈਂ ਉੱਥੋਂ ਨੇ ਕੰਟੈਕਟ ਕੀਤਾ ਸੀ ਠੀਕ ਹੈ ਠੀਕ ਹੈ ਗਾਣੇ ਦਿੱਤੇ ਵੀ ਆ ਗਾ ਦੋ ਗਾ ਦੋ ਮੈਂ ਕਿਹਾ ਬਾਈ ਵੀ ਗੱਲ ਐਦਾ ਵੀ ਮੈਂ ਇਹ ਗੀਤਾ ਨਹੀਂ ਗਾਣੇ ਕੁਛ ਨਵਾਂ ਲਿਖ ਦੋ ਮੈਂ ਕੋਈ ਟਰਾਲੇ ਤੇ ਲਿਖੋ ਗੀਤ ਵੀ ਮੈਂ ਆਪਦੇ ਟਰਾਲੇ ਵਾਲੇ ਭੈਣ ਭਰਾਵਾਂ ਲਈ ਕੁਛ ਕਰਨਾ ਚਾਹੁੰਦੀ ਹਾਂ ਉਹਨਾਂ ਲਈ ਹੈਨਾ ਜਾਂ ਉਹਨਾਂ ਦੀ ਘਰ ਵਾਲੀ ਵੱਲੋਂ ਗੀਤ ਹੋਵੇ ਜਾਂ ਉਹਨਾਂ ਦੇ ਉੱਤੇ ਹੋਵੇ ਫਿਰ ਉਹਨੇ ਘਰ ਵਾਲੀ ਵੱਲੋਂ ਗੀਤ ਲਿਖਿਆ ਬਹੁਤ ਸੋਹਣਾ ਤੇ ਮੈਂ ਬਹੁਤ ਧੰਨਵਾਦ ਕਰਦੀ ਆ ਮੇਰੇ ਡਰਾਈਵਰ ਵੀਰਾਂ ਦਾ ਟਰਾਲਾ ਜਿਹੜੇ ਚਲਾਉਂਦੇ ਨੇ ਉਹਨਾਂ ਦਾ ਟਰੱਕ ਚਲਾਉਂਦੇ ਨੇ ਟਰਾਂਸਪੋਰਟਰ ਨੇ ਬਹੁ ਖੱਲੇ ਹੋਰ ਪ੍ਰਮੋਟ ਹੋਏਗਾ ਗੀਤ ਹਨਾ ਸਹੀ ਹੈ ਇਹ ਮਤਲਬ ਜਿਹੜਾ ਗੀਤ ਹੈ ਇਹ ਜਿਹੜਾ ਮੇਰਾ ਵੀਰ ਟਰਾਲਾ ਕੈਨੇਡਾ ਦੇ ਵਿੱਚ ਚਲਾਉਂਦਾ ਹੈ ਹਨਾ ਉਹਦੀ ਕਰਵਾਣੀ ਉਹਨੂੰ ਕਹਿ ਰਹੀ ਹੈ ਪਰ ਇਹ ਹੈ ਸਾਰਿਆਂ ਲਈ ਹੈ ਕਿਉਂਕਿ ਜਿੰਨੇ ਵੀ ਟਰਾਲੇ ਚਲਾਉਂਦੇ ਨੇ ਸਾਰੇ ਲਈ ਬਿਲਕੁਲ ਜੀ ਕੱਲੇ ਕਰਨ ਦਾ ਨਹੀਂ ਹਾਂ ਸਾਰੇ ਕਿਤੇ ਚੱਲਦੇ ਨੇ ਪਰ ਇਹ ਚ ਵਰਡ ਅਸੀਂ ਇਹ ਲੈ ਲਿਆ ਕਿਉਂਕਿ ਟੁਕਵਾ ਸੀ ਪਰ ਇਹ ਹੈ ਸਾਰਿਆਂ ਲਈ ਹੈ ਪਲੀਜ਼ ਡੋਂਟ ਮਾਈਂਡ ਕਿ ਮੈਂ ਦੁਬਈ ਦਾ ਨਾਂ ਨਹੀਂ ਲਿਆ ਵਿੱਚ ਹਨਾ ਤੇ ਪਰ ਮੈਂ ਹੁਣ ਲੈ ਦੂੰਗੀ ਕੌਂਦੀ ਕੌਂਦੀ ਨਾ ਜਿਹੜੇ ਟਰੈਲਿਆਂ ਨੇ ਗੀਤ ਹੁੰਦੇ ਨੇ ਉਹਨਾਂ ਵਿੱਚ ਕੈਨੇਡਾ ਦਾ ਕੈਨੇਡਾ ਦੀ ਜ਼ਿਕਰ ਹੁੰਦਾ ਇਸ ਕਰਕੇ ਅਸੀਂ ਕੀਤਾ ਹੂੰ ਉਹ ਪੁੱਛਦਾ ਨ ਆ ਕੇ ਕਦੇ ਖੈਰ ਸੁਖ ਵੇ ਸਾਡੇ ਪਿਆਰ ਨਾਲੋਂ ਜ਼ਿਆਦਾ ਡਾਲਰਾਂ ਦੀ ਭੁੱਖ ਵੇ ਵੀਕ ਬਾਦ ਆ ਕੇ ਘਰੇ ਵੜਦਾ ਏ ਤੂੰ ਵੀਕ ਬਾਦ ਆ ਕੇ ਘਰੇ ਵੜਦਾ ਏ ਤੂੰ ਗੁੱਸਾ ਜਾਨ ਤੋਂ ਪਿਆਰਿਆਂ ਵੇ ਇਸ ਗੱਲ ਦਾ ਵੇ ਤੇਰਾ ਸੋਹਣਿਆ ਕੈਨੇਡਾ ਵਿੱਚ ਚੱਲਦਾ ਟਰਾਲਾ ਇੱਥੇ ਜੱਟੀ ਦੇਖਿਆਲਾਂ ਵਿੱਚ ਤੂੰ ਚੱਲਦਾ ਸੋਹਣਿਆ ਕੈਨੇਡਾ ਵਿੱਚ ਘੁੰਮਦਾ ਟਰਾਲਾ ਇੱਥੇ ਜੱਟੀ ਦੇਖਿਆਲਾਂ ਵਿੱਚ ਤੂੰ ਚੱਲਦਾ ਹਰ ਵੇਲੇ ਰਹੇਂ ਸ਼ਿਫਟਾਂ ਚੁਰਝੀ ਆਵੇ ਤੈਨੂੰ ਮੇਰੇ ਨਾਲੋਂ ਜ਼ਿਆਦਾ ਫਿਕਰਟ ਰੱਖਦਾ ਕਦੇ ਨਿਊਯਾਰਕ ਤੇ ਕਦੇ ਤੂ ਟੋਰਾਂਟੋ ਹੁਣ ਸੱਚੀ ਮੇਰਾ ਨਾਖਿਆਲੇ ਰੱਖਦਾ ਹੁਣ ਸੱਚੀ ਮੇਰਾ ਨਾਖਿਆਲੇ ਰੱਖਦਾ ਸਨੋ ਤਾਂ ਦਿਨ ਵਿੱਚ ਕਿੰਨੀ ਵਾਰੀ ਯਾਦਿਓ ਨੇ ਕਿੰਜ ਦੱਸਾਂ ਮੈਂ ਇਹ ਸਭ ਇੱਕ ਪਲ ਪਲ ਦਾ ਤੇਰਾ ਸੋਹਣਾ ਦबई ਵਿੱਚ ਚੱਲਦਾ ਟਰਾਲਾ ਇੱਥੇ ਜੱਟੀ ਦੇ ਖਿਆਲਾਂ ਵਿੱਚ ਤੂੰ ਚੱਲਦਾ ਸੋਹਣਾ ਕੈਨੇਡਾ ਵਿੱਚ ਘੁੰਮਦਾ ਟਰਾਲਾ ਇੱਥੇ ਜੱਟੀ ਦੇ ਖਿਆਲਾਂ ਵਿੱਚ ਤੂੰ ਚੱਲਦਾ ਬਾਜੀ ਬਹੁਤ ਵਧੀਆ ਜਿਹੜਾ ਹੈਗਾ ਬੋਲਨੇ ਉਹਨਾਂ ਦੇ ਤੇ ਦੂਸੇ ਤੁਹਾਡਾ ਜਿਹੜਾ ਗਾਉਣ ਦਾ ਸਟਾਈਲ ਹੈ ਉਹਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਲਗਾਇਆ ਹਾਂ ਹਾਂ ਮਤਲਬ ਮੇਰੇ ਜਗਮੋਣੇ ਕੋਸ਼ਿਸ਼ ਹੁੰਦੀ ਹੈ ਵੀ ਜਿਹੜਾ ਗੀਤ ਹੈ ਮੈਂ ਉਹਨੂੰ ਆਪਣੇ ਤੇ ਲਾ ਕੇ ਗਾਉਣੀ ਆ ਮੈਨੂੰ ਲੱਗਦਾ ਹੁੰਦਾ ਵੀ ਮੈਂ ਮੇਰੀ ਆਪਣੀ ਗੱਲ ਹੈ ਹਨਾ ਸੋ ਉਹ ਜ਼ਿਆਦਾ ਵਧੀਆ ਲੱਗਦੀ ਹੈ ਜੇ ਉਹ ਹਿਸਾਬ ਨਾਲ ਗਾਈ ਜਾਵੇ ਹਨਾ ਨਹੀਂ ਤਾਂ ਐਵੇਂ ਤਾਂ ਕੋਈ ਫਾਇਦਾ ਨਹੀਂ ਹੈ ਹੁਣ ਇਹਦੇ ਚ ਕੁੜੀਆਂ ਨੂੰ ਐ ਲੱਗਦਾ ਵੀ ਹਾਂ ਵੀ ਸਾਡੀ ਗੱਲ ਹੈ ਮੁੰਡਿਆਂ ਨੂੰ ਐ ਲੱਗਦਾ ਸਾਡੀ ਗੱਲ ਮਤਲਬ ਹਰੇਕ ਨੂੰ ਐ ਲੱਗਦਾ ਵੀ ਮੇਰੀ ਗੱਲ ਹੈ ਮੋਸਟਲੀ ਜਿੰਨੇ ਵੀ ਮੇਰੇ ਵੀਰ ਟਰੱਕ ਚਲਾਉਂਦੇ ਨੇ ਡਰਾਈਵਰ ਨੇ ਹੂੰ ਕਿੰਨੇ ਕਿਨੇ ਦਿਨਾਂ ਘਰ ਤੋਂ ਬਾਹਰ ਰਹਿੰਦੇ ਨੇ ਹਨਾ ਤੇ ਹਫਤਾ ਤਾਂ ਲੱਗ ਹੀ ਜਾਂਦਾ ਨਾ ਉਹ ਇਹਨੇ ਵੀਕ ਬਾਦਿਆ ਕੇ ਘਰੇ ਵੜਦਾ ਤੂੰ ਗੁੱਸਾ ਜਾਣ ਤੋਂ ਪਿਆਰਿਆ ਵੀ ਇਸ ਗੱਲ ਦਾ ਹਨਾ ਹਾਂਜੀ ਜੇ ਕੈਨੇਡਾ ਦੇ ਵਿੱਚ ਚਲਾਉਂਦਾ ਟਰੱਕ ਕੋਈ ਉਹਨੋਂ ਵੀ ਹਫਤੇ ਹਫਤਾ ਹੀ ਲੱਗਦਾ ਪੂਰੇ ਵਾਲਾ ਕੋਈ ਬਾਹਰ ਜਾਂਦਾ ਆਪਣੇ ਉਹ ਵੀ ਜਿੰੂ ਵੀ ਹਫਤਾ ਤਾਂ ਲੱਗ ਜਾਂਦਾ ਵੀਕ ਤਾਂ ਲੱਗਦਾ ਹੀ ਹੈ ਨਾ ਸੋ ਇਸ ਕਰਕੇ ਬੜਾ ਰਿਸਪੌਂਸ ਵਧੀਆ ਆ ਰਿਹਾ ਹੈ ਗਾਣਾ ਬਹੁਤ ਵਧੀਆ ਤੇ ਮਤਲਬ ਬੜੀਆਂ ਰੀਲਸ ਬਣ ਬਣ ਕੇ ਆ ਰਹੀਆਂ ਨੇ ਮੈਂ ਥੈਂਕਸ ਕਰਦੀ ਹਾਂ ਸਾਰਿਆਂ ਦਾ ਸਾਰੇ ਮੇਰੇ ਦਰਸ਼ਕਾਂ ਦਾ ਸਰੋਤਿਆਂ ਦਾ ਜਿਨ੍ਹਾਂ ਨੇ ਰੀਲਸ ਬਣਾਈਆਂ ਸ਼ੇਅਰ ਕੀਤਾ ਗਾਣਾ ਸਾਰਿਆਂ ਦਾ ਬਹੁਤ ਬਹੁ ਤੇ ਅੱਜਕੱਲ ਜਿਵੇਂ ਟ੍ਰੈਂਡਿੰਗ ਦਾ ਜ਼ਮਾਨਾ ਨਾ ਗਾਣਾ ਤੇ ਗਾਣਾ ਜਿਵੇਂ ਟ੍ਰੈਂਡਿੰਗ ਤੇ ਲੈ ਜਾਣਾ ਇਹ ਵੇਖ ਸਕਦੇ ਤੁਸੀਂ ਫੋਟੇ ਆਪਣੇ ਸਾਰੇ ਸੌਂਗ ਨੇ ਜਿਹੜੇ ਹਨ ਸੁਣੇ ਨੇ ਹੋਰ ਵੀ ਤੁਹਾ ਅੱਜ ਵੀ ਤੁਹਾਡੇ ਤੋਂ ਸਾਰੇ ਸੁਣ ਲਏ ਜਿੰਨੇ ਇੱਕ ਇਨਸਾਫ ਸੁਥਰੀ ਗਾਇਕੀ ਮੈਂ ਕਹਾਂਗੇ ਕਿ ਤੁਹਾਡੀ ਹੈਗੀ ਹੈ ਹਨਾ ਤੇ ਨੈਕਸਟ ਜਿਹੜੇ ਹੈਗੇ ਨੇ ਮੈਂ ਕਹਾਂ ਕਿ ਤੁਹਾਡੇ ਅਪਕਮਿੰਗ ਪ੍ਰੋਜੈਕਟ ਜਿਹੜੇ ਨੇ ਉਹ ਆ ਰਹੇ ਨੇ ਕਿਹੜੇ ਕਿਹੜੇ ਉਹ ਦੱਸੋ ਤੇ ਆਖੀਰ ਦੇ ਵਿੱਚ ਸਰੋਤਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ ਉਹ ਜ਼ਰੂਰ ਦਿਓ ਜਗਮੋਨ ਵੈਸੇ ਮਤਲਬ ਸੁਨੇਹਾ ਦੇਣ ਜੋਗੀ ਹਲੇ ਮੈਂ ਹੋਈ ਨਹੀਂ ਬਟ ਫਿਰ ਵੀ ਮੈਂ ਆਪਣੀ ਲਾਈਫ ਦਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੂੰਗੀ ਆਪਣੇ ਦਰਸ਼ਕਾਂ ਨੇ ਨਾਲ ਤੇ ਬਾਕੀ ਜਿਹੜੇ ਮੇਰੇ ਅਪਕਮਿੰਗ ਪ੍ਰੋਜੈਕਟ ਨੇ ਬੜੇ ਵਧੀਆ ਵਧੀਆ ਟਰੈਕ ਸਾਡੇ ਰੈਡੀ ਨੇ ਰੋਮਾਂਟਿਕ ਵੀ ਨੇ ਖੜਕੇ ਦੜਕੇ ਵਾਲੀ ਵੀ ਨੇ ਇਲੈਕਸ਼ਨਸ ਆ ਰਹੀਆਂ ਨੇ ਉਹਦੇ ਤੇ ਵੀ ਅਸੀਂ ਕੀਤਾ ਹੋਇਆ ਹੈ ਨਾ ਵਰਕਆਊਟ ਸੋ ਕਾਫੀ ਕੁਝ ਹੈ ਤੇ ਹੋ ਸਕਦਾ ਮੇਬੀ ਇੱਕ ਦੋ ਡਿਊਟ ਵੀ ਆਉਣ ਹੈ ਨਾ ਤੇ ਬਸ ਲੱਗੇ ਹੋਇਆ ਆਪਦੀ ਚਾਲ ਚੱਲ ਰਹੀਆਂ ਹਨਾ ਤੇ ਵਾਈਗਰੂ ਨੇ ਜੋ ਹਿੰਮਤ ਦਿੱਤੀ ਹੈ ਤਾਕਤ ਦਿੱਤੀ ਉਹਨੂੰ ਸਹੀ ਪਾਸੇ ਲਾ ਰਹੀ ਆ ਤੇ ਜੇ ਗੱਲ ਸੁਨੇਹੇ ਦੀ ਕਰਾਂ ਮੈਂ ਉਹੀ ਰਿਕੁਐਸਟ ਜਿਹੜੀ ਪਹਿਲਾਂ ਕੀਤੀ ਆ ਸਾਰਿਆਂ ਨੂੰ ਕਿ ਚੰਗਾ ਗਾਓ ਚੰਗਾ ਸੁਣੋ ਤੇ ਚੰਗਾ ਸਮਾਜ ਸਿਰਜੋ ਜੀ ਗਾਉਣ ਵਾਲਿਆਂ ਲਈ ਚੰਗਾ ਗਾਓ ਦਰਸ਼ਕਾਂ ਸਰੋਤਿਆਂ ਨੂੰ ਬੇਨਤੀ ਹੈ ਵੀ ਜੇ ਅਸੀਂ ਚੰਗਾ ਕੁਝ ਗਾਣੇ ਆ ਤਾਂ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੋ ਤੇ ਸਮਾਜ ਨੂੰ ਚੰਗੀ ਇੱਕ ਸਿਰਜਣਾ ਦੇਈਏ ਅਸੀਂ ਕੁੜੀਆਂ ਲਈ ਮੈਂ ਜ਼ਰੂਰ ਕਹੂੰਗੀ ਕਿ ਕੋਈ ਫੀਲਡ ਇਹ ਨਾ ਸੋਚੋ ਵੀ ਬਹੁਤ ਛੇਤੀ ਤੁਸੀਂ ਅੱਗੇ ਵੱਧ ਜਾਓਗੇ ਬਹੁਤ ਸੌਖਾ ਹੈ ਇੱਕ ਕਲਾਕਾਰ ਬਣਨਾ ਸ਼ਾਰਟਕਟ ਨਾਲ ਬਣਾਉਣਾ ਹਾਂ ਇੱਕ ਕਲਾਕਾਰ ਬਣਨਾ ਬਹੁਤ ਔਖਾ ਹੈ ਸਾਡੇ ਪਿੱਛੇ ਦਾ ਸਟਰਗਲ ਤੁਸੀਂ ਨਹੀਂ ਜਾਣਦੇ ਅਸੀਂ ਕੀ ਸਟਰਗਲ ਕੀਤਾ ਹੈ ਕਿਵੇਂ-ਕਿਵੇਂ ਰਸ मतलब ਸੁੱਕੀਆਂ ਰੋਟੀਆਂ ਵੀ ਖਾਧੀਆਂ ਨੇ ਟਰੈਵਲਿੰਗ ਕੀ ਰਹੀ ਹੈ ਸਾਡੀ ਮੈਂ मतलब ਬਹੁਤ ਕੁਝ ਅਸੀਂ ਆਪਣੀ ਲਾਈਫ ਚ ਕੀਤਾ ਤਾਂ ਇੱਕ ਸਥਾਪਿਤ ਕਲਾਕਾਰ ਬਣਿਆ ਹਾਂ ਜੀ ਬਿਲਕੁਲ ਕਦੇ ਕਿ ਇਸ ਮਕਾਮ ਤੇ ਪਹੁੰਚੇ ਹਾਂ ਬਹੁਤ ਸਟਰਗਲ ਹੈ ਬਹੁਤ ਸਟਰਗਲ ਕੀਤਾ ਆਪਣੀ ਲਾਈਫ ਦੇ ਵਿੱਚ ਸੋ ਇੱਕ ਚੰਗੇ એનર્ਜੀ ਜਿਹੜੀ ਤੁਹਾਡੀ ਆਪਣੀ ਚੰਗੇ ਪਾਸੇ ਲਾਓ ਤੇ ਇੱਕ ਕੁੜੀ ਦੇ ਵਿੱਚ ਇੰਨੀ ਕਾਬਲੀਅਤ ਜੀ ਬੀਇੰਗ ਅ ਲੇਡੀ ਮੈਂ ਕਹਿੰਨੀ ਆ ਵੀ ਆਪਣੇ ਵਿੱਚ ਇੰਨੀ ਕਾਬਲੀਅਤ ਭਰੋ ਤੁਹਾਡੀ ਕਾਬਲੀਅਤ ਤੇ ਲੋਕਾਂ ਨੂੰ ਮਾਣ ਹੋਵੇ ਠੀਕ ਹੈ ਸੋ ਤੁਸੀਂ ਕਦੇ ਜ਼ਿੰਦਗੀ 'ਚ ਸ਼ਾਰਟਕਟ ਨਾ ਅਪਣਾਓ ਕਿ ਮੈਂ ਲਾਈਫ ਦੇ ਵਿੱਚ ਅੱਧਾ ਮੜਨਾ હિંમત ਨਾਲ ਹੌਂਸਲੇ ਨਾਲ ਮਿਹਨਤ ਨਾਲ ਅੱਗੇ ਵਧਦੇ ਜਾਓ ਦੁਨੀਆ ਦੇ ਵਿੱਚ ਇੱਕ ਦਿਨ ਤੁਹਾਡਾ ਨਾਮ ਜ਼ਰੂਰ ਹੋਊਗਾ ਤੇ ਚੰਗੇ ਗੀਤ ਜਿਹੜੇ ਨੇ गाਓ ਚੰਗੇ ਗੀਤਾਂ ਨੂੰ ਤੁਸੀਂ ਸਾਰੇ ਪ੍ਰਮੋਟ ਕਰੋ ਚੰਗੇ ਸਮਾਜ ਦੀ ਅਸੀਂ ਸਿਰਜਣਾ ਕਰੀਏ ਤੇ ਮੇਰੇ ਨਵੇਂ ਗੀਤਾਂ ਲਈ ਤੁਸੀਂ ਸਾਰੇ ਦੁਆ ਕਰੋ ਜੀ ਤੁਸੀਂ ਸਾਡੇ ਚੈਨਲ ਦੇ ਲਈ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਇੰਨਾ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ हां थैंक यू जगमोहन जी ਤੁਸੀਂ ਵੀ ਸਾਡੇ ਵੇੜੇ ਆਏ ਸਾਡੇ ਲਈ ਟਾਈਮ ਕੱਢਿਆ ਸਾਡੀਆਂ ਖੂਬਸੂਰਤ ਗੱਲਾਂ ਸਾਡੇ ਦਿਲ ਦੇ ਜਿਹੜੇ ਵਲਵਲੇ ਸੀ ਦਰਸ਼ਕਾਂ ਦੇ ਮੂਰੇ ਰੱਖੇ ਤੁਹਾਡਾ ਵੀ ਕੀਮਤੀ ਸਮਾਂ ਸਾਡੇ ਲਈ ਬਹੁਤ ਹੈ ਤੁਸੀਂ ਆਏ ਤੁਹਾਡਾ ਵੀ ਬਹੁਤ-ਬਹੁਤ ਥੈਂਕਸ ਕਰਦੀਆਂ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਥੈਂਕਸ ਕਰਦੀਆਂ ਤੇ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ